Channel Y. Channel Y. A South Asian Canadian channel. The biggest South Asian media group, Y Media. Y Media. Y Media has newspaper, midweek, radio, South Asian Pulse. Hi, I'm Amitabh Bachchan and you're listening to South Asian Pulse. Hi, this is Amir Khan and you're listening to South Asian Pulse. Television. You are watching Channel Y. Channel Y. A South Asian Canadian channel. Online, SouthAsianDaily.com. The biggest South Asian media group, Y Media. This part of the program is brought to you by Midweek Newspaper, published every Tuesday. ਚੈਨਲ ਵਾਈ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਹੈ ਤੇ ਤੁਹਾਡੇ ਲਈ ਸਾਊਥ ਏਸ਼ੀਅਨ 360 ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ। ਸਦਾ ਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜਾ ਆਪਣਾ ਇਹ ਪ੍ਰੋਗਰਾਮ ਆ ਖਾਸ ਤੌਰ 'ਤੇ ਫਰਾਈਡੇ ਦਾ ਜਿਹੜਾ ਕਰੰਟ ਅਫੇਅਰਸ ਦੇ ਉੱਤੇ ਇੱਥੇ ਲੋਕਲ ਇਸ਼ੂਜ਼ ਦੇ ਉੱਤੇ ਜਾਂ ਕੋਈ ਵਰਲਡਵਾਈਡ ਜਿਹੜੇ ਕੋਈ ਕਰੰਟ ਅਫੇਅਰਸ ਹੋਣ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਹੋਣ ਜੋ ਦੂਸਰਿਆਂ ਲਈ ਇੰਸਪੀਰੇਸ਼ਨਲ ਹੋਣ ਅਤੇ ਨਾਲ ਦੀ ਨਾਲ ਕੋਈ ਵਿਲੱਖਣ ਕੰਮ ਕਰਨ ਦੀ ਕਾਬਲੀਅਤ ਰੱਖਦੀਆਂ ਹੋਣ, ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਲ ਆਲਵੇਜ਼ ਸਾਡਾ ਪ੍ਰੋਗਰਾਮ ਜਿਹੜਾ ਉਹ ਹੁਣ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਪਿਛਲੇ ਹਫ਼ਤੇ ਦੇਖਿਆ ਕਿ ਸਾਡੇ ਜਿਹੜੇ ਇੱਥੇ ਸਟੂਡੀਓ ਦੇ ਵਿੱਚ ਸਾਡੇ ਗੈਸਟ ਸੀਗੇ ਧਰਮਪਾਲ ਸਿੰਘ ਸੰਧੂ, ਉਹਨਾਂ ਦੀ ਟੀਮ ਡਰੱਗ ਅਵੇਅਰਨੈਸ ਸੁਸਾਇਟੀ ਆਫ ਟੋਰਾਂਟੋ, ਉਹਨਾਂ ਨੇ ਸਕੂਲਾਂ ਦੇ ਵਿੱਚ ਬੱਚਿਆਂ ਲਈ ਪ੍ਰੋਗਰਾਮ ਕਰਾਇਆ ਪ੍ਰਪੇਅਰ ਯੂਅਰ ਚਾਇਲਡ ਫੋਰ ਹਾਈ ਸਕੂਲ। ਬੜਾ ਸਕਸੈਸਫੁੱਲ ਈਵੈਂਟ ਰਿਹਾ, ਪਰ ਫਿਰ ਵੀ ਜਿੰਨੀ ਆਸ ਸੀ ਕਿ ਐਤਕੀ ਜਿਹੜੇ ਆ ਪਿਛਲੀ ਵਾਰੀ ਤਕਰੀਬਨ 150 ਦੇ ਕਰੀਬ ਪੇਰੈਂਟਸ ਉੱਥੇ ਬੱਚੇ ਪਹੁੰਚੇ ਹੋਏ ਸੀ, ਐਤਕੀ ਤਕਰੀਬਨ ਜਿਹੜੀ ਨੰਬਰਿੰਗ ਆ ਉਹ 100 ਦੇ ਕਰੀਬ ਰਹਿ ਗਈ। ਕਈ ਵਾਰੀ ਅਸੀਂ ਜਾਂ ਤਾਂ ਇਹੋ ਜਿਹੇ ਸੈਮੀਨਾਰ ਜਿਹੜੇ ਆ ਆਪਾਂ ਆਪ ਵੈਲਿਊਏਬਲ ਨਹੀਂ ਸਮਝਦੇ ਜਾਂ ਕਈ ਵਾਰੀ ਸਾਨੂੰ ਇਹਨਾਂ ਦੀ ਅਹਿਮੀਅਤ ਬਾਰੇ ਪਤਾ ਨਹੀਂ ਹੁੰਦਾ। ਕਈ ਵਾਰੀ ਫਿਰ ਅਸੀਂ ਬੱਚੇ ਜਦੋਂ ਹਾਈ ਸਕੂਲ ਦੇ ਵਿੱਚ ਜਾ ਕੇ ਸਾਡਾ ਜਿਹੜਾ ਗੈਪ ਆ ਬੱਚਿਆਂ ਦੇ ਨਾਲ ਉਹ ਵੱਧ ਜਾਂਦਾ, ਉਦੋਂ ਫਿਰ ਅਸੀਂ ਅਹਿਸਾਸ ਜਾਂ ਅਸੀਂ ਰੀਅਲਾਈਜ਼ ਕਰਦੇ ਹਾਂ ਕਿ ਸਾਨੂੰ ਵੀ ਆਪਣੇ ਆਪ ਨੂੰ ਪ੍ਰਪੇਅਰ ਕਰਨਾ ਚਾਹੀਦਾ ਸੀ। ਉਸ ਤੋਂ ਇਲਾਵਾ ਤੁਸੀਂ ਦੇਖਿਆ ਕਿ ਪਹਿਲਾਂ ਸਾਡੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਾਫੀ, ਚਾਹੇ ਉਹ ਇਲੈਕਸ਼ਨ ਆਫ ਓਨਟੇਰੀਓ ਹੋਣ, ਚਾਹੇ ਕੈਨੇਡੀਅਨ ਇਲੈਕਸ਼ਨ ਹੋਣ, ਹੁਣ ਮਿਊਨਸੀਪਲ ਇਲੈਕਸ਼ਨ ਸਿਰ ਦੇ ਉੱਤੇ ਆਈਆਂ ਹੋਈਆਂ ਨੇ, ਔਰ ਇਹਦੇ ਬਾਰੇ ਵੀ ਤੁਹਾਡੇ ਨਾਲ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੈਂਡੀਡੇਟਸ ਦੀ ਜਿਹੜੀ ਆ ਉਹ ਜਾਣ ਪਹਿਚਾਣ ਜ਼ਰੂਰ ਕਰਾਵਾਂਗੇ। ਸਾਡੀ ਵਾਈ ਮੀਡੀਆ ਦੀ ਕੋਸ਼ਿਸ਼ ਆ ਕਿ ਅਸੀਂ ਜਿਹੜੀਆਂ ਇਹ ਡਿਬੇਟਸ ਆ ਉਹਨਾਂ ਨੂੰ ਔਰਗੇਨਾਈਜ਼ ਕਰੀਏ ਤਾਂ ਜੋ ਤੁਹਾਡੇ ਨਾਲ ਉਹਨਾਂ ਦਾ ਡਾਇਰੈਕਟ ਰਾਬਤਾ ਕਰਵਾਇਆ ਜਾ ਸਕੇ, ਤੁਹਾਡੇ ਕੁਐਸਚਨ ਆਂਸਰਾਂ ਦੇ ਉਹ ਆਪ ਸਿੱਧੇ ਜਵਾਬ ਦੇ ਸਕਣ। ਉਸ ਤੋਂ ਇਲਾਵਾ ਸਾਡੀ ਸਦਾ ਹੀ ਕੋਸ਼ਿਸ਼ ਹੁੰਦੀ ਹੈ ਕਿ ਕਮਿਊਨਿਟੀ ਦੇ ਵਿੱਚ ਜੇ ਕੋਈ ਵੀ ਵੀਰ ਭੈਣ ਭਰਾ ਬੱਚਾ ਜਿਹੜਾ ਕੋਈ ਵਿਲੱਖਣ ਕੰਮ ਕਰਦਾ ਆ ਉਸ ਨੂੰ ਵੀ ਤੁਹਾਡੇ ਰੂਬਰੂ ਜ਼ਰੂਰ ਕੀਤਾ ਜਾਵੇ। ਕੁਛ ਕੁ ਇਨਸਾਨ ਇਹੋ ਜਿਹੇ ਹੁੰਦੇ ਨੇ ਜੋ ਕਿ ਦੁਨੀਆ ਦੇ ਵਿੱਚ ਕੁਛ ਵਿਲੱਖਣ ਕੰਮ ਕਰਨ ਦੀ ਕਾਬਲੀਅਤ ਰੱਖਦੇ ਨੇ ਜਾਂ ਪਰਮਾਤਮਾ ਉਹਨਾਂ ਨੂੰ ਹੌਸਲਾ ਅਤੇ ਹਿੰਮਤ ਦਿੰਦਾ ਹੈ। ਪਹਿਲਾਂ ਤੁਹਾਨੂੰ ਅਸੀਂ ਅੱਗੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਸੀ ਕਿ ਇੱਕ ਸਾਡੇ ਅੰਕਲ ਜੀ ਸਰਦਾਰ ਰਘਵੀਰ ਸਿੰਘ ਨੇ ਜੋ ਕਿ ਜਿਨ੍ਹਾਂ ਨੇ ਸਾਰੀ ਦੁਨੀਆ ਤਕਰੀਬਨ 160 ਕੰਟਰੀ ਕਿੰਨੇ ਉਹਨਾਂ ਨੇ ਜਿਹੜੇ ਆ ਉਹ ਸਾਈਕਲ ਦੇ ਉੱਤੇ ਵਰਲਡਵਾਈਡ ਜਿਹੜੇ ਆ ਉਹ ਘੁੰਮੇ ਸੀਗੇ। ਔਰ ਹੁਣ ਇੱਕ ਹੋਰ ਨਵੇਕਲਾ ਕੰਮ ਇਹੀ ਸਾਡਾ ਪੰਜਾਬੀ ਯੰਗ ਕਪਲ ਕਰ ਰਿਹਾ ਹੈਗਾ, ਔਰ ਉਹਨਾਂ ਨੇ ਇਹ ਤਕਰੀਬਨ ਜਿਹੜਾ ਇੰਡੀਆ ਤੋਂ ਲੈ ਕੇ ਕੈਨੇਡਾ ਤੱਕ ਦਾ ਸਫ਼ਰ ਆ ਇਹ ਬਾਈ ਰੋਡ ਕਰਨ ਦਾ ਟੀਚਾ ਮਿੱਥਿਆ ਸੀ, ਔਰ ਇਸ ਵੇਲੇ ਜਿਹੜਾ ਇਹਨਾਂ ਦਾ ਇੰਨੇ ਪਰੇ ਚੜ੍ਹਦਾ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਨਜ਼ਰ ਆ ਰਿਹਾ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਹਿਮਾਨ ਹੋਣਗੇ ਸਰਦਾਰ ਪ੍ਰਭਸਿਮਰਨ ਸਿੰਘ ਜੀ ਐਂਡ ਨਾਲ ਭੈਣ ਜੀ ਜਸਲੀਨ ਕੌਰ ਜੀ। ਆ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਭਸਿਮਰਨ ਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਲੀਨ ਜੀ, ਅਗੇਨ ਵੈਲਕਮ ਟੂ ਦ ਸ਼ੋ ਐਂਡ ਥੈਂਕ ਯੂ, ਥੈਂਕਸ ਫੋਰ ਕਮਿੰਗ ਹੇਅਰ। ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੀ ਮੈਨੂੰ ਇੱਥੇ ਜੀ ਮੈਂ ਦੱਸ ਦਿੰਦਾ ਆਪਣੇ ਦਰਸ਼ਕਾਂ ਨੂੰ ਕਿ ਮੈਨੂੰ ਵੀ ਹੁਣੇ ਹੀ ਇਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ, ਔਰ ਹੁਣੇ ਹੀ ਮੈਂ ਸੁਣਿਆ ਜ਼ਰੂਰ ਸੀ ਇਹਨਾਂ ਬਾਰੇ, ਪਰ ਅੱਜ ਜਿਹੜਾ ਤੁਸੀਂ ਗੱਡੀ ਵੀ ਦੇਖ ਰਹੇ ਹਾਂ ਕਿ ਇਹ ਗੱਡੀ ਇਸ ਵੇਲੇ ਸਾਡੇ ਸਟੂਡੀਓ ਦੇ ਬਾਹਰ ਜਿਹੜੀ ਆ ਇਹ ਚੰਡੀਗੜ੍ਹ ਦੀ ਨੰਬਰ ਪਲੇਟ ਦੇ ਨਾਲ ਪਹੁੰਚੀ ਹੋਈ ਆ, ਸਿੱਖ ਓਡੇਸੀ, ਇੰਡੀਆ ਟੂ ਕੈਨੇਡਾ ਬਾਈ ਰੋਡ ਤੁਸੀਂ ਦੇਖ ਰਹੇ ਹਾਂ, ਔਰ ਇਹਨਾਂ ਨੇ ਇਹੀ ਜਿਹੜੀ ਗੱਡੀ ਆ ਉਹਦੇ ਉੱਤੇ ਸਾਰਾ ਸਫ਼ਰ, ਹਮ ਸਫ਼ਰ ਜਿਹੜਾ ਇਹਨਾਂ ਦਾ ਸਾਰੇ ਸਫ਼ਰ ਦਾ ਰਿਹਾ ਉਹ ਇਹ ਗੱਡੀ ਦੇ ਨਾਲ, ਦੋਨਾਂ ਹੀ ਹਸਬੈਂਡ ਵਾਈਫ ਜਿਹੜੇ ਆਪਸ ਵਿੱਚ ਹੀ, ਹਾਂਜੀ, ਅਤੇ ਇਹਨਾਂ ਦਾ ਸਫ਼ਰ ਇਹ ਰਿਹਾ ਹੈਗਾ। ਸਭ ਤੋਂ ਪਹਿਲਾਂ ਜੀ ਸ਼ੁਰੂਆਤ ਵੀ ਮਨ 'ਚ ਫੁਰਨਾ ਕਿੱਦਾਂ ਫੁਰਿਆ ਵੀ ਹਾਂ ਬਈ ਵੀ ਇਹ ਜਿਹੜਾ
ਕੰਮ ਆ ਕਿਉਂਕਿ ਸਾਡੇ ਕਾਫੀ ਮੇਰੇ ਫਰੈਂਡ ਆ ਜੀ ਉਹ ਇੱਥੋਂ ਵੈਨਕੂਵਰ ਵੀਆ ਕੈਲੀਫੋਰਨੀਆ ਵੀਕ ਦੋ ਵੀਕ ਦਾ ਟ੍ਰਿਪ ਲਾਈਕ ਸਮ ਪੀਪਲ ਦੇ ਲਵ ਡਰਾਈਵਿੰਗ ਦੇ ਲਵ ਐਕਸਪਲੋਰਿੰਗ ਜਿੱਦਾਂ ਕਹਿ ਲਓ ਵੀ ਨੇਚਰ ਹੈ ਨਾ ਵੀ ਉਹ ਬੜਾ ਤੁਹਾਡੇ ਮਨ ਦੇ ਵਿੱਚ ਕੀ ਬਚਪਨ ਤੋਂ ਖਾਹਿਸ਼ ਸੀ ਕਿੱਦਾਂ ਤੁਸੀਂ ਜਾਂ ਜਦੋਂ ਭੈਣ ਜੀ ਉਹਨਾਂ ਦੇ ਨਾਲ ਤੁਸੀਂ ਰਲੇ ਵੀ ਫਿਰ ਇਹ ਫੁਰਨਾ ਫੁਰਿਆ ਹਾਊ ਡਿਡ ਇਟ ਸਟਾਰਟ ਭਾਜੀ ਐਕਚੁਅਲੀ ਸਾਡੀ ਮੈਰਿਜ ਨੂੰ ਡੇਢ ਸਾਲ ਹੀ ਹੋਇਆ ਅੱਛਾ ਜੀ ਵੈਰੀ ਨਾਈਸ ਪਹਿਲਾਂ ਤਾਂ ਜੀ ਫਸਟ ਆਫ ਆਲ ਕੰਗ੍ਰੈਚੁਲੇਸ਼ਨਸ ਐਂਡ ਬੈਸਟ ਆਫ ਲੱਕ ਐਸ ਵੈਲ ਥੈਂਕ ਯੂ ਸੋ ਅਸੀਂ ਆਪਣੀ ਮੈਰਿਜ ਤੋਂ ਬਾਅਦ ਅਸੀਂ ਨਿਊਜ਼ੀਲੈਂਡ ਗਏ ਸੀ ਘੁੰਮਣ ਲਈ ਠੀਕ ਹੈ ਜੀ ਔਰ ਨਿਊਜ਼ੀਲੈਂਡ ਅਸੀਂ ਇੱਕ ਮਹੀਨਾ ਸਾਰਾ ਰੋਡ ਟ੍ਰਿਪ ਕੀਤਾ ਨੌਰਥ ਆਈਲੈਂਡ ਸਾਊਥ ਆਈਲੈਂਡ ਠੀਕ ਹੈ ਫਿਰ ਅਸੀਂ ਵਾਪਸ ਆ ਕੇ ਹਰ ਮਹੀਨੇ ਕਿਧਰੇ ਨਾ ਕਿਧਰੇ ਅਸੀਂ ਇੰਡੀਆ ਦੇ ਵਿੱਚ ਹੀ ਆਪਣੀ ਗੱਡੀ ਲੈ ਕੇ ਤੁਰ ਪੈਂਦੇ ਸੀਗੇ ਔਰ ਦੂਰ ਦੂਰ ਤੱਕ ਐਕਸਪਲੋਰ ਕਰਦੇ ਸੀਗੇ ਫਿਰ ਅਸੀਂ ਸਾਡੇ ਮਨ 'ਚ ਤਾਂ ਇਹ ਪੈਸ਼ਨ ਜਾਗਿਆ ਕਿ ਵੀ ਅਸੀਂ ਸਾਨੂੰ ਰੋਡ ਟ੍ਰਿਪ ਕਰਨਾ ਬਹੁਤ ਵਧੀਆ ਲੱਗਦਾ ਔਰ ਅਸੀਂ ਇਸ ਚੀਜ਼ ਨੂੰ ਕਿਸੇ ਵੱਡੇ ਲੈਵਲ 'ਤੇ ਕਰ ਸਕਦੇ ਹਾਂ ਫਿਰ ਅਸੀਂ ਪਲਾਨ ਕੀਤਾ ਕਿ ਵੀ ਅਸੀਂ ਕਿੱਥੇ ਤੱਕ ਜਾ ਸਕਦੇ ਹਾਂ ਇੰਡੀਆ ਤੋਂ ਅਤੇ ਪਲਾਨ ਕਰਦੇ 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 ਸਾਡਾ ਇਹ ਜਰਨੀ ਦਾ ਇੱਦਾਂ ਪਲਾਨ ਬਣਿਆ ਕਰਨ ਦਾ ਭੈਣ ਜੀ ਪਿਛੋਕੜ ਕਿੱਥੋਂ ਜੀ ਆਪਣਾ ਹਾਂਜੀ ਪੰਜਾਬ ਚੰਡੀਗੜ੍ਹ ਦਿੱਲੀ ਕਿੱਥੋਂ ਆਪਣਾ ਪਿਛੋਕੜ ਆ ਅਤੇ ਹਾਂਜੀ ਤੁਹਾਡੇ ਅਸੀਂ ਦੋਨੋਂ ਚੰਡੀਗੜ੍ਹ ਤੋਂ ਹੀ ਬਿਲੋਂਗ ਕਰਦੇ ਹਾਂ ਸਾਡਾ ਬਰਥ ਵੀ ਚੰਡੀਗੜ੍ਹ ਦਾ ਹੈ ਸਕੂਲਿੰਗ ਐਜੂਕੇਸ਼ਨ ਸਾਰੀ ਚੰਡੀਗੜ੍ਹ ਦੀ ਹੈ ਠੀਕ ਹੈ ਜੀ ਅਤੇ ਕਿਹੜੇ ਤੁਸੀਂ ਬੈਕਗਰਾਊਂਡ ਤੋਂ ਤੁਸੀਂ ਬਿਜ਼ਨਸ ਕਰਦੇ ਹਾਂ ਜਾਂ ਤੁਸੀਂ ਜੋਬ ਕਰਦੇ ਹਾਂ ਕੀ ਤੁਹਾਡੀ ਹਾਂਜੀ ਬੈਕਗਰਾਊਂਡ ਕੀ ਹੈਗੀ ਹੈ ਜੀ ਮੈਂ ਪੀ ਐੱਚ ਡੀ ਕਰ ਰਹੀ ਹਾਂ ਇਲੈਕਟ੍ਰੋਨਿਕਸ ਵਿੱਚ ਅਤੇ ਇਹਨਾਂ ਦਾ ਫੈਮਿਲੀ ਬਿਜ਼ਨਸ ਹੈ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਔਰ ਜਿਹੜੀ ਗੱਡੀ ਲਈ ਤੁਸੀਂ ਇਹ ਫੈਮਿਲੀ ਦੇ ਵਿੱਚ ਪਹਿਲਾਂ ਹੀ ਸੀਗੀ ਜਾਂ ਫਿਰ ਇਹਨੂੰ ਹੁਣ ਬਾਕਿਆ ਹੀ ਜਿਹੜਾ ਬਈ ਇਹਨੂੰ ਓਡੇਸੀ ਜਿੱਦਾਂ ਆਪਣੇ ਇੰਡੀਆ ਇੱਥੇ ਸਾਡੇ ਕੋਲ ਹੋਂਡਾ ਓਡੇਸੀ ਇੱਕ ਵੈਨ ਵੀ ਹੈਗੀ ਆ ਉਹ ਠੀਕ ਹੈ ਜੀ ਹੋਂਡਾ ਵਾਲਿਆਂ ਦੀ ਹੈਗੀ ਆ ਠੀਕ ਹੈ ਬਕਾਇਦਾ ਐਸੀ ਜਿਹੜੀ ਉਹ ਵੈਨ ਦੀ ਸ਼ੇਪ ਦੀ ਹੈਗੀ ਆ ਅਤੇ ਸੋ ਤੁਸੀਂ ਜਿਹੜਾ ਇਹ ਵਹੀਕਲ ਆ ਇਹਨੂੰ ਤਿਆਰ ਕੀਤਾ ਬਈ ਆਪ ਬਾਏ ਕੀਤਾ ਜਾਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਸੀਗਾ ਨਹੀਂ ਸਾਡੇ ਕੋਲ ਪਰਿਵਾਰ ਵਿੱਚ ਜਿਹੜਾ ਸੀਗਾ ਉਹ ਕਾਰ ਸੀਗੀਆਂ ਬਟ ਐਸ ਯੂ ਵੀ ਨਹੀਂ ਸੀਗੀ ਸੋ ਇਹ ਟ੍ਰਿਪ ਵਾਸਤੇ ਕਿਉਂਕਿ ਅਸੀਂ ਕਾਫੀ ਡਿਫੀਕਲਟ ਟੈਰੇਨਸ ਵਿੱਚੋਂ ਨਿਕਲ ਕੇ ਜਾਣਾ ਸੀਗਾ ਅਤੇ ਫਿਰ ਅਸੀਂ ਇਹ ਟ੍ਰਿਪ ਵਾਸਤੇ ਸਪੈਸ਼ਲੀ ਇਹ ਵੋਲਵੋ ਦੀ ਐਸ ਯੂ ਵੀ ਹੈਗੀ ਹੈ ਅਤੇ ਆਪਾਂ ਸਪੈਸ਼ਲੀ ਇਹ ਟ੍ਰਿਪ ਵਾਸਤੇ ਖਰੀਦੀ ਭੈਣ ਜੀ ਤੁਸੀਂ ਹਰ ਖਾਸ ਤੌਰ ਦੇ ਉੱਤੇ ਐਮ ਮੇਲ ਬੰਦਿਆਂ ਨਾਲੋਂ ਜ਼ਿਆਦਾ ਔਰਤ ਦੇ ਸੁਪਨੇ ਹੁੰਦੇ ਨੇ ਠੀਕ ਹੈ ਜ਼ਿਆਦਾ ਹੁੰਦੇ ਨੇ ਹੁੰਦੇ ਤਾਂ ਸਾਰੇ ਇੱਕ ਦੇ ਹੀ ਆ ਪਰ ਥੋੜ੍ਹੇ ਜਿਹਾ ਜ਼ਿਆਦਾ ਹੁੰਦੇ ਨੇ ਕਿ ਕਦੋਂ ਤੁਸੀਂ ਸਕੂਲਿੰਗ ਦੇ ਦੌਰਾਨ ਜਾਂ ਕਾਲਜ ਦੇ ਦੌਰਾਨ ਜਾਂ ਤੁਸੀਂ ਮਾਸਟਰਸ ਦੇ ਦੌਰਾਨ ਕਦੇ ਸੋਚਿਆ ਸੀ ਵੀ ਆਹ ਵੀ ਸਵੱਬ ਬਣੂਗਾ ਇਹ ਤਾਂ ਸੁਪਨਾ ਬਹੁਤ ਹੀ ਵੱਡਾ ਹੈ ਜੋ ਕਿ ਅਸੀਂ ਇਕੱਠੇ ਮਿਲ ਕੇ ਦੇਖਿਆ ਇਸ ਤੋਂ ਪਹਿਲੇ ਤਾਂ ਮੈਂ ਨਹੀਂ ਸੋਚਿਆ ਸੀਗਾ ਕਿ ਬਾਏ ਰੋਡ ਪੂਰੀ ਦੁਨੀਆ ਘੁੰਮੀ ਜਾਏ ਦੁਨੀਆ ਘੁੰਮਣਾ ਤਾਂ ਸਭ ਨੂੰ ਵਧੀਆ ਲੱਗਦਾ ਪਰ ਆਪਣੀ ਕਾਰ 'ਤੇ ਬਾਏ ਰੋਡ ਘੁੰਮਣਾ ਇੱਕ ਅਲੱਗ ਹੀ ਮਜ਼ਾ ਹੈ ਉਹ ਅਸੀਂ ਇਕੱਠੇ ਮਿਲ ਕੇ ਸੁਪਨਾ ਦੇਖਿਆ ਸੀ ਇੰਡੀਆ ਦੇ ਵਿੱਚ ਭਾਅ ਜੀ ਤੁਸੀਂ ਕਿੰਨਾ ਘੁੰਮੇ ਤੁਸੀਂ ਕਿਹਾ ਚੰਡੀਗੜ੍ਹ ਤੋਂ ਤੁਸੀਂ ਪੰਜਾਬ ਸਾਰਾ ਨੌਰਥ ਸਾਊਥ ਜਾਂ ਜੇ ਐਂਡ ਕੇ ਕਿੰਨਾ ਕੁ ਇੰਡੀਆ ਨੂੰ ਐਕਸਪਲੋਰ ਕਿੰਨਾ ਕੁ ਕੀਤਾ ਅਸੀਂ ਆਪਣੀ ਗੱਡੀ 'ਤੇ ਜਿਹੜਾ ਲੰਬੇ ਤੋਂ ਲੰਬਾ ਗਏ ਸੀ ਗੁਜਰਾਤ ਤੱਕ ਗਏ ਸੀਗੇ ਚਲਾ ਕੇ ਠੀਕ ਹੈ ਅਤੇ ਉੱਥੇ ਤੱਕ ਅਸੀਂ ਸਾਰਾ ਐਕਸਪਲੋਰ ਕੀਤਾ ਸੀਗਾ ਜਰਨੀ ਤੋਂ ਪਹਿਲਾਂ ਠੀਕ ਹੈ ਅਤੇ ਤਾਂ ਸਾਡਾ ਪੈਸ਼ਨ ਜਾਗਿਆ ਕਿ ਅਸੀਂ ਹੋਰ ਵੀ ਕਰ ਸਕਦੇ ਹਾਂ ਠੀਕ ਭੈਣ ਜੀ ਪੰਜਾਬ ਦੇ ਵਿੱਚ ਤੁਸੀਂ ਘੁੰਮੇ ਫਿਰੇ ਪੰਜਾਬ ਨੂੰ ਕਿੰਨਾ ਕੁ ਦੇਖਿਆ ਤੁਸੀਂ ਲੱਗ ਗਿਓ ਹਾਂਜੀ ਪੰਜਾਬ 'ਤੇ ਅਸੀਂ ਬਚਪਨ ਤੋਂ ਹੀ ਘੁੰਮਦੇ ਹਾਂ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਜਲੰਧਰ ਲੁਧਿਆਣਾ ਪੰਜਾਬ 'ਤੇ ਅਸੀਂ ਕਿਉਂਕਿ ਰਹਿੰਦੀ ਪੰਜਾਬ ਦੇ ਕੋਲ ਹੈਗੇ ਹਾਂ ਕਈ ਵਾਰੀ ਕੀ ਹੁੰਦਾ ਜਿੱਦਾਂ ਮੈਂ ਕਈ ਵਾਰੀ ਆਪਣੇ ਆਪ ਦੇ ਵਿੱਚ ਹੀ ਸਵਾਲ ਕਰਦਾ ਹੁੰਦਾ ਵੀ ਰਾਈਟ ਹੁਣ ਲਾਈਕ ਜਦੋਂ ਚਲੋ ਅਸੀਂ ਵੀ ਠੀਕ ਠਾਕ ਪਰਿਵਾਰ ਤੋਂ ਸੀਗੇ ਮੇਰੇ ਪੇਰੈਂਟ ਦੋਨੇ ਪੋਸਟ ਗ੍ਰੈਜੂਏਟ ਟੀਚਰ ਸੀਗੇ ਮੇਰੇ ਬਾਬਾ ਜੀ ਵੀ ਪ੍ਰਿੰਸੀਪਲ ਰਿਟਾਇਰਡ ਸੀਗੇ ਠੀਕ ਹੈ ਪਰ ਅਸੀਂ ਚਾਹੇ ਅਨਫੋਰਚੁਨੇਟਲੀ ਕਹਿ ਲਓ ਕਿਸੇ ਵੀ ਤਰ੍ਹਾਂ ਅਸੀਂ ਸਿਰਫ ਆਹ ਹੀ ਜਿੱਦਾਂ ਤੁਸੀਂ ਗੱਲ ਕਰਦੇ ਹਾਂ ਵੀ ਅਸੀਂ ਇੱਦਾਂ ਰੂਟਾਂ 'ਤੇ ਜਾਂਦੇ ਸੀ ਵੀ ਹਰਿਮੰਦਰ ਸਾਹਿਬ ਚਲੇ ਗਏ ਮੱਥਾ ਟੇਕਿਆ ਆਨੰਦਪੁਰ ਸਾਹਿਬ ਸਾਤੋਂ ਥੋੜ੍ਹਾ ਜਿਹਾ ਲਾਗੇ ਸੀਗਾ ਉੱਥੇ ਜ਼ਿਆਦਾ ਅਸੀਂ ਮੱਥਾ ਟੇਕਿਆ ਠੀਕ ਹੈ ਉਸ ਤੋਂ ਬਾਅਦ ਅਸੀਂ ਜੇ ਕਿਤੇ ਰਿਸ਼ਤੇਦਾਰਾਂ ਤੱਕ ਹੀ ਸੀਮਤ ਰਹੇ ਜਿੱਦਾਂ ਹੁਣ ਪੰਜਾਬ ਦੇ ਵਿੱਚ ਮੈਂ ਦੁਆਬੇ ਨੂੰ ਬਿਲੋਂਗ ਕਰਦਾ ਪਰ ਜੇ ਤੁਸੀਂ ਕਹੋ ਵੀ ਅਸੀਂ ਮਾਲਵਾ ਸਹੀ ਮਹੀਨੇ ਦੇ ਵਿੱਚ ਡੀਪ ਜਾ ਕੇ ਫਿਰੋਜ਼ਪੁਰ ਫਰੀਦਕੋਟ ਜਾਂ ਅਸੀਂ ਉੱਥੇ ਦੇ ਜਿਹੜੇ ਸਾਡੇ ਇਤਿਹਾਸਕ ਗੁਰਦੁਆਰੇ ਜਾਂ ਕੋਈ ਵੀ ਚੀਜ਼ ਅਸੀਂ ਉਹ ਐਕਸਪਲੋਰ ਨਹੀਂ ਕੀਤਾ ਅਸੀਂ ਉਹਦੇ ਨਾਲੋਂ ਕੈਨੇਡਾ ਚ ਆਣ ਕੇ ਜ਼ਿਆਦਾ ਟਰੈਵਲ ਕੀਤਾ ਹੋਵੇਗਾ ਠੀਕ ਹੈ ਤਾਂ ਮੈਂ ਗੱਲ ਕਰਦਾ ਵੀ ਕੀ ਤੁਸੀਂ ਇੰਡੀਆ ਨੂੰ ਵੀ ਜਾਂ ਸਿਰਫ ਅਜੇ ਵੀ ਜਿਹੜਾ ਤੁਸੀਂ ਆਏ ਹਨੀਮੂਨ ਤੋਂ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਘੁੰਮਣ ਵਾਸਤੇ ਗਏ ਸੀ ਉਸ ਤੋਂ ਬਾਅਦ ਆਏ ਔਰ ਉਸ ਤੋਂ ਬਾਅਦ ਜਾਂ ਤੁਸੀਂ ਗੁਜਰਾਤ ਗਏ ਬਈ ਇੰਡੀਆ ਦੇ ਵਿੱਚ ਤੁਸੀਂ ਕਦੇ ਸੋਚਿਆ ਵੀ ਹਾਂ ਵੀ ਮੈਂ ਸਾਰਾ ਵੀ ਇੰਡੀਆ ਜਿਹੜਾ ਉਹਨੂੰ ਵੀ ਐਕਸਪਲੋਰ ਕਰੂੰਗਾ ਨਹੀਂ ਸਾਡਾ ਆਈਡੀਆ ਇਹੀ ਸੀਗਾ ਅਸੀਂ ਪਹਿਲਾਂ ਆਉਣ ਤੋਂ ਬਾਅਦ ਤਕਰੀਬਨ 6-7 ਮਹੀਨੇ ਲਈ ਹਰ ਮਹੀਨੇ ਕਈ ਵਾਰੀ ਮਹੀਨੇ 'ਚ ਦੋ ਵਾਰੀ ਵੀ ਅਸੀਂ ਗੱਡੀ ਲੈ ਕੇ ਤੁਰ ਪੈਂਦੇ ਸੀਗੇ ਔਰ ਸਾਡਾ ਆਈਡੀਆ ਇਹੀ ਸੀਗਾ ਕਿ ਪਹਿਲਾਂ ਆਪਣਾ ਇੰਡੀਆ ਐਕਸਪਲੋਰ ਕਰੀਏ
ਔਰ ਉਸ ਤੋਂ ਬਾਅਦ ਆਪਾਂ ਮਤਲਬ ਬਾਹਰ ਵੱਲ ਚੱਲੇ ਪਾਈਏ ਔਰ ਸਾਡੀ ਟ੍ਰਿਪ ਦਾ ਆਉਣ ਦਾ ਮਕਸਦ ਇਹ ਵੀ ਸੀਗਾ ਕਿ ਵੀ ਕਿਉਂਕਿ ਅਸੀਂ ਨਿਕਲ ਕੇ ਨੌਰਥ ਈਸਟ ਵਾਲੇ ਪਾਸੋਂ ਜਾਣਾ ਸੀਗਾ ਅਤੇ ਅਸੀਂ ਜਦੋਂ ਘਰੋਂ ਨਿਕਲੇ ਪਹਿਲੇ 20-25 ਦਿਨ ਅਸੀਂ ਇੰਡੀਆ ਦੇ ਹੀ ਦਰਸ਼ਨ ਕੀਤੇ ਜਿੰਨੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆਏ ਸਾਡੇ ਰਸਤੇ ਵਿੱਚ ਅਸੀਂ ਉਹ ਦਰਸ਼ਨ ਕਰਦੇ ਆਏ ਚੰਗੇ ਮੋਨੂਮੈਂਟ ਦੇਖਦੇ ਆਏ ਅਸੀਂ ਇੱਦਾਂ ਦੀ ਜਗ੍ਹਾਵਾਂ ਦੇਖੀਆਂ ਜਿੱਦਾਂ ਕਿ ਅਸੀਂ ਪਹਿਲਾਂ ਸੋਚ ਵੀ ਨਹੀਂ ਸਕਦੇ ਸੀ ਕਿ ਇੱਦਾਂ ਐਗਜ਼ਿਸਟ ਕਰਦੀਆਂ ਨੇ 20-25 ਦਿਨ ਦੀ ਜਰਨੀ ਤੋਂ ਸ਼ੁਰੂ ਕਰਦੇ ਹਾਂ ਚੰਡੀਗੜ੍ਹੋਂ ਨਿਕਲੇ ਹਾਂਜੀ ਹਾਂਜੀ ਕਿੱਧਰ ਨੂੰ ਗੱਡੀ ਦਾ ਜਿਹੜਾ ਕਹਿ ਲਓ ਵਹੀਰ ਕੱਤੀ ਅਤੇ ਜਿਹੜਾ 5-7 ਦਿਨ 'ਚ ਕਿੱਥੇ ਕੁ ਤੱਕ ਪਹੁੰਚੇ ਤੁਸੀਂ ਅਸੀਂ ਪਹਿਲੀ 2 ਰਾਤਾਂ ਦਿੱਲੀ ਰੁਕੇ ਕਿਉਂਕਿ ਉਸ ਟਾਈਮ ਉੱਥੇ ਸਾਡਾ ਔਫਿਸ਼ੀਅਲ ਕੰਮ ਸੀਗਾ ਅਸੀਂ ਕਿਹਾ ਵੀ ਰਸਤੇ ਜਾ ਰਹੇ ਹਾਂ ਅਤੇ ਫਿਰ ਅਸੀਂ ਬਰੇਲੀ ਸਾਡੇ ਰਿਸ਼ਤੇਦਾਰ ਹੈਗੇ ਨੇ ਉਹਨਾਂ ਕੋਲ ਚਲੇ ਗਏ ਅਤੇ 2 ਦਿਨ ਉੱਥੇ ਰੁਕੇ ਮੇਰਾ ਖਿਆਲ ਇੰਦਰਾ ਗਾਂਧੀ ਹੋਣਾ ਜਾਂ ਸੋਨੀਆ ਗਾਂਧੀ ਹੋਣਾ ਦੀ ਰਾਈਡਿੰਗ ਹੈਗੀ ਆ ਮੇਰਾ ਖਿਆਲ ਉਹ ਰਾਏ ਬਰੇਲੀ ਹੈ ਬਟ ਖਾਲੀ ਬਰੇਲੀ ਜਿਹੜਾ ਹੈਗਾ ਅੱਛਾ ਯਾਨੀ ਉੱਦਾਂ ਪਰ ਰਾਈਡਿੰਗ ਉਹੀ ਹਨ ਜੀ ਮੇਰੇ ਦਿਮਾਗ 'ਚ ਆ ਗਏ ਇਹਨਾਂ ਦੀ ਮੇਰਾ ਖਿਆਲ ਹੁੰਦੀ ਸੀ ਹੈ ਨਾ ਹਾਂਜੀ ਅਤੇ ਉਸ ਤੋਂ ਬਾਅਦ ਅਸੀਂ ਲਖਨਊ ਸਾਡੇ ਰਿਸ਼ਤੇਦਾਰ ਨੇ ਉੱਥੇ ਗਏ ਠੀਕ ਹੈ ਜੀ ਫਿਰ ਅਸੀਂ ਵਾਰਾਨਸੀ ਗਏ ਵਾਰਾਨਸੀ ਸਾਨੂੰ ਯੂਪੀ 'ਚ ਰਹੇ ਜਾਣੀ ਇਹ ਹਾਂਜੀ ਵਾਰਾਨਸੀ 'ਚ ਬੜੀ ਵਧੀਆ ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਵਾਰਾਨਸੀ 'ਚ ਗੁਰਦੁਆਰਾ ਸਾਹਿਬ ਹੈਗਾ ਠੀਕ ਹੈ ਜੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਉਮਰ ਦੇ 6 ਸਾਲ ਔਰ 8 ਮਹੀਨੇ ਰਹੇ ਔਰ ਸਾਨੂੰ ਇਸ ਜਰਨੀ ਤੋਂ ਪਹਿਲਾਂ ਨਹੀਂ ਪਤਾ ਸੀਗਾ ਗੁਰੂ ਨਾਨਕ ਪਾਤਸ਼ਾਹ ਵੀ ਉੱਥੇ ਆਏ ਹੋਏ ਨੇ ਸੋ ਇਹ ਅਸੀਂ ਚੀਜ਼ਾਂ ਸਾਰੀਆਂ ਆਪਣੀ ਜਰਨੀ 'ਤੇ ਆਲਰੇਡੀ ਐਕਸਪਲੋਰ ਕਰਦੇ ਅਸੀਂ ਚਾਹੁੰਦੇ ਤਾਂ ਸਿੱਧਾ ਵੀ ਪਹੁੰਚ ਸਕਦੇ ਸੀਗੇ ਅੱਗੇ ਨੂੰ ਨਿਕਲ ਸਕਦੇ ਸੀ ਆਪਣੀ ਡੈਸਟੀਨੇਸ਼ਨ ਨੂੰ ਬਟ ਅਸੀਂ ਕਿਹਾ ਵੀ ਪਹਿਲਾਂ ਅਸੀਂ ਇਹ ਰਸਤੇ 'ਤੇ ਜਾ ਰਹੇ ਹਾਂ ਅਤੇ ਅਸੀਂ ਇੰਡੀਆ ਨੂੰ ਪਹਿਲਾਂ ਆਪਣੇ ਦਰਸ਼ਨ ਕਰਦੇ ਜਾਈਏ ਗੁਰਦੁਆਰੇ ਸਾਹਿਬ ਸਾਰੇ ਦਰਸ਼ਨ ਵਾਰਾਨਸੀ ਤੋਂ ਫਿਰ ਯੂਪੀ ਤੋਂ ਕਿਹ ਨੂੰ ਨਿਕਲੇ ਜੀ ਫਿਰ ਅਸੀਂ ਵਾਰਾਨਸੀ ਤੋਂ ਬਿਹਾਰ ਪਟਨਾ ਸਾਹਿਬ ਗੁਰਦੁਆਰੇ ਠੀਕ ਹੈ ਜੀ ਅਤੇ ਪਟਨਾ ਸਾਹਿਬ ਤੋਂ ਫਿਰ ਸਿਲੀਗੁੜੀ ਫਿਰ ਉਸ ਤੋਂ ਬਾਅਦ ਸਿੱਕਮ ਗਏ 5 ਦਿਨ ਅਸੀਂ ਸਿੱਕਮ ਰੁਕੇ ਕਿਉਂਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਆਏ ਨੇ ਉਹਨਾਂ ਨੇ ਕਾਫੀ ਕੌਤਕ ਉੱਥੇ ਵਰਤਾਏ ਨੇ ਅਤੇ ਇੱਥੋਂ ਬਿਹਾਰ ਤੋਂ ਸਿੱਕਮ ਦਾ ਸਫ਼ਰ ਕਿੰਨਾ ਕੁ ਸੀ ਤਕਰੀਬਨ 1 ਦਿਨ ਸਾਨੂੰ ਲੱਗ ਗਿਆ ਪੂਰਾ ਠੀਕ ਹੈ ਜੀ ਬਿਹਾਰ ਤੋਂ ਸਿੱਕਮ ਹੈ ਫਿਰ ਠੀਕ ਹੈ ਬੜਾ ਜ਼ਿਆਦਾ ਨਹੀਂ ਹੈਗਾ ਠੀਕ ਹੈ ਅਤੇ ਫਿਰ ਸਿੱਕਮ ਤੋਂ ਅੱਗੇ ਜੀ ਅਤੇ ਸਿੱਕਮ ਤੋਂ ਅੱਗੇ ਫਿਰ ਅਸੀਂ ਨੀਚੇ ਆ ਗਏ ਇੱਕ ਗੁਰਦੁਆਰਾ ਸਾਹਿਬ ਹੈ ਆਸਾਮ ਵਿੱਚ ਧੂਬਰੀ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਵੀ ਆਏ ਨੇ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਨੇ ਅਸੀਂ ਉੱਥੇ ਦਰਸ਼ਨ ਕਰਦੇ ਹੋਏ ਫਿਰ ਗੁਹਾਟੀ ਰੁਕੇ ਰਾਤੀ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਫਿਰ ਨੌਰਥ ਈਸਟ ਵਾਲੇ ਪਾਸੇ ਪਹਿਲਾਂ ਕਾਜ਼ੀਰੰਗਾ ਨੈਸ਼ਨਲ ਪਾਰਕ ਗਏ ਜੋ ਕਿ ਫਿਰ ਹੀ ਬਹੁਤ ਸੋਹਣੀ ਜਗ੍ਹਾ ਹੈ ਉਸ ਤੋਂ ਬਾਅਦ ਫਿਰ ਨੀਚੇ ਨੌਰਥ ਈਸਟ ਵਾਲੇ ਪਾਸੇ ਆਪਣਾ ਮਨੀਪੁਰ ਹੋ ਗਿਆ ਅਤੇ ਮੇਘਾਲਿਆ ਹੋ ਗਿਆ ਅਤੇ ਇਹ ਸਭ ਨੌਰਥ ਈਸਟ ਚਾਈਨਾ ਬੜੇ ਜਾਂ ਤਿੱਬਤ ਭੂਟਾਨ ਇੱਧਰ ਕਿੱਧਰ ਭੂਟਾਨ ਦੇ ਵਿੱਚ ਅਸੀਂ ਇੱਕ ਰਾਤ ਭੂਟਾਨ ਵਿੱਚ ਗਏ ਸੀਗੇ ਜਿੱਥੇ ਕਿ ਗੁਰਦੁਆਰਾ ਸਾਹਿਬ ਇੱਕ ਹੈਗਾ ਫਿਨਸ਼ਲਿੰਗ ਵਿੱਚ ਉੱਥੇ ਕਿੰਗ ਆਫ ਭੂਟਾਨ ਨੇ ਸਿੱਖ ਆਰਮੀ ਵਾਸਤੇ 1970 ਵਿੱਚ ਬਣਾਇਆ ਸੀਗਾ ਉਹਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਜਿਹੜਾ ਫਾਈਨਲ ਐਗਜ਼ਿਟ ਅਸੀਂ ਲਿਆ ਇੰਡੀਆ ਤੋਂ ਉਹ ਸੀਗਾ ਮਿਆਂਮਾਰ ਦੀ ਤਰਫੋਂ ਅੱਛਾ ਮਿਆਂਮਾਰ ਹਾਂਜੀ ਠੀਕ ਹੈ ਜੀ ਕਿੰਨੇ ਕੁ ਭੈਣ ਜੀ ਜਿੱਦਾਂ ਤੁਸੀਂ ਜਿੱਦਾਂ ਭਾਅ ਜੀ ਨੇ ਕਿਹਾ ਵੀ ਅਸੀਂ ਦਿੱਲੀ ਦੇ ਵਿੱਚ ਉੱਥੇ ਅਫੀਸ਼ੀਅਲ ਕੰਮ ਕੀਤੇ ਕੀ ਤੁਸੀਂ ਸਾਰਾ ਜਿਹੜਾ GPS ਆ ਉਹ ਪਲੈਨ ਕਰਕੇ ਨਿਕਲੇ ਵੀ ਇੱਥੋਂ ਇੱਥੇ ਵੜਨਾ ਇੱਥੋਂ ਇਸ ਕੰਟਰੀ 'ਚ ਵੜਨਾ ਕੀ ਉਹ ਪਲੈਨਿੰਗ ਸਾਰੀ ਪਹਿਲਾਂ ਜਿਹੜੀ ਆ ਕਿਉਂਕਿ ਪਲੈਨਿੰਗ ਦੇ ਵਿੱਚ ਲੇਡੀਜ਼ ਬਹੁਤ ਮਾਹਰ ਹੁੰਦੀਆਂ ਖਾਸ ਤੌਰ ਦੇ ਉੱਤੇ ਤੁਸੀਂ ਜਿੱਦਾਂ ਦੱਸਿਆ ਵਿਆ ਵੀ ਠੀਕ ਹੈ ਔਰ ਉਹ ਸਾਰੇ ਵੀਜ਼ੇ ਜਿਹੜੇ ਆ ਉਹ ਦਿੱਲੀਓਂ ਲਵਾ ਕੇ ਤੁਰੇ ਜਾਂ ਤੁਸੀਂ ਕੰਟਰੀ ਆਫਟਰ ਕੰਟਰੀ ਵੀ ਕਿੱਦਾਂ ਕੀ ਪਲੈਨਿੰਗ ਸੀ ਸਾਡਾ ਜੋ ਪੂਰਾ ਰੂਟ ਮੈਪ ਸੀਗਾ ਲੰਡਨ ਤੱਕ ਦਾ ਪਲਾਨ ਸੀਗਾ ਸਾਰੇ ਬਿਲਕੁਲ ਸਾਰਾ ਐਨ ਹਾਂਜੀ ਸਾਰਾ ਬੁਕਿੰਗਸ ਦੇ ਨਾਲ ਕਿਉਂਕਿ ਉਹ ਬੁਕਿੰਗਸ ਸ਼ੋਅ ਕਰਕੇ ਹੀ ਅਸੀਂ ਵੀਜ਼ਾ ਲੈ ਸਕਦੇ ਸੀਗੇ ਕਾਫੀ ਕੰਟਰੀਜ਼ ਦਾ ਇੱਕ ਕੰਟਰੀ ਵਿੱਚ ਅਗਰ ਅਸੀਂ 3 ਦਿਨ ਰੁਕਣਾ ਹੈ 5 ਦਿਨ ਰੁਕਣਾ ਹੈ ਉਨੇ ਦਿਨ ਦਾ ਹੀ ਸਾਨੂੰ ਵੀਜ਼ਾ ਮਿਲਦਾ ਸੀਗਾ ਅਤੇ ਅਸੀਂ 1 ਸਾਲ ਪਹਿਲਾਂ ਇੱਥੋਂ ਹੀ ਪਲੈਨਿੰਗ ਸ਼ੁਰੂ ਕਰਤੀ ਸੀਗੀ ਸਾਰੇ ਵੀਜ਼ਾਜ਼ ਲੈਣ ਵਾਸਤੇ ਕਾਰ ਦਾ ਵੀ ਪਰਮਿਟ ਹੁੰਦਾ ਸਾਰੇ ਕੰਟਰੀਜ਼ ਵਿੱਚ ਐਂਟਰ ਕਰਨ ਦਾ ਸਾਰੀ ਬੁਕਿੰਗਸ ਕਰਾਉਣ ਦਾ ਸਾਡੀ 1 ਸਾਲ ਤੋਂ ਪਲੈਨਿੰਗ ਚੱਲ ਰਹੀ ਸੀਗੀ ਵੈਰੀ ਨਾਈਸ ਔਰ ਸਾਰੇ ਔਰ ਅੱਛਾ ਜੀ ਆਪਾਂ ਮਿਆਂਮਾਰ ਚਲੇ ਗਏ ਹੁਣ ਮਿਆਂਮਾਰ ਤੋਂ ਫਿਰ ਅੱਗੇ ਕਿਹਨੂੰ ਨਿਕਲਣਾ ਹੁਣ ਹਾਂਜੀ ਮਿਆਂਮਾਰ ਤੋਂ ਅੱਗੇ ਅਸੀਂ ਗਏ ਥਾਈਲੈਂਡ ਠੀਕ ਹੈ ਜੀ ਥਾਈਲੈਂਡ ਤੋਂ ਬਾਅਦ ਉੱਥੇ ਵੀ ਗੁਰਦੁਆਰਾ ਸਾਹਿਬ ਹੈ ਚਿਆਂਗ ਰਾਏ ਅਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਉਹ ਚਿਆਂਗ ਰਾਏ ਰੀਜਨ ਉਹੀ ਹੈਗਾ ਹੈ ਜਿੱਥੇ ਕਿ ਆਪਾਂ ਮਹੀਨਾ ਪਹਿਲਾਂ ਦੇਖਿਆ ਸੀ ਕਿ ਬੱਚੇ ਕੁਝ ਕੇਵਸ ਵਿੱਚ ਫਸ ਗਏ ਸੀਗੇ ਵਰਲਡ ਨਿਊਜ਼ ਆਈ ਸੀ ਉਸੀ ਰੀਜਨ ਵਿੱਚ ਗੁਰਦੁਆਰਾ ਸਾਹਿਬ ਅਸੀਂ ਉੱਥੋਂ ਲੰਘ ਕੇ ਆਏ ਹੋਏ ਹਾਂ ਅੱਛਾ ਅੱਛਾ ਤੇ ਔਰ ਉਹ ਗੁਰਦੁਆਰਾ ਸਾਹਿਬ ਦੀ ਫਿਰ ਹਿਸਟਰੀ ਕੀ ਆ ਉਹ ਹਿਸਟਰੀ ਉਹ ਤੇ ਸੰਗਤ ਨੇ ਵੈਸੇ ਹੀ ਬਣਾਇਆ ਅੱਛਾ ਉਹਦਾ ਬਣਾ ਹੋ ਜਿੱਦਾਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਬਣਾ ਲਏ ਆ ਠੀਕ ਆ ਪਰ ਕੋਈ ਆਪਣੇ ਗੁਰੂ ਮਹਾਰਾਜ ਉੱਥੇ ਪਹੁੰਚੇ ਨਹੀਂ ਭਜਾਣੀ ਉਧਰ ਤੱਕ ਕਿਉਂਕਿ ਸਿੱਕਮ ਭੂਟਾਨ ਤੱਕ ਤਾਂ ਆਪਣੇ ਹੈਗਾ ਹੈ ਨਾ ਬਈ ਜਿਹੜਾ ਬਈ ਭੂਟਾਨ ਦੇ ਬਾਦਸ਼ਾਹ ਨੇ ਹੁਣ ਵੀ ਆਉਂਦਾ ਹੁੰਦਾ ਸੀ ਵੀ ਉਹ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਉਹ ਨਿਕਲਦੀ ਕਰਦੀ ਆ ਆਪਾਂ ਉੱਥੇ ਤੱਕ ਬੰਗਲਾਦੇਸ਼ ਤੱਕ ਵੀ ਆਪਾਂ ਸੁਣਦੇ ਹੈਗੇ ਹਾਂ ਵੀ ਗੁਰਦੁਆਰਾ ਸਾਹਿਬਾਨ ਹੈਗੇ ਆ ਠੀਕ ਆ ਸੋ ਅੱਛਾ ਭੂਟਾਨ ਤੋਂ ਫਿਰ ਤੁਸੀਂ
ਹਾਂਜੀ ਥਾਈਲੈਂਡ ਥਾਈਲੈਂਡ ਤੋਂ ਬਾਅਦ ਫਿਰ ਅਸੀਂ ਲਾਓ ਸੈਂਟਰ ਕੀਤੇ ਠੀਕ ਹੈ ਜੀ ਉੱਥੇ ਵੀ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਠੀਕ ਹੈ ਫਿਰ ਹੁਣ ਸਰ ਮੈਂ ਤੁਹਾਨੂੰ ਚਾਈਨਾ ਬੜੇ ਕਿ ਨਹੀਂ ਫਿਰ ਹਾਂਜੀ ਹਾਂਜੀ ਅੱਛਾ ਜੀ ਲਾਓਸ ਜਿਵੇਂ ਇਹ ਕੰਟਰੀ ਤੋਂ ਪਹਿਲਾਂ ਇਹ ਟ੍ਰਿਪ ਤੋਂ ਪਹਿਲਾਂ ਇਹ ਟ੍ਰਿਪ ਦੀ ਪਲੈਨਿੰਗ ਤੋਂ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਲਾਓਸ ਵਰਗੀ ਕੰਟਰੀ ਇੱਕ ਐਗਜ਼ਿਸਟ ਕਰਦੀ ਹੈ ਇਹ ਹੈ ਫਿਰ ਅੱਛਾ ਥਾਈਲੈਂਡ ਦੇ ਨਾਲ ਇਹਦਾ ਬਾਰਡਰ ਸ਼ੇਅਰਿੰਗ ਹੈਗਾ ਹਾਂ ਠੀਕ ਹੈ ਜੀ ਤੇ ਲਾਓਸ ਤੋਂ ਬਾਅਦ ਫਿਰ ਅਸੀਂ ਚਾਈਨਾ ਐਂਟਰ ਕੀਤੇ ਸੋ ਇਟਸ ਅ ਕਨੈਕਟਿੰਗ ਕਨੈਕਸ਼ਨ ਬਿਟਵੀਨ ਥਾਈਲੈਂਡ ਐਂਡ ਹਾਂਜੀ ਚਾਈਨਾ ਹਾਂ ਠੀਕ ਹੈ ਜੀ ਤੇ ਚਾਈਨਾ ਸਾਡਾ ਲੌਂਗੈਸਟ ਸਟੇ ਸੀਗਾ 17 ਦਿਨ ਦਾ 17 ਡੇਜ਼ ਦਾ ਅਸੀਂ ਆਲਮੋਸਟ 6000 ਕਿਲੋਮੀਟਰ ਅਸੀਂ ਚਾਈਨਾ ਵਿੱਚ ਡਰਾਈਵ ਕੀਤਾ ਉੱਥੇ ਗੁਰਦੁਆਰਾ ਸਾਹਿਬ ਲੱਭਿਆ ਕਿ ਨਹੀਂ ਉੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਆਪਣੀ ਪੰਜਾਬੀਆਂ ਦੀ ਆਦਤ ਹੁੰਦੀ ਹੈ ਜੀ ਮੈਂ ਤੁਹਾਨੂੰ ਦੱਸਦਾ ਸਾਡੇ ਆਫਿਸ ਦੀ ਸਾਡੀ ਉਹ ਬੇਸਿਕਲੀ ਅਵਾਰਡ ਸੈਰੇਮਨੀ ਸੀ ਲਾਸ ਵੇਗਸ ਹੈ ਨਾ ਠੀਕ ਹੈ ਜੀ ਜਿਸ ਲਈ ਉੱਥੇ ਹੁਣ ਲਾਸ ਵੇਗਸ ਬੇਸਿਕਲੀ ਇਟਸ ਏ ਸਿਨ ਸਿਟੀ ਵੀ ਉੱਥੇ ਤਾਂ ਸਿਰਫ ਜ਼ਿਆਦਾ ਜਿਹੜਾ ਜੂਆਈ ਬੇਸਿਕਲੀ ਚੱਲਦਾ ਸਾਰਾ ਕੁਛ ਹੈ ਨਾ ਅਤੇ ਹੁਣ ਬੀਏਗੇ ਸਿੱਖ ਉੱਥੇ ਮੈਂ ਬੈਠੇ ਸਵੇਰ ਨੂੰ ਉੱਥੇ ਮੈਂ ਗੂਗਲ ਕੀਤਾ ਵੀ ਐਨੀ ਬਈ ਸਿੱਖ ਟੈਂਪਲ ਹੀਅਰ ਉੱਥੇ ਦੋ ਗੁਰਦੁਆਰਾ ਸਾਹਿਬ ਨਿਕਲੇ ਠੀਕ ਹੈ ਅਤੇ ਜਿਹੜਾ ਲਾਗੇ ਸੀ ਮੈਂ ਆਪਣੇ ਫਰੈਂਡ ਨੂੰ ਕਿਹਾ ਮੈਂ ਕਿਹਾ ਵੀ ਸ਼ਾਵਰ ਲੈ ਵੀ ਆਪਾਂ ਤਾਂ ਪਹਿਲਾਂ ਸਵੇਰ ਨੂੰ ਇਹੀ ਕੰਮ ਕਰਨਾ ਬਈ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਆ ਠੀਕ ਹੈ ਅਸੀਂ ਉੱਥੇ ਆਹ ਹੀ ਚੀਜ਼ ਜਿੱਦਾਂ ਫੋਟੋਆਂ ਖਿੱਚੀਆਂ ਵੀ ਮਤਲਬ ਤੁਸੀਂ ਇੱਕ ਥੋੜ੍ਹਾ ਜਿਹਾ ਆਪਾਂ ਨੂੰ ਇਸ ਚੀਜ਼ ਦੀ ਅਟੈਚਮੈਂਟ ਅਤੇ ਪ੍ਰਾਊਡ ਵੀ ਹੁੰਦਾ ਆ ਬਿਲਕੁਲ ਜੀ ਰਾਈਟ ਸੋ ਕੋਈ ਵੀ ਹੁਣ ਇੱਕ ਹੋ ਰਿਹਾ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਦਾ ਜਿਵੇਂ ਇੱਥੇ ਸਾਡੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਜੀ ਟੀ ਏ ਦੇ ਵਿੱਚ ਬਣਾਇਆ ਸੀ ਇੱਥੇ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਆ ਪੇਪ ਗੁਰਦੁਆਰਾ ਸਾਹਿਬ ਹੈਗਾ ਸ਼ਾਇਦ ਤੁਹਾਨੂੰ ਹਾਂਜੀ ਜਾਣ ਦਾ ਮੌਕਾ ਮਿਲੇ ਤਾਂ ਜ਼ਰੂਰ ਜਾਇਓ ਕਿਉਂਕਿ ਸਾਡਾ ਸਭ ਤੋਂ ਹਿਸਟੋਰਿਕ ਇੱਥੇ ਪੁਰਾਣਾ ਗੁਰਦੁਆਰਾ ਹੈਗਾ ਕਾਫ਼ੀ ਉਹਦੀ ਹਿਸਟਰੀ ਮਤਲਬ ਆਪਣੇ ਕਾਫ਼ੀ ਲੋਕਾਂ ਨੇ ਉਹਨੂੰ ਸਟਰਗਲ ਕਰਕੇ ਜਦੋਂ ਕੋਈ ਵੀ ਨਹੀਂ ਸੀ ਹੁੰਦਾ ਤਕਰੀਬਨ 60s-70s ਦੇ ਵਿੱਚ ਉਹ ਬਣ ਸਥਾਪਿਤ ਕੀਤਾ ਇਸ ਵੇਲੇ ਤਾਂ ਬਿਲਕੁਲ ਡਾਊਨ ਟਾਊਨ ਦੇ ਵਿੱਚ ਕਾਫ਼ੀ ਐਕਸਪੈਂਸਿਵ ਉਹ ਏਰੀਆ ਹੈਗਾ ਠੀਕ ਹੈ ਪਾਪੂਲੇਸ਼ਨ ਉੱਥੇ ਘੱਟ ਗਈ ਆ ਪਰ ਸਟਿਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਉਸ ਡਾਊਨ ਟਾਊਨ ਦੇ ਹਿਸਾਬ ਨਾਲ ਕਾਫ਼ੀ ਵੱਡੀ ਹੈਗੀ ਆ ਹੁਣ ਕੋਈ ਵੀ ਰਿਸ਼ਤੇਦਾਰ ਕਿਤਿਓਂ ਵੀ ਦੁਨੀਆ 'ਚੋਂ ਆਵੇ ਤਾਂ ਜਦੋਂ ਆਉਣ ਜਦੋਂ ਡਾਊਨ ਟਾਊਨ ਜਾਈਦਾ ਜ਼ਰੂਰ ਹੁੰਦਾ ਵੀ ਚਲੋ ਗੁਰਦੁਆਰਾ ਸਾਹਿਬ ਜ਼ਰੂਰ ਇਹਨਾਂ ਨੂੰ ਮੱਥਾ ਟਿਕਾ ਕੇ ਲੈ ਜਾਂਦੇ ਹਾਂ ਰਾਈਟ ਵੀ ਆਪਾਂ ਨੂੰ ਇੱਕ ਹੁੰਦਾ ਵੀ ਇੱਥੇ ਭਾ ਲਈਏ ਹਨਾ ਬਿਲਕੁਲ ਜੀ ਜਦੋਂ ਤੁਸੀਂ ਚਾਈਨਾ ਤੋਂ ਤੁਰੇ ਫਿਰ ਕਿੱਧਰ ਨੂੰ ਹਾਂਜੀ ਸਫ਼ਰ ਰਿਹਾ ਫਿਰ ਚਾਈਨਾ ਤੋਂ ਅਸੀਂ ਐਂਟਰ ਕੀਤੇ ਕਿਰਗਿਸਤਾਨ ਪਹਿਲਾਂ ਜਿਹੜਾ ਤੁਸੀਂ ਭੈਣ ਜੀ ਚਾਈਨਾ ਦੇ ਵਿੱਚ ਭਾਅ ਜੀ ਕਹਿੰਦੇ ਸਭ ਤੋਂ ਲੌਂਗੈਸਟ ਜਰਨੀ ਵੇ ਤਕਰੀਬਨ 15-16 ਦਿਨ ਤੁਸੀਂ ਸਟੇਅ ਕੀਤੀ ਉੱਥੇ 17 ਦਿਨ ਚਾਈਨਾ ਨੂੰ ਐਕਸਪਲੋਰ ਕੀਤਾ ਕੀ ਮਿਸ਼ਨ ਕੀ ਸੀ ਚਾਈਨਾ ਨੂੰ ਐਕਸਪਲੋਰ ਕੀਤਾ ਇੱਕ ਤਾਂ ਚਾਈਨਾ ਐਜ਼ ਅ ਕੰਟਰੀ ਵੀ ਬਹੁਤ ਵੱਡਾ ਉਹਨੂੰ ਕ੍ਰੋਸ ਕਰਦਿਆਂ ਵੀ ਇੰਨਾ ਟਾਈਮ ਲੱਗਣਾ ਸੀ ਜਿੱਦਾਂ ਕਿ ਅਸੀਂ 6000 ਕਿਲੋਮੀਟਰ ਡਰਾਈਵ ਕੀਤਾ ਪਰ ਅਸੀਂ ਕੰਟੀਨਿਊਸਲੀ ਡਰਾਈਵ ਨਹੀਂ ਕਰਦੇ ਸੀਗੇ 4-5 ਦਿਨ ਬਾਅਦ ਕਿਸੇ ਵੱਡੇ ਸਿਟੀ ਵਿੱਚ ਅਸੀਂ 2 ਦਿਨ ਦਾ ਬ੍ਰੇਕ ਲੈ ਕੇ ਉਹ ਸਿਟੀ ਨੂੰ ਐਕਸਪਲੋਰ ਕਰਦੇ ਸੀ ਜਿੱਦਾਂ ਚੈਂਦੂ ਰੁਕੇ ਅਸੀਂ ਦੁਨਹੁਆਂਗ ਰੁਕੇ ਜੋ ਕਿ ਇੱਕ ਡੈਜ਼ਰਟ ਰੀਜਨ ਹੈ ਗੋਬੀ ਡੈਜ਼ਰਟ ਹੈ ਉੱਥੇ ਬਹੁਤ ਵੱਡਾ ਉੱਥੇ ਅਸੀਂ ਡੈਜ਼ਰਟ ਰੀਜਨ ਇੰਜੋਏ ਕੀਤਾ ਫਿਰ ਗਲੇਸ਼ੀਅਰ ਰੀਜਨ ਵਿੱਚ ਗਏ ਫਿਰ ਅੱਗੇ ਇੱਕ ਪੂਰਾ ਇੱਕ ਲਾਸਟ ਡਿਸਟ੍ਰਿਕਟ ਜੋ ਆਉਂਦੀ ਹੈ ਬਿਲਕੁਲ ਬੈਰਨ ਲੈਂਡ ਹੈ ਕਿਉਂਕਿ ਉਹ ਹਿਮਾਲਿਆ ਦੇ ਬੈਕ ਸਾਈਡ 'ਤੇ ਆਉਂਦੀ ਹੈ ਸੈਮੀ ਡੈਜ਼ਰਟ ਏਰੀਆ ਹੈ ਅਤੇ ਚਾਈਨਾ ਵੀ ਬਹੁਤ ਹੀ ਸੋਹਣਾ ਕੰਟਰੀ ਹੈ ਚਲੋ ਮੈਂ ਉਹ ਪੁੱਛਣਾ ਰਹਿ ਗਿਆ ਵੀ ਜਿਸ ਲਈ ਅਸੀਂ ਚੰਡੀਗੜ੍ਹੋਂ ਹੀ ਤੁਰੇ ਹਾਂ ਕਿ ਜ਼ਿਆਦਾ ਜਿਸ ਲਈ ਅਸੀਂ ਕਿਉਂਕਿ ਪਹਾੜੀ ਡੈਫੀਨੇਟਲੀ ਜ਼ਿਆਦਾ ਹਿੱਲੀ ਏਰੀਆ ਹੋਊਗਾ ਕੀ ਵਿੱਚ ਪੰਜਾਬ ਵਾਂਗ ਜਾਂ ਚੰਡੀਗੜ੍ਹ ਵਾਂਗ ਪਲੇਨ ਏਰੀਏ ਵੀ ਆਉਂਦੇ ਹੈਗੇ ਜਦੋਂ ਤੁਸੀਂ ਇੱਕ ਵਾਰੀ ਯੂਪੀ ਬਿਹਾਰ ਛੱਡਿਆ ਕਿਉਂਕਿ ਯੂਪੀ ਬਿਹਾਰ ਦੇ ਵਿੱਚ ਤਾਂ ਪਲੇਨ ਏਰੀਏ ਕਾਫੀ ਹੈਗੇ ਆ ਯੂਪੀ ਬਿਹਾਰ ਛੱਡ ਕੇ ਜਦੋਂ ਤੁਸੀਂ ਸਿੱਕਮ ਇੱਧਰ ਨੂੰ ਨਿਕਲਦੇ ਆ ਫਿਰ ਵਿੱਚ ਪਲੇਨ ਏਰੀਏ ਵੀ ਆਉਂਦੇ ਹੈਗੇ ਆ ਹਾਂਜੀ ਸਾਰਾ ਇਹ ਪਲੇਨ ਏਰੀਆ ਜਦੋਂ ਅਸੀਂ ਚੰਡੀਗੜ੍ਹ ਤੋਂ ਨਿਕਲੇ ਯੂਪੀ ਅਤੇ ਪਟਨਾ ਤੱਕ ਪਲੇਨ ਏਰੀਆ ਮਿਲਦਾ ਫਿਰ ਜਦੋਂ ਅਸੀਂ ਸਿੱਕਮ ਐਂਟਰ ਕਰਦੇ ਹਾਂ ਉੱਥੇ ਫਿਰ ਹਿੱਲੀ ਏਰੀਆ ਸਾਨੂੰ ਮਿਲਿਆ ਸਿੱਕਮ ਠੀਕ ਹੈ ਯੂਪੀ ਬਿਹਾਰ ਸਾਰਾ ਇਹ ਤੁਸੀਂ ਪਲੇਨ 'ਚ ਹੀ ਹਾਂਜੀ ਠੀਕ ਆ ਅੱਛਾ ਫਿਰ ਸਿੱਕਮ ਦੇ ਵਿੱਚ ਜਾ ਕੇ ਫਿਰ ਸਾਰਾ ਹਿੱਲ ਏਰੀਆ ਫਿਰ ਸਿੱਕਮ ਤੋਂ ਭੂਟਾਨ ਤੱਕ ਜਿੱਦਾਂ ਉੱਧਰ ਤੁਸੀਂ ਗਏ ਆ ਥਾਈਲੈਂਡ ਤੱਕ ਉਹ ਸਾਰਾ ਹਿੱਲ ਏਰੀਆ ਹੈਗਾ ਫਿਰ ਆਲਮੋਸਟ ਹਿੱਲ ਏਰੀਆ ਹੈਗਾ ਬਹੁਤ ਘੱਟ ਘੱਟ ਤੁਹਾਨੂੰ ਪਲੇਨ ਮਿਲਦਾ ਮੈਕਸੀਮਮ ਹਿੱਲ ਏਰੀਆ ਹੀ ਹੈ ਮੈਕਸੀਮਮ ਹਿੱਲ ਏਰੀਆ ਤੇ ਚਾਈਨਾ ਕਿਹੋ ਜਿਹੀ ਇਹਦੀ ਦੂਸਰੀ ਆ ਜੀਓਗ੍ਰਾਫੀ ਜਿੱਦਾਂ ਵੀ ਰੋਲਿੰਗ ਹਿੱਲਸ ਆ ਕੈਨੇਡਾ ਵਾਂਗ ਜਿੱਦਾਂ ਹੁਣ ਸਾਡੇ ਇੱਥੇ ਰੋਲਿੰਗ ਹਿੱਲਸ ਹੈਗੀਆਂ ਜਾਂ ਪਲੇਨ ਹੈਗਾ ਜਾਂ ਕਿਹੋ ਜਿਹੀ ਹੈਗੀ ਆ ਜੀ ਇਹਦੀ ਧਰਾਤਲ ਚਾਈਨਾ ਇੱਕ ਇੱਦਾਂ ਦੀ ਕੰਟਰੀ ਸਾਨੂੰ ਪੂਰੇ ਟ੍ਰਿਪ ਵਿੱਚ ਲੱਗੀ ਹਾਂਜੀ ਜਿਹੜੀ ਕਿ ਜਿੱਥੇ ਸਾਨੂੰ ਮਿਕਸ ਆਫ ਬਾਇਓਡਾਇਵਰਸਿਟੀ ਮਿਲੀ ਠੀਕ ਹੈ ਮਤਲਬ ਸਾਨੂੰ ਡੈਜ਼ਰਟ ਰੀਜਨ ਵੀ ਮਿਲਿਆ ਸਾਨੂੰ ਪਲੇਨ ਰੀਜਨ ਵੀ ਮਿਲਿਆ ਸਾਨੂੰ ਬੈਰਨ ਲੈਂਡ ਵੀ ਮਿਲਿਆ ਸਾਨੂੰ ਗਲੇਸ਼ੀਅਰ ਰੀਜਨ ਵੀ ਮਿਲਿਆ ਔਰ ਮਤਲਬ ਜਿਹੜੀ ਜਿਹੜੀ ਤੁਸੀਂ ਐਕਸਪੈਕਟ ਕਰ ਸਕਦੇ ਹੋ ਨਾ ਪੂਰੇ ਅਰਥ ਤੋਂ ਬਾਇਓਡਾਇਵਰਸਿਟੀ ਉਹ ਸਾਰਿਆਂ ਦਾ ਮਿਕਸ ਸਾਨੂੰ ਚਾਈਨਾ ਵਿੱਚ ਮਿਲਿਆ ਔਰ ਉਸ ਤੋਂ ਉੱਪਰ ਚਾਈਨਾ ਦਾ ਇਨਫਰਾਸਟ੍ਰਕਚਰ ਇੰਨਾ ਉਹ ਡਿਵੈਲਪ ਕੀਤਾ ਉਹਨਾਂ ਨੇ ਕਿ ਇੱਕ ਇੱਕ ਪ੍ਰੋਵਿੰਸ ਆਉਂਦੀ ਹੈ ਯੂਨਾਨ ਪ੍ਰੋਵਿੰਸ ਉਹ ਸਾਰੇ ਪਹਾੜੀ ਪ੍ਰੋਵਿੰਸ ਹੈ ਅਤੇ ਉੱਥੇ ਉਹਨਾਂ ਨੇ ਬਜਾਏ ਕਿ ਰੋਡਸ ਆਪਣਾ ਮਾਊਂਟੇਨਸ ਦੇ ਇੱਦਾਂ ਇੱਦਾਂ ਸਵਰਲ ਕਰਨ ਦੀ ਬਜਾਏ ਉਹਨਾਂ ਨੇ ਵੱਡੇ ਵੱਡੇ ਉੱਚੇ ਉੱਚੇ ਬ੍ਰਿਜਸ ਬਣਾ ਤੇ
ਤਾਂ ਕਿ ਤੁਹਾਡੀ ਤੁਹਾਡੀ ਗੱਡੀ 120 130 ਤੇ ਹੀ ਚਲਦੀ ਰਹੇ, ਤੁਹਾਨੂੰ ਇੱਦਾਂ ਇੱਦਾਂ ਮੋੜਨ ਦੀ ਲੋੜ ਨਾ ਪਏ। ਔਰ ਜਿੱਥੇ ਬਹੁਤ ਵੱਡਾ ਪਹਾੜ ਆਏ ਉੱਥੇ ਉਹਨਾਂ ਨੇ ਟਨਲ ਬਣਾ ਦਿੱਤੀ। ਲੌਂਗੈਸਟ ਟਨਲ ਜਿਹੜੀ ਅਸੀਂ ਡਰਾਈਵ ਕੀਤੀ ਉਹ 20 ਕਿਲੋਮੀਟਰ ਦੀ ਸੀਗੀ। ਔਰ ਇੰਨੀ ਵਧੀਆ ਤਰੀਕੇ ਨਾਲ ਇਨਫਰਾਸਟ੍ਰਕਚਰ ਬਣਾਇਆ ਕਿ ਕਦੋਂ ਤੁਸੀਂ 13,000 ਫੁੱਟ ਤੋਂ 3,000 ਫੁੱਟ ਤੇ ਆ ਜਾਂਦੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਹੈ ਐਂਡ ਨੰਬਰ 2, ਹਰੇਕ ਕੰਟਰੀ ਦੇ ਵਿੱਚ ਇਹ ਤਾਂ ਹੈ ਨਹੀਂ ਬਈ, ਮੈਨੂੰ ਤਾਂ ਲੱਗਦਾ ਨਹੀਂ ਕਿ ਬਈ ਸਾਰੀਆਂ ਭਾਸ਼ਾਵਾਂ ਤੁਸੀਂ ਸਿੱਖ ਕੇ ਗਏ। ਪ੍ਰੋਸੀਜਰ ਕੀ ਸੀ ਬਈ, ਲਾਈਕ ਤੁਹਾਨੂੰ ਉੱਥੇ ਟੂਰ ਗਾਈਡ ਜਾਂ ਤੁਹਾਨੂੰ GPS ਨਾਲ ਹੀ ਚੱਲੀ ਗਏ, ਲਾਈਕ ਜਿੱਦਾਂ ਹੁਣ ਤੁਸੀਂ ਨਿਕਲੇ, ਠੀਕ ਹੈ ਇੰਡੀਆ ਦੇ ਵਿੱਚ ਇੰਡੀਆ ਦਾ GPS ਚੱਲਦਾ ਹੋਊਗਾ, ਕੀ ਉਹ ਜਿਹੜਾ ਵਰਲਡਵਾਈਡ ਚੱਲੀ ਗਿਆ GPS ਨਾਲ ਜਾਂ ਟੂਰ ਗਾਈਡ ਲੈਣਾ ਪੈਂਦਾ ਸੀ, ਕੀ ਲਾਈਕ ਰਿਸੋਰਸਿਸ ਯੂਜ਼ ਕੀਤੇ? ਅਸੀਂ ਹਰ ਕੰਟਰੀ ਵਿੱਚ ਲੋਕਲ ਗਾਈਡ ਲਿੱਤਾ ਸੀਗਾ। ਕੁਛ ਕੰਟਰੀ ਜਿੱਦਾਂ ਮਿਆਂਮਾਰ ਹੈ, ਥਾਈਲੈਂਡ ਹੈ, ਚਾਈਨਾ ਹੈ, ਉੱਥੇ ਇੱਕ ਰੂਲ ਹੈ ਕਿ ਕਿਉਂਕਿ ਅਸੀਂ ਫੋਰਨ ਵਹੀਕਲ ਲੈ ਕੇ ਜਾ ਰਹੇ ਹਾਂ ਉੱਥੇ, ਅਤੇ ਸਾਨੂੰ ਇੱਕ ਐਸਕੋਟ ਵਹੀਕਲ ਅਤੇ ਉੱਥੇ ਦਾ ਲੋਕਲ ਗਾਈਡ ਰੱਖਣਾ ਕੰਪਲਸਰੀ ਸੀਗਾ। ਅੱਛਾ ਜੀ। ਤੇ ਉਹ ਲੋਕਲ ਗਾਈਡ ਵੀ ਸਾਨੂੰ ਲੈਂਗੁਏਜ ਵਿੱਚ ਹੈਲਪ ਕਰਦੇ ਸੀਗੇ, ਅਸੀਂ ਆਪਣੇ ਫੋਨ ਦੇ ਟ੍ਰਾਂਸਲੇਟਰ ਵੀ ਯੂਜ਼ ਕਰਦੇ ਸੀ ਕਿਉਂਕਿ ਲੈਂਗੁਏਜ ਪ੍ਰੋਬਲਮ ਤਾਂ ਸੀਗੀ ਯੂਰਪ ਤੱਕ, ਇੰਗਲਿਸ਼ ਲੋਕਾਂ ਨੂੰ ਘੱਟ ਆਉਂਦੀ, ਆਪਣੀ ਲੋਕਲ ਲੈਂਗੁਏਜ ਜ਼ਿਆਦਾ ਆਉਂਦੀ ਹੈ, ਇਸ ਲਈ ਸਾਡੇ ਕੋਲ ਲੋਕਲ ਗਾਈਡ ਸਾਰੇ ਕੰਟਰੀਜ਼ ਵਿੱਚ ਸੀਗੇ। ਸਾਰੇ ਤੇ ਜਿਹੜਾ ਰੋਡ ਲਈ ਇਹ GPS ਜਿਹੜਾ ਉਹ ਇੱਕੋ ਹੀ ਚੱਲੀ ਗਿਆ ਜਾਂ ਉਹ ਵੀ ਤੁਹਾਨੂੰ ਚੇਂਜ ਕਰਨਾ ਪੈਂਦਾ ਸੀ ਕਿਤੇ ਨਾ ਕਿਤੇ? ਨਹੀਂ, GPS ਤੇ ਅਸੀਂ ਯੂਜ਼ ਕਰਦੇ ਹੀ ਸੀਗੇ, ਬਟ ਕੁਝ ਕੰਟਰੀ ਜਿੱਦਾਂ ਚਾਈਨਾ ਹੈਗਾ, ਉੱਥੇ ਗੂਗਲ ਦਾ GPS ਨਹੀਂ ਚੱਲੇਗਾ ਪ੍ਰੋਪਰਲੀ ਕਿਉਂਕਿ ਉਹ ਉਹਨਾਂ ਦਾ ਆਪਣਾ ਬਾਬਾ, ਹਾਂਜੀ ਹਾਂਜੀ, ਦੋ ਚੱਲਦੇ ਸਰਵਰ, ਹਾਂਜੀ ਠੀਕ ਹੈ, ਤੇ ਫਿਰ ਉੱਥੇ ਸਾਨੂੰ ਲੋਕਲ ਗਾਈਡ ਹੈਲਪ ਕਰਦੇ ਸੀਗੇ। ਅੱਛਾ ਜੀ, ਲੋਕਲ ਗਾਈਡ, ਹਾਂ ਠੀਕ ਹੈ, ਵੈਰੀ ਇੰਟਰਸਟਿੰਗ ਜੀ, ਬਹੁਤ ਵਧੀਆ। ਤੁਸੀਂ ਐਡਾ ਵੱਡਾ ਜਿਹੜਾ ਸਫ਼ਰ ਆ ਤੁਸੀਂ ਕੀਤਾ, ਚਾਈਨਾ ਤੋਂ ਬਾਅਦ ਫਿਰ ਕਿਹਨੂੰ ਨਿਕਲੇ ਜੀ ਦੂਸਰੀ ਸਾਈਡ? ਫਿਰ ਅਸੀਂ ਨਿਕਲੇ ਕਿਰਗਿਸਤਾਨ ਨੂੰ। ਠੀਕ ਹੈ ਜੀ। ਅਤੇ ਕਿਰਗਿਸਤਾਨ ਸਾਡੇ 3-4 ਦਿਨ ਦਾ ਸਟੇਅ ਸੀਗਾ। ਠੀਕ ਹੈ। ਉਸ ਤੋਂ ਬਾਅਦ ਅਸੀਂ ਉਜ਼ਬੇਕਿਸਤਾਨ ਐਂਟਰ ਕੀਤੇ। ਜਦੋਂ ਸਟੇਅ ਦਾ ਮਤਲਬ ਵੀ ਤੁਹਾਡਾ ਸਫ਼ਰ ਜਿਹੜਾ ਉਹ ਕਰਦਿਆਂ ਦਾ ਰਾਹ 'ਚ ਸਟੇਅ ਹੋ ਜਾਂਦਾ ਸੀ ਜਾਂ ਤੁਸੀਂ ਉੱਥੇ ਕੁਛ ਸਟੇਅ ਕਰਕੇ ਵੀ ਆਲੇ ਦੁਆਲੇ ਬ੍ਰਾਂਚਸ ਦੇ ਵਿੱਚ ਵੀ ਜਾਂ ਸਬਰਬਨ ਏਰੀਆ ਦੇ ਵਿੱਚ ਨਿਕਲਦੇ ਸੀ ਜਾਂ ਸਿਰਫ ਉਸ ਕੰਟਰੀ ਨੂੰ ਕ੍ਰੋਸ ਕਰਦਿਆਂ ਦਾ ਹੀ ਸਟੇਅ ਜਿਹੜਾ ਉਹ ਹੋ ਜਾਂਦਾ ਸੀ? ਇੱਦਾਂ ਨਾ, ਅਸੀਂ ਇਸ ਤਰੀਕੇ ਨਾਲ ਆਪਣੀ ਜਰਨੀ ਪਲਾਨ ਕੀਤੀ ਸੀ ਕਿ ਰਾਤੀ ਤੇ ਅਸੀਂ ਓਬਵੀਅਸਲੀ ਹੋਟਲ 'ਚ ਰੁਕਣਾ ਹੀ ਰੁਕਣਾ, ਸੇਫਟੀ ਵੀ ਆ, ਔਰ ਅਸੀਂ ਮਤਲਬ ਇਸ ਤਰੀਕੇ ਨਾਲ ਇਨਸ਼ੋਰ ਕਰਦੇ ਸੀ ਵੀ ਜਿਹੜੇ ਉੱਥੇ ਦੇ ਵਧੀਆ ਹੋਟਲ ਹੈਗੇ ਉਹਨਾਂ 'ਚ ਹੀ ਰੁਕੀਏ ਤਾਂ ਕਿ ਸਾਨੂੰ ਇੱਕ ਤਾਂ ਕੰਫਰਟੇਬਲ ਸਟੇਅ ਮਿਲ ਜਾਵੇ ਔਰ ਇੱਕ ਸੇਫਟੀ ਵੀ ਉੱਥੇ ਰਹੇ। ਔਰ ਦੂਸਰੀ ਗੱਲ ਇਹ ਸੀਗੀ ਕਿ ਅਸੀਂ ਜਿਵੇਂ ਦੇਖ ਲੈਂਦੇ ਸੀ ਵੀ ਕਿਹੜੇ ਕਿਹੜੇ ਸ਼ਹਿਰ ਇੱਦਾਂ ਦੇ ਆਉਣੇ ਜਿੱਥੇ ਜਗ੍ਹਾਵਾਂ ਦੇਖਣ ਵਾਲੀਆਂ ਹੈਗੀਆਂ ਨੇ, ਸਾਈਟ ਸੀਇੰਗ ਹੈਗੀ ਹੈ, ਫਿਰ ਉੱਥੇ ਅਸੀਂ ਰੈਸਟ ਡੇ ਆਪਣੇ ਪਲਾਨ ਕਰਦੇ ਸੀਗੇ, 2 ਦਿਨ ਜਾਂ 3 ਦਿਨ ਅਸੀਂ ਰੁਕਦੇ ਸੀ, ਆਰਾਮ ਨਾਲ ਦੇਖਦੇ ਸੀਗੇ, ਨਾਲੇ ਰਿਫਰੈਸ਼ ਵੀ ਹੋ ਜਾਂਦੇ ਸੀ, ਨਾਲੇ ਉੱਥੇ ਦੇ ਕਲਚਰਲ ਹੈਰੀਟੇਜ ਨੂੰ ਵੀ ਜਾਣਦੇ ਸੀਗੇ, ਫਿਰ ਅੱਗੇ ਅਸੀਂ ਕੰਟੀਨਿਊ ਕਰਦੇ ਸੀ। ਕੀ ਤੁਹਾਨੂੰ ਜਿਸਲੇ ਹੁਣ ਪਹਿਲਾਂ ਇੰਨਾ ਹੀ ਸਫ਼ਰ ਅਸੀਂ ਚਾਈਨਾ ਤੱਕ ਹੀ ਪਹੁੰਚਦੇ ਹਾਂ ਵੀ ਜਦੋਂ ਤੁਸੀਂ ਇੱਥੇ ਤੱਕ ਪਹੁੰਚੇ, ਹਾਂਜੀ, ਤੁਹਾਨੂੰ ਕੋਈ ਕਲਚਰਲ ਡਿਫਰੈਂਸਿਸ ਵੀ ਲੱਗੇ? ਇੱਦਾਂ ਕਿ ਅਸੀਂ ਓਬਵੀਅਸਲੀ ਉਹ ਲੋਕ ਸਾਰੇ ਹੀ ਡਿਫਰੈਂਟ ਨੇ, ਆਪਣੇ ਪੰਜਾਬੀਆਂ ਆਕਰ ਜਾਂ ਇੰਡੀਅਨਸ ਆਕਰ ਨਹੀਂ ਹੈਗੇ, ਉਹਨਾਂ ਦਾ ਕਲਚਰ, ਉਹਨਾਂ ਦੀ ਲੈਂਗੁਏਜ, ਹਰ ਚੀਜ਼ ਡਿਫਰੈਂਟ। ਨਹੀਂ, ਲੈਂਗੁਏਜ ਇਜ਼ ਵੱਖਰੀ, ਜਿਹੜਾ ਰਹਿਣ ਸਹਿਣ ਆ ਕਿ ਜਿੱਦਾਂ ਪਿੰਡਾਂ ਵਿੱਚ ਹੀ ਰਹਿੰਦੇ ਆ ਜਾਂ ਜ਼ਿਆਦਾ ਜਿੱਦਾਂ ਵੀ ਲੋਕ ਜਿਹੜੇ ਆ ਜ਼ਿਆਦਾ ਫਾਰਮਿੰਗ ਕਰਦੇ ਆ ਜਾਂ ਮਤਲਬ ਮੈਂ ਉਹ ਚੀਜ਼ਾਂ ਕਰਦਾ ਵੀ ਉਹਨਾਂ ਦਾ ਕਿੱਤਾ ਵਿਵਹਾਰ ਜਾਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਵੀ ਜਿੱਦਾਂ ਹੁਣ ਇੱਥੋਂ ਹੀ ਤੁਸੀਂ ਭੂਟਾਨ ਗਏ ਆ, ਥਾਈਲੈਂਡ ਗਏ ਆ, ਠੀਕ ਹੈ, ਮੁੜ ਕੇ ਉਹ ਕੀ ਤੁਸੀਂ ਲਾਓਸ ਕਿਹੜਾ ਇੱਕ ਕੰਟਰੀ, ਹਾਂਜੀ ਉੱਥੇ ਗਏ, ਹੁਣ ਮੈਂ ਵੀ ਤੁਹਾਡੇ ਕੋਲੋਂ ਹੀ ਸੁਣਿਆ, ਠੀਕ ਆ, ਵੀ ਚਾਈਨਾ ਗਏ ਹੈਗੇ ਆ, ਕੁਛ ਸਿਮਿਲੈਰਿਟੀਜ਼ ਵੀ ਲੱਗੀਆਂ, ਮਤਲਬ ਸਾਡੀਆਂ ਫਸਲਾਂ ਸੇਮ ਹੋਣ, ਮਤਲਬ ਸਾਡਾ ਪਹਿਰਾਵੇ ਦੇ ਵਿੱਚ ਫਰਕ ਆ, ਕਿਹੜੀਆਂ ਕਿਹੜੀਆਂ ਚੀਜ਼ਾਂ, ਜਾਣੀ ਮੇਨ ਡਿਫਰੈਂਸ਼ੀਏਸ਼ਨ ਕੀ ਆਈ? ਲੈਂਗੁਏਜ ਦਾ ਚਲੋ ਉਹ ਤਾਂ ਹਰੇਕ ਦੀ ਅੱਡ ਹੋਣੀ ਆ, ਖਾਣਾ ਦਾਣਾ ਵੀ ਹਰੇਕ ਦਾ ਅਲੱਗ ਹੈਗਾ, ਪਰ ਮੈਂ ਕਿਹਾ ਵੀ ਤੁਹਾਨੂੰ ਲੱਗਾ ਦੇਖਣ ਨੂੰ ਵੀ ਜਿੱਦਾਂ ਹੁਣ ਕਈ ਵਾਰੀ ਹੁੰਦਾ ਯਾਰ ਬਈ ਆਹ ਤਾਂ ਫਸਲਾਂ ਜਿੱਦਾਂ ਹੁਣ ਇੱਥੇ ਕੈਨੇਡਾ ਆਓ, ਮੱਕੀ ਵੀ ਉਹੋ ਜਿਹੀ, ਕਣਕ ਵੀ ਉਹੋ ਜਿਹੀ, ਠੀਕ ਹੈ, ਆਲੂ ਵੀ ਉਹੋ ਜਿਹਾ, ਮਤਲਬ ਕਹਿਣ ਦਾ ਮਤਲਬ ਜਦੋਂ ਅਸੀਂ, ਪਰ ਹਾਂ ਇੱਕ ਚੀਜ਼ ਸਾਰਿਆਂ ਤੋਂ ਡਿਫਰੈਂਟ ਆ, ਇੱਥੇ ਇੱਕ ਸੀਜ਼ਨ 'ਚ ਹੀ ਸਾਰੀਆਂ ਫਸਲਾਂ ਜਿਹੜੀਆਂ ਉਹ ਉਗਾਈਆਂ ਜਾਂਦੀਆਂ, ਵੀ ਇੱਕ ਸੀਜ਼ਨ ਨਹੀਂ ਆ ਉਹਦੇ ਵਿੱਚ ਇਕੱਠੀਆਂ ਹੀ, ਹੁਣ ਜਦਕਿ ਇੰਡੀਆ ਦੇ ਵਿੱਚ ਸਾਡੇ ਸਾਈਕਲ ਆ, ਪੂਰਾ ਕ੍ਰੋਪ ਸਾਈਕਲ ਹੈਗਾ ਵੀ ਜਦੋਂ ਕਣਕ ਉਗਾਉਣੀ ਆ ਉਦੋਂ ਮੱਕੀ ਨਹੀਂ, ਜਦੋਂ ਮੱਕੀ ਆ ਉਦੋਂ ਆਲੂ ਨਹੀਂ, ਜਦੋਂ ਮਤਲਬ ਉਹ ਚੀਜ਼। ਕੀ ਤੁਹਾਨੂੰ ਰਸਤੇ ਦੇ ਵਿੱਚ ਕੁਛ ਇਹੋ ਜਿਹੀਆਂ ਸਿਮਿਲੈਰਿਟੀਜ਼ ਵਗੈਰਾ ਲੱਗੀ? ਇੱਦਾਂ ਹੈ ਕਿ ਅਸੀਂ ਫਸਲਾਂ ਵੱਲ ਤਾਂ ਜ਼ਿਆਦਾ ਧਿਆਨ ਦੇ ਨਹੀਂ ਪਾਏ ਕਿਉਂਕਿ ਅਸੀਂ ਪਿੱਛੋਂ ਐਗਰੀਕਲਚਰ ਬੈਕਗਰਾਊਂਡ ਤੋਂ ਨਹੀਂ ਹੈਗੇ, ਠੀਕ ਹੈ, ਬਟ ਅਸੀਂ ਇੱਕ ਚੀਜ਼ ਬੜੀ ਜ਼ਬਰਦਸਤ ਹੈ ਜਿਹੜੀ ਕਿ ਅਸੀਂ ਸਾਰੀ ਕੰਟਰੀਆਂ ਵਿੱਚ ਦੇਖੀ, ਜਿਹੜੀ ਸਾਰੀ ਕੰਟਰੀਆਂ 'ਚ ਕਾਮਨ ਹੈ, ਉਹ ਹੈ ਕਿ ਲੋਕਾਂ ਪ੍ਰਤੀ ਪਿਆਰ। ਉਹ ਸਾਨੂੰ ਹਰ ਕੰਟਰੀ ਵਿੱਚ ਇੱਦਾਂ ਪਿਆਰ ਮਿਲਦਾ ਸੀ ਲੋਕਾਂ ਕੋਲੋਂ ਕਿ ਉਹਨਾਂ ਨੂੰ ਇੱਕ ਤਾਂ ਕਿਉਂਕਿ ਮੈਂ ਗੁਰਸਿੱਖ ਹੈਗਾ, ਉਹਨਾਂ ਨੇ ਕਦੀ ਸਿੱਖ ਨਹੀਂ ਦੇਖਿਆ ਸੀ ਇਹੋ ਜਿਹੀ ਕੰਟਰੀਜ਼ ਵਿੱਚ, ਅਤੇ ਉੱਥੇ ਇੱਥੇ ਤੱਕ ਚਾਈਨਾ ਤੱਕ ਵੀ ਸਿੱਖ ਨਹੀਂ ਹੈ, ਚਾਈਨਾ ਤੱਕ ਵੀ ਸਿੱਖ ਨਹੀਂ ਹੈਗੇ। ਹੋ ਸਕਦਾ ਹੁਣ ਜਿਹੜੇ ਡਿਵਲਪਡ ਸ਼ਹਿਰ ਨੇ ਜਿਵੇਂ ਸ਼ਹਿਰਾਂ ਦੇ ਵਿੱਚ ਹੈ, ਬੀਜਿੰਗ ਹੈ, ਉਹ ਬਿਲਕੁਲ ਇੱਕ ਈਸਟ, ਕਿਉਂਕਿ ਆਪਣੀ ਪੰਜਾਬੀ ਪਾਪੂਲੇਸ਼ਨ ਤਾਂ ਉੱਥੇ ਕਾਫੀ ਆ, ਮੇਰੇ ਫਰੈਂਡ ਵੀ ਹੁਣ ਨੈਕਸਟ ਵੀਕ ਜਾਣਾ ਹੈ ਚਾਈਨਾ, ਉਹ ਬਿਜ਼ਨਸ ਟ੍ਰਿਪ ਦੇ ਉੱਤੇ ਜਾਂਦੇ ਆ, ਉੱਥੇ ਈਵਨ
ਹੀ ਸੈੱਟ ਕੀਤੇ ਹੋਏ ਆ ਹਾਂਜੀ ਬਟ ਉਹ ਮੇਨਲੀ ਜਿਹੜੇ ਆਪਣੇ ਹੈਗੇ ਨਾ ਇੰਡੀਅਨਸ ਜਾਂ ਜਿੱਥੇ ਜ਼ਿਆਦਾ ਲੋਕ ਜਾਂਦੇ ਹੋ ਸ਼ੰਘਾਈ ਵਾਲੇ ਪਾਸੇ ਨੇ ਉਹ ਬਿਲਕੁਲ ਫਾਰ ਈਸਟ ਵਾਲੇ ਪਾਸੇ ਹੈਗੇ ਆ ਅਸੀਂ ਚਾਈਨਾ ਨੂੰ ਵੈਸਟ ਸਾਈਡ ਤੋਂ ਐਂਟਰ ਕੀਤਾ ਔਰ ਮਿਡਲ ਤੱਕ ਗਏ ਔਰ ਉੱਪਰੋਂ ਨੌਰਥ ਨੌਰਥ ਈਸਟ ਤੋਂ ਅਸੀਂ ਐਂਟਰ ਅਸੀਂ ਐਗਜ਼ਿਟ ਕਰਤਾ ਅਤੇ ਇਸ ਕਰਕੇ ਅਸੀਂ ਬਿਲਕੁਲ ਓਪੋਜ਼ਿਟ ਡਾਇਰੈਕਸ਼ਨ ਤੋਂ ਗਏ ਉੱਥੇ ਕਿਸੇ ਨੇ ਸਿੱਖ ਨਹੀਂ ਦੇਖਿਆ ਸੀਗਾ ਔਰ ਇਨਫੈਕਟ ਜਿਹੜੀ ਅਸੀਂ ਮੁਸਲਿਮ ਕੰਟਰੀਜ਼ ਵਿੱਚ ਵੀ ਗਏ ਕਿਰਗਿਸਤਾਨ ਉਜ਼ਬੈਕਿਸਤਾਨ ਕਜ਼ਾਕਿਸਤਾਨ ਜਿਹੜੇ ਜਿੱਥੇ ਕਿ 95% ਮੁਸਲਿਮਸ ਰਹਿੰਦੇ ਨੇ ਉੱਥੇ ਵੀ ਕਿਸੇ ਨੇ ਸਿੱਖ ਨੂੰ ਨਹੀਂ ਦੇਖਿਆ ਸੀਗਾ ਸੋ ਅਸੀਂ ਆਪਣੀ ਅਸੀਂ ਐਕਸਪੈਕਟ ਕਰਦੇ ਸੀ ਕਿ ਹੋ ਸਕਦਾ ਲੋਕਾਂ ਦੇ ਮਿਕਸਡ ਰਿਐਕਸ਼ਨਸ ਹੋਣ ਬਟ ਸਾਨੂੰ ਇੰਨਾ ਪਿਆਰ ਮਿਲਿਆ ਲੋਕਾਂ ਕੋਲ ਲੋਕ ਸਾਨੂੰ ਆ ਕੇ ਪੁੱਛਦੇ ਸੀਗੇ ਵੀ ਤੁਸੀਂ ਕਿੱਥੋਂ ਆਏ ਹੋ ਤੁਸੀਂ ਕੌਣ ਹੋ ਤੁਹਾਡਾ ਰਿਲੀਜਨ ਕੀ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਔਰ ਫਿਰ ਜਦੋਂ ਸਾਡੀ ਗੱਡੀ ਦੇਖਦੇ ਸੀਗੇ ਤਾਂ ਉਹ ਕਹਿੰਦੇ ਸੀ ਵੀ ਤੁਸੀਂ ਆਹ ਕੀ ਕਰਦੇ ਪਏ ਹੋ ਸਾਨੂੰ ਦੱਸੋ ਆਪਣੀ ਜਰਨੀ ਬਾਰੇ ਅਤੇ ਸਾਨੂੰ ਇੰਨਾ ਪਿਆਰ ਮਿਲਿਆ ਸਟ੍ਰੇਂਜਰਸ ਕੋਲੋਂ ਉੱਦਾਂ ਇੱਥੇ ਬੈਠੇ ਅਸੀਂ ਸੋਚ ਸਕਦੇ ਹਾਂ ਯਾਰ ਪਤਾ ਨਹੀਂ ਫਲਾਨੀ ਕੰਟਰੀ ਆ ਉੱਥੇ ਕਿੱਦਾਂ ਦੇ ਲੋਕ ਹੋਣਗੇ ਜਾਂ ਕੀ ਸੋਚਣਗੇ ਬਟ ਸਾਨੂੰ ਉੱਥੇ ਜਾ ਕੇ ਜੋ ਪਤਾ ਲੱਗਿਆ ਨਾ ਕਿ ਉਹ ਸਾਰੀ ਕੰਟਰੀਆਂ ਜੋ ਕੋਮਨ ਲੱਗਿਆ ਉਹ ਸੀਗਾ ਲੋਕਾਂ ਦਾ ਪਿਆਰ ਕਈ ਵਾਰੀ ਅਸੀਂ ਇੱਥੇ ਕੈਨੇਡਾ ਬੈਠੇ ਅਮਰੀਕਾ ਦੇ ਵਿੱਚ ਕਈ ਵਾਰੀ ਨਸਲੀ ਹਮਲੇ ਹੁੰਦੇ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਤਕਰੀਬਨ 2 ਹਫ਼ਤਿਆਂ ਦੇ ਵਿੱਚ ਵੀ 3 ਲੋਕਾਂ ਦੀ ਇੱਥੇ ਮੌਤ ਹੋਈ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ 2 ਟਰਮਾਂ ਸਰਦਾਰ ਮਨਮੋਹਨ ਸਿੰਘ ਜੀ ਹਾਂਜੀ ਔਰ ਕਿਸੇ ਉਹ ਜਾਣਕਾਰੀ ਦੇ ਮੁਹਤਾਜ ਨਹੀਂ ਸੀ ਬਿਕੋਜ਼ ਹੀ ਵਾਜ਼ ਨੋਟ ਜਸਟ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੀ ਵਾਜ਼ ਵਨ ਆਫ ਦਾ ਬੈਸਟ ਇਕਨੋਮਿਸਟ ਇਨ ਦਾ ਵਰਲਡ ਬਿਲਕੁਲ ਜੀ ਠੀਕ ਹੈ ਜੀ ਇਹੋ ਜਿਹੇ ਸ਼ਖਸ ਸੀਗੇ ਜਿਨ੍ਹਾਂ ਨੇ ਪੱਗ ਨੂੰ ਰਿਪ੍ਰਜੈਂਟ ਕੀਤਾ ਉਸ ਤੋਂ ਬਾਅਦ ਜਿਹੜੇ ਕ੍ਰਿਕਟ ਲਵਰ ਕੰਟਰੀਜ਼ ਹੋਣਗੇ ਹਰਭਜਨ ਸਿੰਘ ਗੁੱਟੀ ਜੂੜਾ ਲੈ ਕੇ ਕਾਫੀ ਹੁਣ ਵੀ ਸਾਡਾ ਬ੍ਰੈਂਡ ਅੰਬੈਸਡਰ ਰਿਹਾ ਠੀਕ ਹੈ ਉਸ ਤੋਂ ਬਾਅਦ ਇਸ ਵੇਲੇ ਜੇ ਕੈਨੇਡਾ ਦੀ ਗੱਲ ਕਰੀਏ ਸਾਡੇ ਕੈਨੇਡਾ ਦੇ ਵਿੱਚ ਤਾਂ ਅਹਿਮ ਜਿਹੜੇ ਅਹਿਮ 2 ਮਿਨਿਸਟਰ ਪੂਰੇ ਸਰਦਾਰ ਨੇ ਸਰਦਾਰ ਨਵਦੀਪ ਸਿੰਘ ਜੀ ਜਿਨ੍ਹਾਂ ਨੂੰ ਕਿ ਇਹ ਵੀ ਕਿਹਾ ਜਾਂਦਾ ਵੀ ਨੈਕਸਟ ਟੂ ਪ੍ਰਾਈਮ ਮਿਨਿਸਟਰ ਜਿਹੜੀ ਕੈਨੇਡਾ ਦੀ ਗੌਰਮੈਂਟ ਆ ਉਹ ਚਲਾਉਣ ਵਾਲੇ ਨਵਦੀਪ ਸਿੰਘ ਬੈਂਸ ਨੇ ਉਸ ਤੋਂ ਇਲਾਵਾ ਕੈਨੇਡਾ ਦੇ ਰੱਖਿਆ ਮੰਤਰੀ ਜਿੱਥੇ ਜਿੱਥੇ ਵੀ ਨੈਟੋ ਫੋਰਸਿਸ ਹੋਣਗੀਆਂ ਜਿੱਥੇ ਜਿੱਥੇ ਵੀ ਸਾਡੀਆਂ ਫੋਰਸਿਸ ਕੈਨੇਡੀਅਨ ਆਰਮੀ ਦੀਆਂ ਫੋਰਸਿਸ ਹੋਣਗੀਆਂ ਉੱਥੇ ਵੀ ਸਾਡੀ ਪੱਗ ਦੀ ਪਹਿਚਾਣ ਮਤਲਬ ਬਟ ਸਟਿਲ ਤੁਸੀਂ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੇ ਇਹੋ ਜਿਹੇ ਏਰੀਏ ਦੇ ਵਿੱਚ ਤੁਸੀਂ ਗਏ ਆ ਵੀ ਜਿੱਥੇ ਪਤਾ ਹੀ ਨਹੀਂ ਸੀ ਵੀ ਸਿੱਖ ਕੌਣ ਆ ਜਾਂ ਬਈ ਹਾਂ ਬਈ ਸਿੱਖੀ ਕੀ ਚੀਜ਼ ਆ ਬਈ ਹਾਂ ਕਈ ਵਾਰੀ ਤਾਂ ਅਸੀਂ ਅਮਰੀਕਾ ਦੇ ਵਿੱਚ ਵੀ ਸੁਣਦੇ ਹੁੰਦੇ ਸੀ ਬਈ ਉਹ ਪੁੱਛਦੇ ਆ ਵੀ ਹਾਂ ਬਈ ਹੂ ਆਰ ਸਿੱਖ ਹਾਂਜੀ ਦੇਖਦੇ ਹਾਂ ਸਾਡੇ ਨਾਲ ਕਾਲਰ ਜੁੜੇ ਜੀ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਇਹ ਜਿਹੜੇ ਸਿੱਖ ਸਾਡੇ ਦੋ ਇਹ ਬੇਟਾ ਦੇ ਨਾਲ ਬੇਟੀ ਆ ਹਾਂਜੀ ਇਹਨਾਂ ਨੇ ਜਿਹੜੇ ਇੱਥੇ 22 ਰੋਡ ਆਏ ਨੇ ਕੈਨੇਡਾ ਦੇ ਵਿੱਚ ਹਾਂਜੀ ਤੇ ਬਹੁਤ ਬਾਕੀ ਮੇਰੇ ਇੱਕ ਇਹਨਾਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਮੁਬਾਰਕ ਮੇਰਾ ਖਿਆਲ ਆ ਇਹਨਾਂ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਜੇ ਅੱਗੇ ਨਹੀਂ ਆਇਆ ਤਾਂ ਆਉਣਾ ਚਾਹੀਦਾ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਇੱਕ ਪੋਤੇ ਨੇ ਉਹ ਕੁਐਸਚਨ ਕੀਤਾ ਕਿ ਇਹਨਾਂ ਨੇ ਜਿਹੜਾ ਹੈਗਾ ਆਪਣਾ ਖਰਚਾ ਵਗੈਰਾ ਹਾਂਜੀ ਕਿਉਂਕਿ ਖਰਚਾ ਵੀ ਕਾਫੀ ਆ ਗਿਆ ਹੋਣਾ ਖਰਚ ਦਾ ਵੀ ਰਹਿਣ ਦਾ ਵੀ ਹਾਂਜੀ ਉਹ ਇਹਨਾਂ ਨੇ ਕਿਸ ਤਰ੍ਹਾਂ ਮੇਨਟੇਨ ਕੀਤਾ ਹੈ ਜੀ ਠੀਕ ਹੈ ਜੀ ਤੇ ਬਾਕੀ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਇਹਨਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਹੈ ਜੀ ਥੈਂਕ ਯੂ ਜੀ ਥੈਂਕ ਯੂ ਨੈਚਰਲੀ ਇਹ ਬਾਪ ਵੀ ਮੇਰਾ ਖਿਆਲ 22 ਰੋਡ ਹੀ ਜਾਣਗੇ ਕੇ ਵੀ ਕੁਐਸਚਨ ਇਹਨਾਂ ਦੇ ਪੁੱਛ ਠੀਕ ਹੈ ਜੀ ਪੁੱਛ ਲੈਣੇ ਜੀ ਹੁਣ ਤੁਸੀਂ ਉਹਨਾਂ ਨੇ ਪੁੱਛਿਆ ਜੀ ਖਰਚਾ ਕਿੱਦਾਂ ਫੈਮਿਲੀ ਰਿਸੋਰਸਸ ਦੇ ਯੂਜ਼ ਕੀਤੇ ਹੋਣਗੇ ਹਾਂਜੀ ਕਿਉਂਕਿ ਕਿਸੇ ਨੇ ਸਪਾਂਸਰ ਵਗੈਰਾ ਉਹ ਮੇਨ ਹਾਂਜੀ ਨਹੀਂ ਨਹੀਂ ਅਸੀਂ ਸਾਰਾ ਖਰਚਾ ਅਸੀਂ ਆਪਣੇ ਆਪ ਹੀ ਬੀਅਰ ਕੀਤਾ ਠੀਕ ਹੈ ਜੀ ਔਰ ਜਿੱਥੇ ਤੱਕ ਹਰੇਕ ਕੰਟਰੀ ਦੀ ਕਰੰਸੀ ਲੈਣੀ ਪੈਂਦੀ ਹੋਣੀ ਆ ਕਿਉਂਕਿ ਜਿੱਥੇ ਤੁਸੀਂ ਨਾਈਟ ਸਟੇ ਕਰਨਾ ਈਵਨ ਪਰ ਤੁਸੀਂ ਉਹ ਤਾਂ ਪਹਿਲਾਂ ਵੀਜ਼ਾ ਕਾਰਡ ਵਗੈਰਾ ਤੋਂ ਪਿਕਅਪ ਪੇ ਕਰ ਲਏ ਹੋਣਗੇ ਹਨਾ ਬਟ ਉਹ ਇਸ ਤਰੀਕੇ ਨਾਲ ਹੈ ਕਿ ਚਾਈਨਾ ਵਰਗੀ ਕੰਟਰੀਜ਼ ਵਿੱਚ ਤੁਹਾਡੇ ਨਾਰਮਲ ਡੈਬਿਟ ਔਰ ਕ੍ਰੈਡਿਟ ਕਾਰਡ ਨਹੀਂ ਚੱਲਣਗੇ ਅੱਛਾ ਨੈਸ਼ਨਲ ਡੈਬਿਟ ਕਾਰਡ ਕ੍ਰੈਡਿਟ ਕਾਰਡ ਵੀ ਨਹੀਂ ਚੱਲ ਸਕਦੇ ਉੱਥੇ ਦੇ ਹੀ ਡੈਬਿਟ ਕਾਰਡ ਕ੍ਰੈਡਿਟ ਕਾਰਡ ਚੱਲ ਸਕਦੇ ਨੇ ਤੇ ਉਹ ਪਹਿਲਾਂ ਉਸ ਤੁਹਾਨੂੰ ਫਿਰ ਬੈਂਕ 'ਚ ਉੱਥੇ ਜਾਣਾ ਪੈਂਦਾ ਹੋਊਗਾ ਨਹੀਂ ਅਸੀਂ ਕੀ ਕਰਦੇ ਸੀ ਅਸੀਂ ਜਿੱਥੇ ਇਹੋ ਜਿਹੀ ਕੰਟਰੀਜ਼ ਵਾਸਤੇ ਅਸੀਂ ਆਲਰੇਡੀ ਆਪਣੇ ਲਈ US ਡਾਲਰਸ ਕੈਰੀ ਕਰ ਰਹੇ ਸੀਗੇ ਪਰ US ਲੈਂਦੇ ਚਾਈਨਾ ਵਾਲੇ ਫਿਰ US ਨਹੀਂ ਲੈਂਦੇ ਬਟ ਹਰ ਬਾਰਡਰ ਤੇ ਸਾਨੂੰ ਲੋਕਲ ਕਰੰਸੀ ਚੇਂਜ ਕਰਾਉਣ ਦਾ ਮੌਕਾ ਮਿਲਦਾ ਸੀਗਾ ਅਸੀਂ ਉੱਥੇ ਹਿਸਾਬ ਲਾ ਲੈਂਦੇ ਵੀ ਇੰਨੀ ਕੰਟਰੀ 'ਚ ਅਸੀਂ ਕਿੰਨੇ ਦਿਨ ਰਹਿਣਾ ਔਰ ਸਾਡਾ ਕਿੰਨਾ ਕੁ ਐਸਟੀਮੇਟਡ ਖਰਚਾ ਆ ਸਕਦਾ ਉਨੇ ਕੁ ਅਸੀਂ ਲੋਕਲ ਕਰੰਸੀ ਚੇਂਜ ਕਰਾ ਲੈਂਦੇ ਸੀਗੇ ਤੇ ਉਹ ਯੂਜ਼ ਕਰਦੇ ਸੀ ਅਸੀਂ ਉੱਥੇ ਸਾਰਾ ਖਰਚਾ ਤੁਸੀਂ ਆਪਣੇ ਫੈਮਿਲੀ ਦੂਸਰੇ ਦੇ ਉੱਤੇ ਲੈ ਕੇ ਆਏ ਹੋ ਵੈਰੀ ਨਾਈਸ ਅੱਛਾ ਦੂਸਰਾ ਕੁਐਸਚਨ ਸੀ ਉਹਨਾਂ ਦਾ ਵੀ ਹੁਣ ਤੁਸੀਂ ਬੈਗ ਵੀ ਗੱਡੀ ਦੇ ਵਿੱਚ ਹੀ ਜਾਣਾ ਜਾਂ ਇੱਥੋਂ ਗੱਡੀ ਸ਼ਿਪ ਕਰਕੇ ਹਾਂਜੀ ਅਸੀਂ ਵੈਂਕੂਵਰ ਤੱਕ ਡਰਾਈਵ ਕਰਾਂਗੇ ਵੈਂਕੂਵਰ ਤੋਂ ਅਸੀਂ ਕਾਰ ਵਾਪਸ ਇੰਡੀਆ ਸ਼ਿਪ ਕਰਾਂਗੇ ਤੇ ਅਸੀਂ ਬਾਈ ਏਅਰ ਵਾਪਸ ਜਾਵਾਂਗੇ ਅੱਛਾ ਠੀਕ ਹੈ ਜੀ ਸੋ ਉਹਨਾਂ ਦਾ ਇਹ ਵੀ ਕੁਐਸਚਨ ਸੀਗਾ ਭਾਜੀ ਜਦੋਂ ਆਪਾਂ ਹੁਣ ਤੁਸੀਂ ਅਜੇ ਆਪਾਂ ਚਾਈਨਾ ਤੱਕ ਹੀ ਰੁਕਦੇ ਆ ਵੀ ਸਭ ਤੋਂ ਸਮਾਲੈਸਟ ਟਾਈਮ ਬਾਰਡਰ ਦੇ ਉੱਤੇ ਤੇ ਸਭ ਤੋਂ ਲੌਂਗੈਸਟ ਟਾਈਮ ਬਾਰਡਰ ਦੇ ਉੱਤੇ ਕਿੰਨਾ ਕੁ ਟਾਈਮ ਤੁਹਾਨੂੰ ਬਾਰਡਰ ਦੇ ਉੱਤੇ ਇੱਦਾਂ ਸੀਗਾ ਕਿ 5-6 ਘੰਟੇ ਬਾਰਡਰ ਦੇ ਉੱਪਰ ਲੱਗਣਾ ਬੜੀ ਨੋਰਮਲ ਜਿਹੀ ਗੱਲ ਸੀਗੀ
ਅੱਛਾ ਜੀ ਹਾਂ ਹਾਂ ਲੈਂਡ ਬਾਰਡਰ ਕ੍ਰੋਸਿੰਗ ਕਾਫੀ ਕੰਪਲਿਕੇਟਡ ਹੁੰਦੀਆਂ ਨੇ ਅੱਛਾ ਜੀ ਔਰ ਉਹਨਾਂ 'ਚ ਕਾਫੀ ਪ੍ਰੋਸੀਜਰਸ ਇਨਵੋਲਵ ਹੁੰਦੇ ਨੇ ਕੀ ਮੈਡੀਕਲ ਵਗੈਰਾ ਵੀ ਇਨਵੋਲਵ ਹੁੰਦਾ ਮੈਡੀਕਲ ਸਾਨੂੰ ਪਹਿਲਾਂ ਦੇਣਾ ਪੈਂਦਾ ਹੈ ਜਦੋਂ ਅਸੀਂ ਅਪਲਾਈ ਕਰਦੇ ਹਾਂ ਅਤੇ ਬਟ ਉੱਦਾਂ ਉਹਦਾ ਬਾਰਡਰ 'ਤੇ ਨਹੀਂ ਦੇਖਦੇ ਮੈਡੀਕਲ ਬਟ ਉਹ ਸਾਰੇ ਤੁਹਾਡੇ ਗੱਡੀ ਦੇ ਪੇਪਰ ਵਰਕ ਔਰ ਹਰ ਚੀਜ਼ਾਂ ਪ੍ਰੋਪਰਲੀ ਚੈੱਕ ਕਰਦੇ ਨੇ ਕਈ ਜਗ੍ਹਾ 'ਤੇ ਤੁਹਾਡੀ ਫੋਟੋਆਂ ਵੀ ਖਿੱਚਦੇ ਨੇ ਬਹੁਤ ਕੁਛ ਕਰਦੇ ਨੇ ਅਤੇ ਉਹ 5-6 ਘੰਟੇ ਨਿਕਲਣਾ ਉਹਦੇ 'ਚ ਬੜੀ ਮਾਮੂਲੀ ਜਿਹੀ ਗੱਲ ਹੈ ਬਟ ਜਿਹੜਾ ਸਾਨੂੰ ਤੁਸੀਂ ਕਹਿੰਦੇ ਹੋ ਕਿ ਲੌਂਗੈਸਟ ਪੂਰੀ ਜਰਨੀ ਵਿੱਚ ਜਿਹੜਾ ਟਾਈਮ ਲੱਗਿਆ ਉਹ ਸੀਗਾ ਚਾਈਨਾ ਟੂ ਕਿਰਗਿਸਤਾਨ ਬਾਰਡਰ ਅੱਛਾ ਜੀ ਜਿੱਥੇ ਅਸੀਂ 20 ਘੰਟੇ ਔਨ ਰੋਡ ਮਾਈ ਗੁੱਡਨੈਸ ਅੱਛਾ 20 ਘੰਟੇ ਹੈ ਹਾਂਜੀ ਹਾਂਜੀ ਅੱਛਾ 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 ਦੇਖਦੇ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਹੈਲੋ ਹੈਲੋ ਹਾਂਜੀ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਮੇਰਾ ਬੇਟਾ ਪੁੱਛਦਾ ਕਹਿੰਦੇ ਮੈਂ ਉਹਨੂੰ ਦਿਖਾਇਆ ਮੈਂ ਕਿਹਾ ਆ ਕੇ ਦੇਖ ਲਓ ਹਾਂਜੀ ਵੈਰੀ ਨਾਈਸ ਵੈਰੀ ਹਾਂਜੀ ਇੰਗਲੈਂਡ ਤੱਕ ਬਾਈ ਰੋਡ ਆਏ ਹਾਂ ਉਸ ਤੋਂ ਬਾਅਦ ਸਾਊਥਹੈਂਪਟਨ ਤੋਂ ਅਸੀਂ ਗੱਡੀ ਆਪਣੀ ਸ਼ਿਪ ਕੀਤੀ ਸੀ ਔਰ ਹੈਲੀਫੈਕਸ ਤੇ ਲੈ ਲਈ ਸੀਗੀ ਠੀਕ ਹੈ ਜੀ ਨੈਕਸਟ ਕਾਲ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਹੈਲੋ ਹਾਂਜੀ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਭਾਈ ਸਾਹਿਬ ਉਹਨਾਂ ਨੂੰ ਪੁੱਛਣਾ ਸੀਗਾ ਵੀ ਬਾਏ ਰੋਡ ਇਹੋ ਤਾਂ ਕਹਿੰਦੇ ਕਿ ਰਸਤੇ ਦੇ ਵਿੱਚ ਵੀ ਜੋ ਹੈਵੀ ਗਿਆ ਜੀ ਤਰੀ ਸਮੁੰਦਰ ਆਇਆ ਕਿ ਕੋਈ ਹਾਂਜੀ ਹਾਂਜੀ ਦੱਸਦੇ ਆ ਜੀ ਠੀਕ ਹੈ ਹਾਂਜੀ ਸਾਰਾ ਜਰਨੀ ਸੁਣਦੇ ਆ ਜੀ ਅਜੇ ਤਾਂ ਅਸੀਂ ਪਹੁੰਚੇ ਹੀ ਚਾਈਨਾ ਦਾ ਬਾਰਡਰ ਕ੍ਰੋਸ ਲੱਗੇ ਕਰਨ ਸਾਰਾ ਹਾਂਜੀ ਸੁਣੋ ਜੀ ਹਾਂਜੀ ਵਧੀਆ ਇੰਟਰਸਟਿੰਗ ਮੇਰਾ ਤਾਂ ਆਪਣਾ ਇੰਟਰਸਟ ਬਣਿਆ ਹੋਇਆ ਵੀ ਹਾਂਜੀ ਕਈ ਵਾਰੀ ਦੇਖੋ ਇਟਸ ਏ ਮੋਟੀਵੇਸ਼ਨਲ ਐਜ਼ ਵੈਲ ਠੀਕ ਹੈ ਜੀ ਮੇ ਵੀ ਲਾਈਕ ਜਿੱਦਾਂ ਹੁਣ ਯੰਗ ਬੱਚੇ ਆ ਜਿੱਦਾਂ ਹੁਣ ਦੋਨੇ ਗੱਲ ਆਈਆਂ ਵੀ ਸਾਡੇ ਬੱਚੇ ਆ ਕੁਐਸਚਨ ਕਰਦੇ ਆ ਸੋ ਮੇ ਵੀ ਯੂ ਕੈਨ ਇੰਸਪਾਇਰ ਦੈਮ ਐਜ਼ ਵੈਲ ਸਮ ਪੀਪਲ ਦੇ ਹੈਵ ਡ੍ਰੀਮ ਬਟ ਦੇ ਕੈਨ ਨੋਟ ਫੁਲਫਿਲ ਵਿਦਆਊਟ ਗੈਟਿੰਗ ਇੰਸਪਾਇਰੇਸ਼ਨ ਫਰੋਮ ਅਦਰਸ ਰਾਈਟ ਐਂਡ ਕਈ ਹੁੰਦੇ ਆ ਵੀ ਉਹਨਾਂ ਨੂੰ ਮੋਟੀਵੇਸ਼ਨ ਚਾਹੀਦਾ ਹੁੰਦਾ ਵੀ ਇਫ ਯੂ ਕੈਨ ਡੂ ਇਟ ਆਈ ਕੈਨ ਡੂ ਇਟ ਐਜ਼ ਵੈਲ ਰਾਈਟ ਇਹੀ ਚੀਜ਼ ਜਿਹੜੀ ਆਪਣੀ ਆਪਣੇ ਬੇਸਿਕਲੀ ਪੇਰੈਂਟਿੰਗ ਵੀ ਆਪਾਂ ਇਹੀ ਕਰਦੇ ਹਾਂ ਜਾਂ ਆਪਾਂ ਨੂੰ ਵੀ ਮਿਲੀ ਆ ਵੀ ਸਾਡੇ ਪੇਰੈਂਟਸ ਇੱਥੇ ਤੱਕ ਪਹੁੰਚੇ ਅਸੀਂ ਥੋੜ੍ਹਾ ਜਿਹਾ ਹੋਰ ਅੱਗੇ ਵੱਧ ਜਾਈਏ ਰਾਈਟ ਇਹ ਚੀਜ਼ ਠੀਕ ਹੈ ਜੀ ਅੱਛਾ 20 ਘੰਟੇ ਲੱਗੇ ਹੈ 20 ਘੰਟੇ ਪੇਪਰ ਵਰਕ 'ਚ ਹੀ ਲੱਗ ਜਾਂਦੇ ਆ ਉੱਥੇ ਤਾਂ ਪੇਪਰ ਵਰਕ 'ਚ ਵੀ ਲੱਗ ਜਾਂਦੇ ਫਿਰ ਅਸੀਂ ਚਾਈਨਾ ਉਹ ਜਿਹੜੀ ਬਾਰਡਰ ਅਸੀਂ ਕ੍ਰੋਸ ਕਰਦੇ ਸੀਗੇ ਨਾ ਹਾਂਜੀ ਉੱਥੇ ਕੋਈ ਵੀ ਬਾਰਡਰ ਕ੍ਰੋਸ ਨਹੀਂ ਕਰਦਾ ਮਤਲਬ ਅਸੀਂ ਸਵੇਰੇ ਸਵੇਰੇ ਉੱਥੇ ਪਹੁੰਚ ਗਏ ਅਤੇ ਪਹਿਲਾਂ ਤਾਂ ਕਿਉਂਕਿ ਉਹ ਨਾ ਇੱਕ ਜਿਹੜੀ ਪ੍ਰੋਵਿੰਸ ਹੈਗੀ ਐਂਡ ਵਾਲੀ ਉਹਨੂੰ ਕਹਿੰਦੇ ਆ ਜ਼ਿਨਜੀਆਂਗ ਪ੍ਰੋਵਿੰਸ ਉਹ ਇੱਕ ਜਿਵੇਂ ਡਿਸਟਰਬ ਪ੍ਰੋਵਿੰਸ ਹੈ ਜਿੱਥੇ ਕਿਉਂਕਿ 6-7 ਕੰਟਰੀਆਂ ਦੀ ਬਾਰਡਰ ਉੱਥੇ ਲੱਗਦੀ ਹੈ ਅਤੇ ਉੱਥੇ ਥੋੜ੍ਹਾ ਸੈਂਸਿਟਿਵ ਏਰੀਆ ਹੈ ਅਤੇ ਪਹਿਲਾਂ ਤਾਂ ਸਾਨੂੰ ਹਰ 50-100 ਕਿਲੋਮੀਟਰ 'ਤੇ ਸਾਨੂੰ ਚਾਈਨੀਜ਼ ਆਰਮੀ ਦੇ ਚੈੱਕ ਪੁਆਇੰਟਸ ਮਿਲਦੇ ਸੀ ਜੋ ਕਿ ਸਾਨੂੰ ਉਹ ਖੜਾਉਂਦੇ ਸੀਗੇ ਸਾਈਡ 'ਤੇ ਫਿਰ ਸਾਡੀ ਚੈਕਿੰਗ ਕਰਦੇ ਸੀਗੇ ਫਿਰ ਸਮਾਨ ਉਤਰਵਾ ਕੇ ਸਮਾਨ ਦੀ ਸਾਰੀ ਚੈਕਿੰਗ ਕਰਦੇ ਉਸ ਵੇਲੇ ਤੱਕ ਤੁਹਾਡੇ ਨਾਲ ਇੰਟਰਪ੍ਰੇਟਰ ਹੁੰਦਾ ਸੀ ਹਾਂਜੀ ਉਹ ਹੁੰਦਾ ਸੀ ਬਟ ਉਹ ਕੁਛ ਨਹੀਂ ਕਰ ਸਕਦਾ ਚਾਈਨੀਜ਼ ਆਰਮੀ ਸਾਹਮਣੇ ਤਾਂ ਕੁਛ ਨਹੀਂ ਕਰ ਸਕਦਾ ਨਹੀਂ ਪਰ ਮਤਲਬ ਕਹਿੰਦਾ ਹਾਂ ਉਹ ਮਤਲਬ ਲੈਂਗੁਏਜ ਸਰ ਪੁੱਛੇ ਹਾਂਜੀ ਹਾਂਜੀ ਕਿਉਂਕਿ ਅਦਰਵਾਇਜ਼ ਮੋਸਟਲੀ ਚਾਈਨੀਜ਼ ਆਈ ਡੋਨਟ ਥਿੰਕ ਦੇ ਅੰਡਰਸਟੈਂਡ ਈਵਨ ਇੰਗਲਿਸ਼ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਇੰਗਲਿਸ਼ ਸਮਝ ਨਹੀਂ ਆਉਂਦੀ ਹਾਂਜੀ ਤੇ ਉਹ ਇੰਟਰਪ੍ਰੇਟਰ ਤੇ ਮੈਂਡੇਟ ਸੀਗਾ ਕਿ ਹਰ ਪਾਸੇ ਤੁਸੀਂ ਰੱਖਣਾ ਹੀ ਰੱਖਣਾ ਤੇ ਹੁਣ ਜਦੋਂ ਤੁਸੀਂ ਬਾਰਡਰ ਕ੍ਰੋਸ ਕਰ ਲਿਆ ਜਿੱਥੋਂ ਇੰਟਰਪ੍ਰੇਟਰ ਲਿਆ ਹਾਂਜੀ ਹੁਣ ਚਾਈਨਾ ਦੇ ਵਿੱਚ ਵੀ ਜਿਸ ਵੇਲੇ ਤੁਸੀਂ 17 ਦਿਨ ਰਹੇ 17 ਦਿਨਾਂ 'ਚ ਘੱਟੋ ਘੱਟ 5-10 ਇੰਟਰਪ੍ਰੇਟਰ ਵੀ ਬਦਲੇ ਹੀ ਹੋਣਗੇ ਨਹੀਂ ਉਹ ਇੰਟਰਪ੍ਰੇਟਰ ਸਾਡਾ ਇੱਕੋ ਹੀ ਚੱਲਿਆ ਸੀਗਾ ਇੱਕੋ ਹੀ ਚੱਲਿਆ ਹਾਂਜੀ ਹਾਂਜੀ ਤੇ ਉਹਨੂੰ ਜਿੱਥੋਂ ਤੁਸੀਂ ਲਾਸਟ ਬਾਰਡਰ ਕ੍ਰੋਸ ਕੀਤਾ ਚਾਈਨਾ 'ਚੋਂ ਫਿਰ ਉਹਨੂੰ ਉੱਥੋਂ ਵਧਾਈ ਕੀ ਦਿੱਤੀ ਵੇ ਹੁਣ ਹਾਂਜੀ ਹਾਂਜੀ ਬਿਲਕੁਲ ਤੇ ਉਹ ਫਿਰ ਮੁੜ ਕੇ ਦੁਬਾਰਾ ਫਿਰ ਏ ਤੋਂ ਬੀ ਬੀ ਤੋਂ ਫਿਰ ਮੁੜ ਕੇ ਏ ਪਹੁੰਚੂਗਾ ਹਾਂ ਉਹ ਫਿਰ ਜਿੱਦਾਂ ਵੀ ਉਹਦਾ ਮਤਲਬ ਅੱਛਾ ਇੱਕੋ ਹੀ ਸਾਰੀ ਚਾਈਨਾ ਦੇ ਵਿੱਚ ਤੁਸੀਂ ਇੰਟਰਪ੍ਰੇਟਰ ਰੱਖਿਆ ਹਾਂਜੀ ਹਾਂਜੀ ਇੰਟਰਪ੍ਰੇਟਰ ਨਾਲ ਸਾਡੇ ਇੰਨੇ ਵਧੀਆ ਰਿਲੇਸ਼ਨ ਬਣ ਗਏ ਸੀ ਨਾ ਮਤਲਬ ਸਮਝਦਾ ਸੀਗਾ ਕਿ ਵੀ ਅਸੀਂ ਇੱਕ ਤਾਂ ਸਾਨੂੰ ਇੰਗਲਿਸ਼ ਚਲੋ ਲੈਂਗੁਏਜ ਦਾ ਬੈਰੀਅਰ ਤਾਂ ਹੈ ਹੀ ਹੈ ਫਿਰ ਸਾਡੇ ਖਾਣੇ ਦਾ ਵੀ ਬੈਰੀਅਰ ਮੈਂ ਉਹੀ ਪੁੱਛਣਾ ਸੀ ਵੀ ਤੁਸੀਂ ਵੈਜੀਟੇਰੀਅਨ ਜਾਂ ਨੌਨ ਵੈਜ ਹਾਂਜੀ ਅਸੀਂ ਅੰਮ੍ਰਿਤਧਾਰੀ ਹੈਗੇ ਆ ਦੋਵੇਂ ਵਾਹਿਗੁਰੂ ਅੱਛਾ ਜੀ ਠੀਕ ਹੈ ਜੀ ਤੇ ਫਿਰ ਇਹ ਤਾਂ ਬਿਲਕੁਲ ਹੀ ਕੰਪਲੀਕੇਸ਼ਨ ਹੈ ਕਿਉਂਕਿ ਬਾਹਰ ਜਾ ਕੇ ਚੋਇਸ ਹੀ ਕੋਈ ਨਹੀਂ ਜਾਂ ਸੈਲਡ ਖਾਓ ਜਾਂ ਬ੍ਰੈਡ ਖਾਓ ਹਨਾ ਹਾਂਜੀ ਸੋ ਕੀ ਹਾਂਜੀ ਇਹ ਵੀ ਸ਼ੇਅਰ ਜ਼ਰੂਰ ਕਰੋ ਹਾਂਜੀ ਭੈਣ ਚਾਈਨਾ ਵਿੱਚ ਤੇ ਅਸੀਂ ਬ੍ਰੈਡ ਵੀ ਨਹੀਂ ਖਾ ਸਕਦੇ ਸੀ ਕਿਉਂਕਿ ਬ੍ਰੈਡ ਦੇ ਵਿੱਚ ਐਗ ਹੁੰਦਾ ਹੈ ਪਰ ਸਾਨੂੰ ਉੱਥੇ ਜੋ ਲੋਕਲ ਗਾਈਡ ਨੇ ਬਹੁਤ ਹੀ ਹੈਲਪ ਕੀਤੀ ਸਪੈਸ਼ਲੀ ਕਿਚਨ ਵਿੱਚ ਜਾ ਕੇ ਫੂਡ ਪ੍ਰਿਪੇਅਰ
ਪ੍ਰਿਪੇਅਰ ਕਰਵਾਉਣਾ ਵੈਜੀਟੇਰੀਅਨ ਫੂਡ ਰਾਈਸ ਦੇ ਨਾਲ ਜਾਂ ਕਿਸੇ ਨਾਲ ਵੀ, ਅਸੀਂ ਜ਼ਿਆਦਾਤਰ ਰਾਈਸ ਹੀ ਉੱਥੇ ਖਾਣੇ ਪੈਂਦੇ ਸੀ ਕਿਉਂਕਿ ਰੋਟੀ ਉੱਥੇ ਮਿਲਣੀ ਨਹੀਂ, ਬ੍ਰੈਡ ਖਾ ਨਹੀਂ ਸਕਦੇ, ਪਰ ਗਾਈਡ ਨੇ ਬਹੁਤ ਹੈਲਪ ਕੀਤੀ ਹਰ ਜਗ੍ਹਾ। ਜਿੱਦਾਂ ਤੁਹਾਨੂੰ ਜਿਹੜਾ ਉਦੋਂ ਪਹਿਲਾਂ ਚਾਈਨਾ ਤੋਂ ਪਹਿਲਾਂ, ਚਲੋ ਫਿਰ ਪਿੱਛੇ ਥੋੜ੍ਹਾ ਜਿਹਾ ਮੁੜਿਆਉਂਦੇ ਆ, ਵਿੱਚ ਤਾਂ ਲਾ ਲਓ ਥਾਈਲੈਂਡ, ਭੂਟਾਨ, ਉੱਥੇ ਤੱਕ ਤੁਹਾਨੂੰ ਫੂਡ ਠੀਕ ਰਿਹਾ, ਉੱਥੇ ਵੀ ਤੁਹਾਨੂੰ ਜਿਹੜੀ ਫੇਸ ਕਰਨਾ ਪੈਂਦਾ ਸੀ? ਹਾਂਜੀ, ਦੇਖੋ ਐਕਚੁਅਲ ਇੰਡੀਅਨ ਫੂਡ ਤਾਂ ਸਾਨੂੰ ਇੰਡੀਆ ਵਿੱਚ ਹੀ ਮਿਲ ਸਕਦਾ। ਇਨਫੈਕਟ ਈਵਨ ਜਦੋਂ ਅਸੀਂ ਨੌਰਥ ਈਸਟ ਵਾਲੇ ਪਾਸੇ ਵੀ ਚਲੇ ਗਏ ਤਾਂ ਤੋਂ ਹੀ ਸਾਨੂੰ ਫੂਡ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ, ਕਿਉਂਕਿ ਉੱਥੇ ਵੀ ਪੰਜਾਬੀ ਫੂਡ ਮਿਲਣਾ ਬੜਾ ਮੁਸ਼ਕਿਲ ਹੈ। ਨਹੀਂ ਚਲੋ ਪੰਜਾਬੀ ਨਹੀਂ, ਮਤਲਬ ਕੋਈ ਚੀਜ਼ ਮਿਲੇ, ਜਿੱਦਾਂ ਹੁਣ ਚਲੋ ਹੁਣ ਇੱਥੇ ਹੀ ਲਾ ਲਓ ਅਸੀਂ ਆ ਗਏ ਹਾਂ, ਈਵਨ ਵੈਜੀ ਸਭ ਖਾ ਲੈਂਦੇ ਹਾਂ, ਮਤਲਬ ਸਾਡੇ ਲਈ ਫਿਲਿੰਗ ਹੋ ਜਾਂਦੀ ਆ, ਠੀਕ ਹੈ, ਵੈਜੀ ਪੀਜ਼ਾ ਖਾ ਲੈਂਦੇ ਹਾਂ ਜਾਂ ਮਤਲਬ ਹੋਰ ਹੁਣ ਇੰਟਰਨੈਸ਼ਨਲ ਫੂਡ ਸਾਰੇ ਇੱਥੇ ਅਵੇਲੇਬਲ ਹੈਗੇ ਆ। ਪਰ ਕਈ ਕੰਟਰੀਆਂ ਦੇ ਵਿੱਚ ਤਾਂ ਹੁਣ ਜਿੱਦਾਂ ਮੈਂ ਐਗਜ਼ਾਮਪਲ ਦੱਸਦਾ, ਜਦੋਂ ਪਹਿਲਾਂ ਪਹਿਲਾਂ ਮੇਰੇ ਫਰੈਂਡ ਹੁਣੀ ਚਾਈਨਾ ਗਏ, ਨਾ ਸਾਲਟ ਮਿਲਣਾ ਜੀ, ਨਾ ਪੈਪਰ ਮਿਲਣੀ, ਨਾ ਕੈਚਅਪ ਮਿਲਣੀ, ਸਪਾਈਸ ਨਾਂ ਦੀ ਚੀਜ਼ ਇਹ ਹੈ ਨਹੀਂ, ਅਤੇ ਹੁਣ ਤੁਸੀਂ ਬਿਲਕੁਲ ਫਿੱਕੀ ਖਾਓ ਕਿੱਦਾਂ, ਰਾਈਟ, ਓਕੇ। ਫਿਰ ਹੁਣ ਉਹੀ ਇੱਕ ਵਾਰੀ ਦੱਸਿਓ, ਬੜੀ ਅਜੀਬੋ ਗਰੀਬ ਕਈ ਵਾਰੀ ਐਕਸਪੀਰੀਅੰਸ ਹੁੰਦੇ ਆ, ਹੁਣ ਉਹ ਇੱਥੇ ਬਿਜ਼ਨਸਮੈਨ ਹੈਗੇ, ਉਹਨਾਂ ਦੇ ਹੁਣ ਜਿੱਦਾਂ ਤੁਹਾਡੇ ਮੂਹਰੇ ਗਲਾਸ ਦਾ ਟੇਬਲ ਪਿਆ, ਉਹ ਕਹਿੰਦੇ ਸਾਨੂੰ ਜਿਹੜੇ ਬਿਜ਼ਨਸਮੈਨ ਆਪਣੇ ਘਰ ਉਹਨਾਂ ਕਹਿੰਦਾ ਵੀ ਓਕੇ ਬਈ ਆਮ ਗੋਨਾ ਇਨਵਾਈਟ ਯੂ ਔਨ ਡਿਨਰ, ਹੈ ਨਾ, ਉਹ ਡਿਨਰ ਦੇ ਵਿੱਚ ਲੈ ਕੇ ਗਿਆ, ਉਹ ਕਹਿੰਦੇ ਉਹਨੂੰ ਪੁੱਛ ਲਿਆ ਵੀ ਆਰ ਯੂ ਵੈਜੀਟੇਰੀਅਨ ਔਰ ਨੋਨ ਵੈਜ, ਉਹ ਕਹਿੰਦੇ ਵੀ ਨਹੀਂ ਅਸੀਂ ਨੋਨ ਵੈਜ ਵੀ ਖਾ ਲੈਂਦੇ ਹਾਂ, ਬਟ ਵੀ ਈਟ ਓਨਲੀ ਲਾਈਕ, ਉਹ ਕਹਿੰਦਾ ਵੀ ਵਟ ਕਾਇੰਡ ਆਫ ਨੋਨ ਵੈਜ ਯੂ ਈਟ, ਉਹ ਕਹਿੰਦਾ ਵੀ ਜਸਟ ਚਿਕਨ ਐਂਡ ਫਿਸ਼, ਉਹ ਹੁਣ ਕਹਿੰਦਾ ਵੀ ਓਕੇ ਵੀ ਡੋਂਟ ਈਟ ਚਿਕਨ, ਸਾਡੇ ਕਹਿੰਦਾ ਚਾਈਨਾ ਚਿਕਨ ਜਿਹੜਾ ਉਹ ਘੱਟ ਆ ਵੀ ਲਾਈਕ ਵੀ ਆਈ ਹੈਵ ਲਾਈਕ ਸੀ ਫੂਡ, ਉਹਨੂੰ ਘਰੇ ਹੀ ਸੀ ਇੱਕ ਤਰ੍ਹਾਂ ਦਾ ਬਣਾਇਆ ਹੋਇਆ ਸੀ, ਠੀਕ ਹੈ, ਉਹਦੇ ਵਿੱਚੋਂ ਹੁਣ ਉਹਨ ਉਹ ਕਹਿੰਦਾ ਵੀ ਡਿਫਰੈਂਟ ਡਿਫਰੈਂਟ, ਉਹ ਕਹਿੰਦਾ ਪਹਿਲਾਂ ਤਾਂ ਸਾਨੂੰ ਪੁੱਛਣ ਲੱਗ ਪਿਆ ਵਟ ਕਾਇੰਡ ਆਫ ਫਿਸ਼ ਯੂ ਈਟ, ਕਹਿੰਦਾ ਹੁਣ ਸਾਨੂੰ ਤਾਂ ਉਹੀ ਦੋ ਕੁ ਪਤਾ ਸੀ ਬਈ ਸੈਲਮਨ, ਕਹਿੰਦਾ ਮੈਂ ਕਿਹਾ ਸੈਲਮਨ, ਉਹਨੂੰ ਕਹਿੰਦਾ ਉਸ ਖਾਨੇ ਦੇ ਵਿੱਚ ਲੈ ਗਿਆ, ਕਹਿੰਦਾ ਹੁਣ ਉਹ ਜੀਂਦੀਆਂ ਦੇਖ ਕੇ ਸਾਡਾ ਜੀ ਇਹੀ ਕਿੱਦਾਂ ਕਰੇ ਬਈ ਅਸੀਂ ਉਹਨੂੰ ਕਹੀਏ ਬਈ ਅਸੀਂ ਇਹ ਖਾਣੀ ਆ, ਕਹਿੰਦਾ ਚਲੋ ਅਸੀਂ ਕਿਹਾ ਵੀ ਚੱਲ ਇਹਨੇ ਕਿਹੜਾ ਸਾਡੇ ਸਾਹਮਣੇ ਬਣਾਉਣੀ ਵੀ ਅਸੀਂ ਜਾਂ ਇਹਨੂੰ ਇੱਥੋਂ ਹੀ ਲਿਜਾ ਕੇ ਬਣਾਉਣੀ ਆ, ਕਹਿੰਦਾ ਉਹਨ ਉੱਥੋਂ ਬਈ ਉਹਨ ਕਿਹਾ ਪੁੱਛਿਆ ਵੀ ਕਿਹੜਾ ਉਹਨੂੰ ਸ਼ੈਫ ਸੱਦਿਆ ਆਪਣੇ ਘਰ, ਉਹਦਾ ਜਿਹੜਾ ਸ਼ੈਫ ਸੀਗਾ ਉਹਨੂੰ ਕਹਿੰਦਾ ਵੀ ਆਹ ਫੇਸ਼ੀਅਨ ਵਾਲੇ ਬਣਾ ਕੇ ਲਿਆ, ਉਹਨੂੰ ਕਹਿੰਦਾ ਉਹ ਇੱਦਾਂ ਹੀ ਸਾਬਤੀ ਫਿਸ਼, ਕਹਿੰਦਾ ਉੱਥੋਂ ਕੱਢ ਕੇ ਉਹ ਲੈ ਗਿਆ ਅਤੇ ਉਹਨੂੰ ਜਿੱਦਾਂ ਵੀ ਸਾਫ਼ ਕੀਤਾ ਅਤੇ ਉੱਦਾਂ ਹੀ ਫਰਾਈ ਕਰਕੇ ਐਜ਼ ਇਜ਼ ਲਿਆ ਕੇ, ਕਹਿੰਦਾ ਵੀ ਆਈ ਸੈਡ ਵੀ ਨੋ ਸੋਰੀ ਬਈ ਟੂਡੇ ਔਨਵਰਡਸ ਬਈ ਇਨ ਚਾਈਨਾ ਆਮ ਵੈਜੀਟੇਰੀਅਨ, ਬਈ ਮੈਂ ਉਹਨੂੰ ਕਿੱਦਾਂ ਖਾ ਲਵਾਂ, ਰਾਈਟ। ਸੋ ਇਹ ਚੀਜ਼, ਕਿਉਂਕਿ ਫੂਡ ਖਾਣ ਦੇ ਤਰੀਕੇ ਵੀ ਅਲੱਗ ਅਲੱਗ ਨੇ, ਈਵਨ ਵੀ ਆਰ ਲਾਈਕ ਤੁਸੀਂ ਤਾਂ ਸੀਗੇ ਹੀ ਵੈਜੀਟੇਰੀਅਨ, ਸਾਡੇ ਵਰਗੇ ਨੋਨ ਵੈਜ ਵੀ ਜਿਹੜਾ ਖਾ ਲੈਂਦੇ ਆ ਉਹਨਾਂ ਲਈ ਵੀ ਜਿਹੜਾ ਦੂਸਰੇ ਕੰਟਰੀ ਦੇ ਵਿੱਚ ਫਿਰ ਸਾਨੂੰ ਪਤਾ ਨਹੀਂ ਹੁੰਦਾ ਵੀ ਕਿੱਦਾਂ ਕੁੱਕ ਕੀਤਾ ਗਿਆ, ਕੀ ਹੈਗਾ, ਕਾਹਦਾ ਜਿੱਦਾਂ ਮੀਟ ਹੈਗਾ, ਸੋ ਇਹ ਚੀਜ਼ਾਂ ਤੁਹਾਨੂੰ ਤਾਂ ਫਿਰ ਕਾਫੀ ਕੰਪਲੀਕੇਸ਼ਨ ਆਈਆਂ। ਹਾਂਜੀ, ਇਹ ਕੰਪਲੀਕੇਸ਼ਨਸ ਹੁੰਦੀਆਂ ਸੀ, ਇਨਫੈਕਟ ਸਾਡੇ ਟੂਰਿਸਟ ਗਾਈਡ ਵੀ ਜਿਹੜੇ ਕਿ ਉਹ ਵੀ ਇੰਟਰਨੈਸ਼ਨਲ ਡੀਲਿੰਗ ਰੱਖਦੇ ਹੁੰਦੇ ਆ, ਉਹ ਵੀ ਦੇਖ ਕੇ ਬੜਾ ਹੈਰਾਨ ਹੁੰਦੇ ਸੀਗੇ ਕਿ ਵੀ ਯਾਰ ਇਹ ਵੈਜੀਟੇਰੀਅਨ ਕਿੱਥੋਂ ਆ ਗਏ ਨੇ ਚਾਈਨਾ ਵਰਗੇ ਦੇਸ਼ ਅਤੇ ਸਾਨੂੰ। ਬਟ ਅਸੀਂ ਵਾਕਿਆ 'ਚ ਉਹਨਾਂ ਦੀ ਬੜੀ ਤਾਰੀਫ ਕਰਦੇ ਹਾਂ ਹਰ ਕੰਟਰੀ ਵਿੱਚ ਜਿੱਥੇ ਸਾਨੂੰ ਟੂਰਿਸਟ ਗਾਈਡ ਬੜੇ ਵਧੀਆ ਮਿਲੇ, ਔਰ ਸਾਰੇ ਹੀ ਵਧੀਆ ਰਹੇ, ਸਾਰੇ ਹੀ ਵਧੀਆ ਰਹੇ। ਪਾਰਸ ਨਾਲ ਜਿਹੜਾ ਵੀ ਪੱਥਰ ਲੱਗਿਆ ਸੋਨਾ ਬਣ ਗਿਆ, ਸੋ ਇਹ ਚੀਜ਼ ਹੈਗਾ ਨੀ, ਤੁਸੀਂ ਆਪ ਵਧੀਆ ਸੀ ਤਾਂ ਫਿਰ ਸਾਰੇ ਵਧੀਆ ਸੀ। ਹਾਂਜੀ, ਓਕੇ, ਕੈਰੀ ਓਨ ਭਾਜੀ। ਹਾਂਜੀ, ਤੇ ਉਹ ਫਿਰ ਸਾਡੇ ਲਈ ਇੱਥੋਂ ਤੱਕ ਐਕਸਟੈਂਟ ਤੱਕ ਚਲੇ ਜਾਂਦੇ ਸੀਗੇ ਕਿ ਉਹਨਾਂ ਨੇ ਸਪੈਸ਼ਲੀ ਕਿਚਨ ਵਿੱਚ ਆਪ ਜਾ ਕੇ ਔਰ ਸਾਡੇ ਲਈ ਸਪੈਸ਼ਲ ਫੂਡ ਪ੍ਰਿਪੇਅਰ ਕਰਾਉਣਾ ਸਾਫ਼ ਸੁਥਰਾ, ਤਾਂ ਕਿ ਕ੍ਰੋਸ ਕੰਟੈਮੀਨੇਸ਼ਨ ਵੀ ਨਾ ਹੋਏ ਔਰ ਜਿਹੜਾ ਵੈਜੀਟੇਰੀਅਨ ਬਣ ਰਿਹਾ ਉਹ ਉਸ ਹਿਸਾਬ ਨਾਲ ਬਣੇ ਕਿ ਅਸੀਂ ਉਹਨੂੰ ਪ੍ਰੋਪਰਲੀ ਖਾ ਸਕੀਏ। ਅਤੇ ਇਸ ਤਰੀਕੇ ਨਾਲ ਸਾਨੂੰ ਸਾਰੇ ਗਾਈਡਸ ਹੈਲਪ ਕਰਦੇ ਸੀਗੇ। ਚਾਈਨਾ ਸਾਨੂੰ ਖਾਸ ਕਰਕੇ ਇਹ ਦਿੱਕਤ ਆਉਂਦੀ ਸੀ, ਉਹ ਬਹੁਤ ਸਾਨੂੰ ਹੈਲਪ ਮਿਲਦੀ ਸੀ, ਅਸੀਂ ਵਾਕਿਆ 'ਚ ਉਹਨਾਂ ਦੇ ਬੜੇ ਥੈਂਕਫੁਲ ਅੱਜ ਵੀ ਹੈਗੇ ਹਾਂ। ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ, ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੀ ਸਿਹਤ ਬਿਲਕੁਲ ਠੀਕ ਰਹੀ। ਚਲੋ ਮੈਂ ਹੁਣ ਹੋਰ ਐਡ ਕਰ ਲੈਣਾ ਜੀ, ਤੁਸੀਂ ਹੁਣ ਵੈਜੀਟੇਰੀਅਨ ਗੱਲ ਕੀਤੀ, ਕੁਕਿੰਗ ਦੀ, ਖਾਣ ਦੀ ਵੀ, ਵੇਟ ਗੇਨ ਕੀਤਾ ਕਿ ਲੂਜ਼ ਕੀਤਾ? ਚਲੋ ਮੈਂ ਇਹ ਵੀ ਪੁੱਛ ਲੈਣਾ। ਨਹੀਂ, ਅਸੀਂ ਵੇਟ ਲੂਜ਼ ਕੀਤਾ ਥੈਂਕਸ ਟੂ ਚਾਈਨੀਜ਼ ਬੋਇਲਡ ਫੂਡ, ਜਿੱਥੇ ਕਿ ਬੋਇਲਡ ਹੀ ਮਿਲਦਾ ਸੀਗਾ, ਉਹਦੇ ਕਰਕੇ ਸਾਡਾ ਭਾਰ ਘਟ ਗਿਆ। ਤੁਹਾਨੂੰ ਵੀ ਇਹ ਸਪਾਈਸਿਸ ਦੀ ਘਾਟ ਮਹਿਸੂਸ ਹੋਈ ਜਾਂ ਤੁਸੀਂ ਐਡ ਕਰ ਲੈਂਦੇ ਸੀ? ਨਹੀਂ, ਅਸੀਂ ਵੈਸੇ ਹੀ ਘੱਟ ਖਾਂਦੇ ਸੀਗੇ ਸ਼ੁਰੂ ਤੋਂ ਹੀ ਸਪਾਈਸਿਸ, ਉਹ ਸਾਨੂੰ ਇੰਨੀ ਘਾਟ ਮਹਿਸੂਸ ਨਹੀਂ। ਉਹ ਫੂਡ ਬਹੁਤ ਵਧੀਆ ਲੱਗਦਾ ਸੀ, ਜੋ ਬੋਇਲਡ ਫੂਡ, ਸਾਰਾ ਫੂਡ ਉਹਨਾਂ ਦਾ ਬੋਇਲਡ, ਕੋਈ ਆਇਲ ਨਹੀਂ ਉਹਨਾਂ ਉਹਦੇ ਅੰਦਰ, ਕੋਈ ਸਪਾਈਸਿਸ ਨਹੀਂ, ਪਰ ਸਾਨੂੰ ਉਹ ਖਾਣਾ ਖਾਣ ਦੀ ਇੰਨੀ ਆਦਤ ਪੈ ਗਈ ਸੀ, ਸਾਨੂੰ ਬਹੁਤ ਚੰਗਾ ਲੱਗਣਾ ਸ਼ੁਰੂ ਹੋ ਗਿਆ ਸੀ। ਇਨਫੈਕਟ ਅਸੀਂ
ਇੱਕ ਇੱਕ ਦਿਨ ਵੱਡੇ ਸ਼ਹਿਰ 'ਚ ਗਏ ਚੰਦੂ 'ਚ, ਉੱਥੇ ਗਲਤੀ ਨਾਲ ਇੱਕ ਇੰਡੀਅਨ ਰੈਸਟੋਰੈਂਟ ਸਾਨੂੰ ਨਜ਼ਰ ਆ ਗਿਆ ਅਤੇ ਅਸੀਂ ਉੱਥੇ ਜਾ ਕੇ ਇੰਡੀਅਨ ਖਾਣਾ ਡਿਨਰ ਵਿੱਚ ਖਾਇਆ ਅਤੇ ਉਹ ਸਾਨੂੰ ਇੰਨਾ ਹੈਵੀ ਲੱਗਿਆ ਕਿ ਅਸੀਂ ਉਸ ਤੋਂ ਬਾਅਦ ਜਿੰਨੇ ਦਿਨ ਸਾਡੇ ਚਾਈਨਾ ਵਿੱਚ ਸਟੇ ਸੀਗੇ ਅਸੀਂ ਦੁਬਾਰਾ ਬੋਇਲਡ ਫੂਡ ਹੀ ਖਾਧਾ ਸਰ। ਥੈਂਕ ਯੂ ਜੀ। ਜਸਲੀਨ, ਤੁਸੀਂ ਪਹਿਲਾਂ ਤੋਂ ਹੀ ਤੁਸੀਂ ਵੀ ਅੰਮ੍ਰਿਤਧਾਰੀ ਸੀਗੇ ਵੈਜੀਟੇਰੀਅਨ, ਜਾਂ ਤੁਸੀਂ ਵੀ ਫਿਰ ਪਾਰਸ ਨਾਲ ਲੱਗ ਕੇ ਸੋਨਾ ਬਣੇ? ਪਾਰਸ ਨਾਲ ਲੱਗ ਕੇ ਹੀ ਸੋਨਾ ਬਣਨ ਵਾਲੀ ਗੱਲ ਹੈ। ਠੀਕ ਹੈ ਜੀ, ਠੀਕ ਹੈ, ਕਿਉਂਕਿ ਮੈਂ, ਹਾਂਜੀ ਸੋਰੀ ਬਈ, ਇਟਸ ਯੋਰ ਪਰਸਨਲ ਲਾਈਫ, ਮੈਂ ਤਾਂ ਉਹਦਾ ਵੈਸੇ ਗੱਲ ਕਰਦਾ ਨਾ, ਕਿਉਂਕਿ ਜਿਸਲੇ ਹੁਣ ਜੇ ਤਾਂ ਸ਼ੁਰੂ ਤੋਂ ਭਾਜੀ ਦੀ ਪ੍ਰੈਕਟਿਸ ਹੀ ਉਸ ਹਿਸਾਬ ਨਾਲ ਹੁੰਦੀ ਆ, ਵੀ ਜਿੱਦਾਂ ਹੁਣ ਕਈ ਬੱਚੇ ਹੁੰਦੇ ਆ ਵੀ ਹਾਂ ਵੀ ਮੀਟ ਐਰਾ ਵਗੈਰਾ ਦਾ ਟੇਸਟ ਪਤਾ ਨਹੀਂ, ਹੁਣ ਜਿੱਦਾਂ ਐਗਜ਼ਾਮਪਲ ਦੇ ਦਿੰਦਾ ਵੀ ਮੈਂ ਕਦੇ ਬਈ ਕੋਈ ਵੀ ਨਸ਼ਾ ਨਹੀਂ ਕੀਤਾ, ਠੀਕ ਹੈ, ਆਈ ਡੋਂਟ ਮਿਸ ਐਨੀਥਿੰਗ, ਪਰ ਜੇ ਮੈਂ ਅੱਜ ਹੁਣ ਕਹਾਂ ਵੀ ਮੈਂ ਚਿਕਨ ਜਾਂ ਇਹ ਫਿਸ਼ ਛੱਡਣੀ ਆ, ਆਈ ਮਾਈਟ ਮਿਸ ਸਮਥਿੰਗ, ਵੀ ਹਾਂ ਵੀ ਕਿਉਂਕਿ ਮੇਰੀ ਜੀਭ ਦੇ ਉੱਤੇ ਉਹ ਕੀਟਾਣੂ ਜਿਹੜੇ ਆ ਉਹ ਲੱਗੇ ਹੋਏ ਆ, ਹੈ ਨਾ। ਬਈ ਮੈਂ ਤਾਂ ਪੁੱਛਦਾ ਵੀ ਤੁਹਾਡੇ ਲਈ ਬਈ ਹੋਰ ਵੀ ਹਾਰਡ ਹੋਣਾ ਜੇ ਤੁਸੀਂ ਪਹਿਲਾਂ ਨੌਨ ਵੈਜ ਵਗੈਰਾ ਖਾਂਦੇ ਰਹੇ? ਨਹੀਂ, ਮੈਂ ਵੀ ਬਚਪਨ ਤੋਂ ਹੀ ਵੈਜੀਟੇਰੀਅਨ ਆ, ਮੇਰੀ ਵੀ ਪੂਰੀ ਫੈਮਿਲੀ ਗੁਰਸਿੱਖ ਫੈਮਿਲੀ ਹੈ, ਸਾਡੇ ਘਰ ਵੀ ਕਦੀ ਨੌਨ ਵੈਜ ਬਣਿਆ ਨਹੀਂ, ਆਇਆ ਨਹੀਂ, ਅਸੀਂ ਸ਼ੁਰੂ ਬਚਪਨ ਤੋਂ ਹੀ ਸਾਡੀ ਫੈਮਿਲੀ। ਗੁਰੂ ਮਹਾਰਾਜ ਦੀ ਪਹਿਲਾਂ ਤੋਂ ਹੀ ਕਿਰਪਾ ਹੈਗੀ ਆ ਜੀ। ਹਾਂ, ਚਲੋ ਵਧੀਆ ਗੱਲ ਆ। ਚਲੋ ਜੀ, ਆਪਾਂ ਹੁਣ ਕਜ਼ਾਕਿਸਤਾਨ ਤੇ ਚੱਲੀਏ। ਹਾਂਜੀ, ਮੁੜ ਕੇ, ਠੀਕ ਹੈ ਜੀ, ਉਹ ਬਾਰਡਰ ਕ੍ਰੋਸ ਹੋ ਗਿਆ, ਇੱਕ ਦਿਨ ਪੂਰਾ ਲੱਗਾ ਉੱਥੇ। ਹੈ ਉਹ ਕਿਰਗਿਸਤਾਨ, ਕਿਰਗਿਸਤਾਨ, ਕਿਰਗਿਸਤਾਨ ਤੋਂ ਫਿਰ ਅਸੀਂ ਕਹਾਂ, ਕਿਰਗਿਸਤਾਨ ਤੋਂ ਬਾਅਦ ਅਸੀਂ ਗਏ ਉਜ਼ਬੇਕਿਸਤਾਨ। ਉਜ਼ਬੇਕਿਸਤਾਨ, ਉਜ਼ਬੇਕਿਸਤਾਨ ਵਿੱਚ ਅਸੀਂ ਇੱਕ, ਉਹਨਾਂ ਦੀ ਕੈਪੀਟਲ ਸਿਟੀ ਹੈ ਤਾਸ਼ਕੰਦ, ਅਤੇ ਉੱਥੇ ਇੱਥੇ ਤਾਂ ਅਸੀਂ, ਹਾਂਜੀ, ਦੂਸਰੇ 'ਚ ਵੀ ਗਏ, ਮੈਂ ਕਹਿੰਦਾ ਇੱਕ ਐਰੋਫਲੋਟ ਹੁੰਦੀ ਸੀ ਏਅਰਲਾਈਨ, ਉਹ ਮੇਰਾ ਖਿਆਲ ਤਾਸ਼ਕੰਦ ਸਟੇ ਕਰਦੀ ਸੀ। ਠੀਕ ਹੈ ਜੀ, ਠੀਕ ਹੈ, ਹਾਂਜੀ। ਅਤੇ ਅਸੀਂ ਉੱਥੇ ਇੰਡੀਅਨ ਅੰਬੈਸੀ ਨੇ ਸਾਡਾ ਡਿਨਰ ਔਰਗਨਾਈਜ਼ ਕੀਤਾ ਸੀਗਾ ਉੱਥੇ। ਅੱਛਾ ਜੀ। ਔਰ ਤਿੰਨ ਚਾਰ ਉਹਨਾਂ ਨੇ ਡਾਂਸ ਪਰਫਾਰਮੈਂਸਿਸ ਵੀ ਸਾਡੇ ਲਈ ਰੱਖੀਆਂ ਸੀਗੀਆਂ, ਔਰ ਚਾਰ ਪੰਜ ਵੀਆਈਪੀ ਟ੍ਰੀਟਮੈਂਟ ਵੀ ਕਿਤੇ ਕਿਤੇ ਮਿਲੀ ਹੈ, ਚਾਰ ਪੰਜ ਪ੍ਰੋਮੀਨੈਂਟ ਬਿਜ਼ਨਸ ਫੈਮਿਲੀਜ਼ ਨੂੰ ਵੀ ਉਹਨਾਂ ਨੇ ਬੁਲਾਇਆ ਸੀਗਾ ਉੱਥੇ। ਠੀਕ ਹੈ ਜੀ। ਸੋ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਜਦੋਂ ਥਾਈਲੈਂਡ, ਅਸੀਂ ਲਾਸਟ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਚਿਆਂਗ ਰਾਏ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ। ਹਾਂਜੀ, ਹਾਂਜੀ। ਉਸ ਤੋਂ ਬਾਅਦ ਲਾਓਸ 'ਚ ਕੋਈ ਗੁਰਦੁਆਰਾ ਸਾਹਿਬ ਨਹੀਂ ਮਿਲਿਆ, ਚਾਈਨਾ 'ਚ ਕੋਈ ਨਹੀਂ ਮਿਲਿਆ, ਕਿਰਗਿਸਤਾਨ 'ਚ ਕੋਈ ਨਹੀਂ ਮਿਲਿਆ, ਫਿਰ ਉਜ਼ਬੇਕਿਸਤਾਨ ਵਿੱਚ ਵੀ ਸਾਨੂੰ ਕੋਈ ਲੱਭ ਨਹੀਂ ਰਿਹਾ ਸੀਗਾ। ਅਤੇ ਉੱਥੇ ਜਦੋਂ ਡਿਨਰ ਸਾਡੇ ਲਈ ਔਰਗਨਾਈਜ਼ ਕੀਤਾ ਅਤੇ ਉੱਥੇ ਇੱਕ ਸਿੱਖ ਫੈਮਿਲੀ ਆਈ, ਠੀਕ ਹੈ, ਅਤੇ ਅਸੀਂ ਉਹਨਾਂ ਨੂੰ ਫਸਟ ਕੁਸ਼ਚਨ ਇਹੀ ਪੁੱਛਿਆ ਕਿ ਵੀ ਇੱਥੇ ਕੋਈ ਗੁਰਦੁਆਰਾ ਸਾਹਿਬ ਹੈ, ਪਹਿਲਾ ਕੁਸ਼ਚਨ ਇਹੀ ਸੀਗਾ। ਅਤੇ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਹੁੰਦਾ ਸੀਗਾ, ਬਟ ਕੁਛ ਰੀਜ਼ਨਸ ਕਰਕੇ ਸਾਨੂੰ ਬੰਦ ਕਰਨਾ ਪਿਆ, ਸਾਡੇ ਘਰ ਹੀ ਪ੍ਰਕਾਸ਼। ਇਹ ਵੀ ਮੁਸਲਿਮ ਕੰਟਰੀ? ਹਾਂਜੀ, ਮਿਡਲ ਈਸਟਰਨ ਕੰਟਰੀ? ਨਾਟ ਮਿਡਲ ਈਸਟ, ਸੈਂਟਰਲ ਏਸ਼ੀਅਨ ਕੰਟਰੀ। ਅੱਛਾ, ਸੈਂਟਰਲ ਏਸ਼ੀਅਨ, ਹਾਂਜੀ, ਠੀਕ ਹੈ। ਬਟ 95% ਮੁਸਲਿਮਸ ਹੈਗੇ ਇੱਥੇ। ਅੱਛਾ ਜੀ। ਸੋ ਉਹਨਾਂ ਨੇ ਦੱਸਿਆ ਕਿ ਉਹ ਦੇ ਆਰ ਦਾ ਓਨਲੀ ਸਿੱਖ ਫੈਮਿਲੀ ਆਫ ਉਜ਼ਬੇਕਿਸਤਾਨ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਘਰ ਚੱਲਣਾ ਨਾਲ। ਅਤੇ ਅਗਲੇ ਦਿਨ ਸਵੇਰੇ ਫਿਰ ਅਸੀਂ ਉਹਨਾਂ ਦੇ ਘਰ ਗਏ, ਉਹ ਸਾਨੂੰ ਹੋਟਲ 'ਚ ਲੈਣ ਆਏ। ਅਤੇ ਉਹ ਫੈਮਿਲੀ ਉੱਥੇ ਦੀ ਬੋਰਨ ਐਂਡ ਰੇਜ਼ਡ ਜਾਂ ਇੰਡੀਆ ਤੋਂ ਜਾ ਕੇ ਸੈਟਲ ਹੋਈ ਹੋਈ ਬਿਜ਼ਨਸ ਕਲਾਸ ਜਾਂ ਕੀ, ਉਹ ਥੋੜ੍ਹਾ ਬਹੁਤਾ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਉਹ ਵੀ ਕਿੱਦਾਂ? ਹਾਂਜੀ, ਸਿੱਖ ਫੈਮਿਲੀ, ਉਹ ਐਕਚੁਅਲੀ ਅਫਗਾਨਿਸਤਾਨ ਤੋਂ ਆਏ ਸੀਗੇ, ਕਾਬਲ ਦੀ ਫੈਮਿਲੀ ਹੈ, ਪਰ ਉਹਨਾਂ ਨੂੰ ਉੱਥੇ ਰਹਿੰਦੇ ਹੋਏ 25 ਸਾਲ ਹੋ ਗਏ ਸੀਗੇ। ਠੀਕ ਹੈ। ਅਤੇ ਉਹ ਇੰਡੀਆ ਵੀ ਉਹਨਾਂ ਦਾ ਲਿੰਕ ਹੈ, ਪਰ ਉਹ 25 ਸਾਲਾਂ ਤੋਂ ਉਜ਼ਬੇਕਿਸਤਾਨ ਹੀ ਰਹਿ ਰਹੇ ਸੀ। ਉਜ਼ਬੇਕਿਸਤਾਨ, ਠੀਕ ਹੈ ਜੀ। ਫਿਰ ਉਸ ਤੋਂ ਅੱਗੇ, ਹਾਂਜੀ, ਤੁਸੀਂ, ਹਾਂਜੀ, ਫਿਰ ਅਸੀਂ ਪੂਰਾ ਦਿਨ ਉਹਨਾਂ ਦੇ ਘਰ ਸਪੈਂਡ ਕੀਤਾ, ਅਤੇ ਬੜੇ ਵਧੀਆ ਫੈਮਿਲੀ ਰਿਲੇਸ਼ਨ ਬਣ ਗਏ। ਫਿਰ ਸਾਨੂੰ ਉੱਥੇ ਇੱਕ ਸਮਰਕੰਦ ਜਗ੍ਹਾ ਹੈ ਜੋ ਕਾਫੀ ਹਿਸਟੋਰੀਕਲ ਪਲੇਸ ਹੈ, ਉੱਥੇ ਸਾਨੂੰ ਜਾਣ ਦਾ ਮੌਕਾ ਮਿਲਿਆ। ਉੱਥੇ ਸਾਨੂੰ ਜਾ ਕੇ ਬਹੁਤ ਵਧੀਆ ਇਸ ਲਈ ਲੱਗਿਆ ਕਿ ਉੱਥੇ ਕਿਸੇ ਨੇ ਸਿੱਖ ਨਹੀਂ ਦੇਖਿਆ ਸੀਗਾ, ਅਤੇ ਫਿਰ ਉਹ ਸਾਡੇ ਦੋਨਾਂ ਨੂੰ ਉੱਥੇ ਆਉਂਦੇ ਦੇਖਦੇ ਸੀਗੇ, ਅਤੇ ਬਹੁਤ ਹੀ ਖੁਸ਼ੀ ਨਾਲ ਸਾਨੂੰ ਆ ਕੇ ਮਿਲਦੇ ਸੀਗੇ, ਪੁੱਛਦੇ ਸੀਗੇ ਕਿ ਤੁਸੀਂ ਕੌਣ ਹੋ, ਅਸੀਂ ਫਿਰ ਉਹਨਾਂ ਨੂੰ ਦੱਸਦੇ ਸੀਗੇ ਕਿ ਸਿੱਖ ਕੌਣ ਹੁੰਦੇ ਹੈ, ਅਤੇ ਉਹ ਬਹੁਤ ਵਧੀਆ ਸਾਨੂੰ ਉੱਥੇ। ਪਹਿਰਾਵਾ ਤੁਹਾਡਾ ਵੈਸਟਰਨ ਹੀ ਰਿਹਾ ਜਾਂ ਫਿਰ ਜਿੱਥੇ ਖਾਸ ਤੌਰ ਦੇ ਉੱਤੇ ਜਿੱਦਾਂ ਇੱਥੇ ਪੁੱਛਦੇ ਸੀ ਵੀ ਹਾਂ ਵੀ ਸਿੱਖ ਪੱਗ ਦਾੜੀ ਤਾਂ ਦੇਖ ਕੇ ਇੱਕ ਕੁੜਤਾ ਪਜਾਮਾ ਜਾਂ ਸਲਵਾਰ ਕਮੀਜ਼ ਪਾ ਕੇ ਵੀ ਤੁਸੀਂ ਇਹ ਰਾਹ ਦੇ ਵਿੱਚ? ਬਿਲਕੁਲ, ਅਸੀਂ ਇਸ ਸਮਰਕੰਦ ਵਿੱਚ ਆਪਣੀ ਟ੍ਰੈਡੀਸ਼ਨਲ ਡਰੈਸ ਪਾ ਕੇ ਹੀ ਗਏ ਸੀਗੇ, ਸੂਟ ਅਤੇ ਕੁੜਤਾ ਪਜਾਮਾ ਪਾ ਕੇ ਹੀ ਗਏ ਸੀ। ਅੱਛਾ, ਵੈਰੀ ਨਾਈਸ, ਕਿਉਂਕਿ ਫਿਰ ਥੋੜ੍ਹਾ ਜਿਹਾ ਆਪਣੇ ਆਪ ਨੂੰ ਮਾਣ ਵੀ ਮਹਿਸੂਸ ਹੁੰਦਾ ਨਾ, ਕਿਉਂਕਿ ਇੱਥੇ ਭਾਵੇਂ ਅਸੀਂ ਕੋਟ ਟਾਈ ਲਾ ਕੇ ਜਾਂ ਜੋ ਵੀ ਅਸੀਂ ਬੈਠੇ ਹਾਂ, ਪਰ ਫਿਰ ਵੀ ਜਿਹੜੀ ਪੰਜਾਬੀਆਂ ਦੀ ਸਾਡੀ ਪੰਜਾਬੀਅਤ ਦੀ ਜਾਂ ਸਾਡੀ ਹਿੰਦੁਸਤਾਨੀ ਡਰੈਸ, ਹੁਣ ਮੈਂ ਅੱਜ ਹੀ ਕਲਿੱਪ ਦੇਖ ਰਿਹਾ ਸੀ ਉਹ ਏਸ਼ੀਅਨ ਗੇਮਸ ਦੇ, ਉਹਦੇ ਵਿੱਚ ਜਦੋਂ ਆਪਣਾ ਇੰਡੀਆ ਦਾ ਉਹ ਲੰਘਦਾ, ਜਿਹੜਾ ਆਪਣਾ ਕਹਿ ਲਓ ਵੀ ਆਪਣਾ ਮੰਡਲ ਲੰਘਦਾ ਗੇਮਾਂ ਵਾਲਾ, ਅਤੇ ਉਹਨਾਂ ਨੇ ਲੜਕੀਆਂ ਨੇ ਸਾੜੀਆਂ ਲਾਈਆਂ ਹੋਈਆਂ, ਵੀ ਬੜਾ ਇੱਕ ਤੁਹਾਨੂੰ ਜੋਸ਼ ਜਿਹਾ ਆਉਂਦਾ ਵੀ ਹਾਂ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਸਲੇ ਅਸੀਂ ਉਹ ਚੀਜ਼ਾਂ ਜਿੱਦਾਂ ਹੁਣ ਆਹ ਪਗੜੀ ਆਪਣੀ, ਠੀਕ ਹੈ, ਦਸਤਾਰ ਆ, ਠੀਕ ਹੈ, ਵੀ ਇਸ ਨੂੰ ਅਸੀਂ ਜਿੱਦਾਂ ਹੁਣ ਚਾਹੇ ਮਨਮੋਹਨ ਸਿੰਘ ਦੀ ਗੱਲ ਕਰਦੇ ਹਾਂ, ਹਰਭਜਨ ਦੀ ਗੱਲ ਕਰਦੇ ਹਾਂ, ਹਰਜੀਤ ਸਿੰਘ ਸੱਜਣ, ਨਵਦੀਪ ਬੈਂਸ ਜਾਂ ਜਿੰਨੇ ਵੀ ਇਹ ਸਾਡੇ ਦਸਤਾਰਧਾਰੀ ਇਸ ਵੇਲੇ
ਮੈਂ ਆ ਲਗਾਤਾਰ ਫੋਲੋ ਕਰ ਰਿਹਾ ਜਿੱਦਣ ਦੇ ਕੇਰਲਾ ਤੋਂ ਦੇ ਵਿੱਚ ਫਲੱਡ ਆਏ ਹੋਏ ਆ, ਮੈਂ ਕਹਿੰਦਾ ਰਵੀ ਸਿੰਘ ਹੁਣਾਂ ਨੂੰ ਪਤਾ ਨਹੀਂ ਰੱਬ ਨੇ ਕੀ ਬਣਾ ਕੇ ਧਰਤੀ ਦੇ ਉੱਤੇ ਭੇਜਿਆ ਹੋਇਆ, ਔਰ ਕਿਹੜਾ ਦੁਨੀਆਂ ਦਾ, ਚਾਹੇ ਉਹ ਫਰੰਗੀ ਆ, ਦੂਸਰਾ ਆਪਣੇ ਉਹ ਰੋਹਿੰਗੀਆਂ ਦਾ ਇਸ਼ੂ ਸੀਗਾ ਚਾਈਨਾ ਦੇ ਬਾਰਡਰ ਦੇ ਉੱਤੇ, ਮਿਆਂਮਾਰ ਦੇ ਬਾਰਡਰ ਦੇ ਉੱਤੇ, ਚਾਹੇ ਅੱਜ ਦੇਖੋ ਉਹ ਕੇਰਲਾ ਦੇ ਵਿੱਚ ਉਹੀ ਗੱਲ ਕਰਦੇ ਸੀ ਬਈ ਦੇਖੋ 2% ਪਾਪੂਲੇਸ਼ਨ ਸਾਡੀ, ਹਾਂਜੀ ਇੰਡੀਆ ਦੇ ਵਿੱਚ ਵੀ ਸਾਡੀ ਪਾਪੂਲੇਸ਼ਨ 2% ਹੈਗੀ ਆ, ਠੀਕ ਹੈ, ਔਰ ਉਹ 2% ਉੱਥੇ ਪਹੁੰਚ ਜਾਂਦੀ ਆ ਜਿੱਥੇ ਕੋਈ ਵੀ ਨਹੀਂ ਪਹੁੰਚਦਾ, ਬਿਲਕੁਲ ਠੀਕ ਹੈ, ਉਹਦੇ ਵਿੱਚ ਉਹ ਦਿਖਾ ਰਹੇ ਸੀ ਕਿ ਜਿੱਥੇ ਇੰਨਾ ਗਲ ਗਲ ਤੱਕ ਪਾਣੀ ਪਹੁੰਚਿਆ ਹੋਇਆ, ਲੋਕਾਂ ਨੂੰ ਆਪਣੀਆਂ ਜਾਨਾਂ ਕੱਢਣ ਦੀ ਪਈ ਹੋਈ ਆ, ਸਿੰਘ ਅੰਦਰਾਂ ਦੇ ਵਿੱਚ ਵੀ ਵੜ ਵੜ ਕੇ ਜਿੱਥੇ ਵੀ ਕਿਤੇ ਕੋਈ ਉੱਚੀ ਜਗ੍ਹਾ ਦੇ ਉੱਤੇ ਬੈਠਾ ਉਹਨੂੰ ਖਾਣ ਲਈ ਫੂਡ ਦੇ ਰਹੇ ਆ, ਉਹਨੂੰ ਬਕਾਇਦਾ ਈਵਨ ਉਹਦੀਆਂ ਜਿਹੜੀਆਂ ਨਸੈਸਿਟੀ ਮੈਡੀਕੇਸ਼ਨਸ ਹੈਗੀਆਂ ਉਹ ਵੀ ਪਹੁੰਚਾ ਰਹੇ ਆ। ਮੈਂ ਗੁਰੂ ਮਹਾਰਾਜ ਨੇ ਕਿਹੋ ਜਿਹਾ ਦੋਨਾ, ਤੁਸੀਂ ਦੇਖੋ ਕਿੱਥੇ ਤੁਸੀਂ ਕਹਿੰਦੇ ਆ ਵੀ ਉਹ ਇੱਕੋ ਹੀ ਫੈਮਿਲੀ, ਹਾਂਜੀ ਰਾਈਟ, ਬਈ ਉੱਥੇ ਜਾ ਕੇ, ਹਾਂਜੀ ਉੱਥੋਂ ਫਿਰ ਅੱਗੇ ਅਤੇ ਉਹ ਫੈਮਿਲੀ ਨਾਲ ਸਾਡਾ ਇੰਨਾ ਪਿਆਰ ਪੈ ਗਿਆ ਕਿ ਉਹ ਉਹਨਾਂ ਨਾਲ ਸਾਡੇ ਇੰਨੇ ਵਧੀਆ ਫੈਮਿਲੀ ਰਿਲੇਸ਼ਨ ਬਣ ਗਏ ਕਿ ਉਹਨਾਂ ਦੇ ਅੱਗੇ ਜਿਹੜੇ ਰਿਸ਼ਤਾ ਹੋਇਆ ਸੀਗਾ ਇਨ ਲੋਜ਼ ਉਹਨਾਂ ਦੇ ਲੰਡਨ 'ਚ ਸੀਗੇ, ਉਹਨਾਂ ਨੇ ਵੀ ਸਾਨੂੰ ਇਨਵਾਈਟ ਕੀਤਾ ਆਪਣੇ ਘਰ, ਬੜਾ ਵਧੀਆ ਉਹਨਾਂ ਨਾਲ ਫੈਮਿਲੀ ਰਿਲੇਸ਼ਨ ਬਣ ਗਿਆ ਸਾਡਾ। ਫਿਰ ਠੀਕ ਹੈ ਜੀ, ਦੇਖਦੇ ਸਾਡੇ ਕਾਲਰ ਨਾਲ ਦੀ ਨਾਲ ਜੁੜਦੇ, ਹਾਂਜੀ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ ਜੀ ਨਮਸਕਾਰ, ਮਨਮੋਹਨ ਸ਼ਰਮਾ ਬੋਲ ਰਿਹਾ। ਹਾਂਜੀ ਸ਼ਰਮਾ ਜੀ ਨਮਸਕਾਰ ਜੀ, ਜਸਲੀਨ ਹਾਂਜੀ ਤੁਸੀਂ, ਹਾਂਜੀ ਉੱਥੋਂ ਫਿਰ, ਅੱਛਾ ਉਹਨਾਂ ਉੱਥੋਂ ਤੁਰੇ ਫਿਰ, ਅਸੀਂ ਕਜ਼ਾਕਿਸਤਾਨ ਐਂਟਰ ਕੀਤਾ। ਕਜ਼ਾਕਿਸਤਾਨ ਸਾਡਾ ਘੱਟ ਹੀ ਸਟੇ ਸੀਗਾ 2-3 ਦਿਨ ਦਾ। ਕਜ਼ਾਕਿਸਤਾਨ ਤੋਂ ਬਾਅਦ ਅਸੀਂ ਰਸ਼ੀਆ ਪਹੁੰਚੇ, ਰਸ਼ੀਆ ਅਸੀਂ 3 ਜਗ੍ਹਾ ਗਏ, ਪੈਂਜ਼ਾ, ਸਮਾਰਾ, ਮੋਸਕੋ। ਤੇ ਜੋ ਸਮਾਰਾ ਹੈ ਉੱਥੇ ਇੱਕ ਕਾਇੰਡ ਆਫ ਪਾਰਟੀ ਕੈਪੀਟਲ ਆਫ ਰਸ਼ੀਆ ਕਹਿ ਸਕਦੇ ਹਾਂ। ਠੀਕ ਹੈ ਜੀ। ਤੇ ਅਸੀਂ ਮੋਸਕੋ, ਸਾਡਾ 2 ਦਿਨ ਦਾ ਸਟੇ ਸੀਗਾ, ਤੇ ਅਸੀਂ ਆਪਣੀ ਕਾਰ ਦੀ ਸਰਵਿਸ ਵੀ ਕਰਵਾਈ। ਮੋਸਕੋ ਵੀ ਅਸੀਂ ਗੁਰਦੁਆਰਾ ਸਾਹਿਬ ਗਏ ਜੋ ਕਿ ਅਫਗਾਨੀ ਸੰਗਤ ਸੇਵਾ ਕਰਦੀ ਹੈ, ਤੇ ਉੱਥੇ ਅੱਛਾ ਮੋਸਕੋ ਦੇ ਵਿੱਚ ਅਫਗਾਨੀ ਸੰਗਤ ਕੀ ਸੇਵਾ ਕਰਦੀ ਹੈ। ਹਾਂਜੀ, ਅਫਗਾਨੀ ਸਿੱਖ ਨੇ, ਸਿੰਧੀ ਵੀ ਸਾਨੂੰ ਮਿਲੇ, ਬਹੁਤ ਵਧੀਆ ਗੁਰਦੁਆਰਾ ਸਾਹਿਬ ਉਹਨਾਂ ਨੇ ਬਣਾਇਆ ਹੋਇਆ ਹੈ, ਅਸੀਂ ਉੱਥੇ ਵੀ ਦਰਸ਼ਨ ਕੀਤੇ। ਵੈਰੀ ਨਾਈਸ। ਉਦੋਂ ਬਾਅਦ ਫਿਰ ਜਾ ਕੇ ਗੁਰਦੁਆਰਾ ਸਾਹਿਬ, ਜੀ ਤੁਸੀਂ ਇੱਥੋਂ ਥਾਈਲੈਂਡ ਤੋਂ ਛੱਡਿਆ ਗੁਰਦੁਆਰਾ ਸਾਹਿਬ, ਤੇ ਉੱਥੇ ਜਾ ਕੇ ਫਿਰ ਮੋਸਕੋ ਜਾ ਕੇ ਗੁਰਦੁਆਰਾ ਸਾਹਿਬ ਮਿਲੇ। ਹਾਂਜੀ, ਉਹ ਉਜ਼ਬੇਕਿਸਤਾਨ ਨੂੰ ਵੈਸੇ ਗੁਰਦੁਆਰਾ ਸਾਹਿਬ ਹੀ ਸਮਝਦੇ ਆ, ਕਿਉਂਕਿ ਅਗਰ ਘਰ ਮਹਾਰਾਜ ਦਾ ਪ੍ਰਕਾਸ਼ ਹੈਗਾ। ਹਾਂਜੀ ਬਿਲਕੁਲ, ਹਾਂਜੀ ਮਹਾਰਾਜ ਦੇ ਦਰਸ਼ਨ, ਹਾਂਜੀ ਤੇ ਉਹਨਾਂ ਨੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਸੀ ਕੋਈ ਪਰਿਵਾਰ ਨੇ। ਬਿਲਕੁਲ ਬਿਲਕੁਲ, ਵੈਰੀ ਨਾਈਸ। ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਕਿ ਵੀ ਤੁਸੀਂ ਮਹਾਰਾਜ ਦਾ ਸਰੂਪ ਇੱਥੇ ਵਾਪਸ ਭੇਜ ਦਿਓ, ਅਸੀਂ ਇੱਥੇ ਨਹੀਂ ਰੱਖ ਸਕਦੇ, ਬਟ ਉਹਨਾਂ ਨੇ ਫਿਰ ਵੀ ਰੱਖ ਲਿਆ ਆਪਣੇ ਘਰ ਵੀ, ਅਸੀਂ ਮਹਾਰਾਜ ਦਾ ਸਰੂਪ ਨਹੀਂ ਭੇਜ ਸਕਦੇ ਵਾਪਸ। ਕੀ ਗੁਰੂ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਇਹ ਬਖਸ਼ਿਸ਼ ਕੀਤੀ ਹੋਈ? ਮੈਂ ਤਾਂ ਆਪ ਕਹਿੰਦਾ ਹੁੰਦਾ ਜਦੋਂ ਮੈਂ ਖਾਸ ਤੌਰ ਦੇ ਉੱਤੇ ਪੇਪ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ, ਮੈਨੂੰ ਇੱਕ ਚੀਜ਼ ਜ਼ਰੂਰ ਆਉਂਦੀ ਹੁੰਦੀ ਆ ਵੀ ਉਦੋਂ ਬਹੁਤੇ ਇੱਥੇ ਸਿੰਗਲ ਮੇਲ ਸੀਗੇ, ਕਿਉਂਕਿ ਜਦੋਂ ਆਪਣੇ 70s ਦੇ ਵਿੱਚ ਆਏ ਖਾਸ ਤੌਰ ਦੇ ਉੱਤੇ, ਪਹਿਲਾਂ ਆਪਣੇ ਜਿਹੜੇ ਮੇਲ ਫੈਮਿਲੀ ਮੈਂਬਰ ਇੱਥੇ ਜ਼ਿਆਦਾ ਆਏ, ਜਿੱਦਾਂ ਸਭ ਤੋਂ ਇੰਗਲੈਂਡ ਦੇ ਵਿੱਚ ਅਰਾਊਂਡ 1950-1960s ਦੇ ਵਿੱਚ ਆਉਣੇ ਸ਼ੁਰੂ ਹੋਏ, ਔਰ ਉਹਨਾਂ ਨੇ ਇਕੱਠੇ ਰਹਿ ਕੇ ਜਿੱਥੇ ਆਪ ਆਪਣੇ ਲਈ ਸਿਰ 'ਤੇ ਛੱਤ ਹੈਗੀ ਜਾਂ ਨਹੀਂ ਹੈਗੀ, ਪਹਿਲਾਂ ਇੰਡੀਆ ਵਾਲਿਆਂ ਨੂੰ ਪੈਸੇ ਭੇਜਣੇ, ਆਪਣੇ ਜਿਹੜੇ ਉੱਥੇ ਬੀਵੀ ਬੱਚੇ ਜਾਂ ਪੇਰੈਂਟਸ ਜੋ ਵੀ ਸੀਗੇ ਉਹਨਾਂ ਦੇ ਸਿਰ 'ਤੇ ਛੱਤ ਪੈਦਾ ਕਰਨੀ, ਫਿਰ ਆਪ ਸਟਿਲ ਜੇ ਕਿਰਾਇਆਂ 'ਤੇ ਹੀ ਆ, ਅਤੇ ਗੁਰੂ ਦਾ ਘਰ ਪਹਿਲਾਂ ਪੈਦਾ ਕਰਨਾ। ਇਹ ਬੜੀ ਇੱਕ ਜਾਣੀ, ਮੈਂ ਆਪਣੇ ਬੱਚਿਆਂ ਨੂੰ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕਰਦਾ ਹੁੰਦਾ ਬਈ ਦੀਜ਼ ਆਰ ਲਾਈਕ ਵੀ ਕੈਨ ਨੋਟ ਪਾਸ ਔਨ ਦੀਜ਼ ਥਿੰਗਸ ਟੂ ਨੈਕਸਟ ਜਨਰੇਸ਼ਨਸ। ਇਹ ਚੀਜ਼ ਦੀ ਮੈਨੂੰ ਥੋੜ੍ਹੀ ਜਿਹੀ ਕਈ ਵਾਰੀ ਘਾਟ ਵੀ ਰੜਕਦੀ ਆ ਵੀ ਸਾਡੇ ਜਿਹੜੇ ਗਾਹਾਂ ਬੱਚੇ ਆ ਉਹ ਇੰਨੇ ਇਨਵੋਲਵ ਨਹੀਂ ਹੈਗੇ ਸਿਸਟਮ ਦੇ ਵਿੱਚ, ਇੰਨੇ ਇਨਵੋਲਵ ਨਹੀਂ ਹੈਗੇ, ਇੰਨਾ ਟਾਈਮ ਨਹੀਂ ਉਹ ਵਲੰਟੀਅਰ ਕਰ ਸਕਦੇ, ਕਿਉਂਕਿ ਅੱਜ ਵੀ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਜਾਇਓ, ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਇਓ, ਚਾਹੇ ਉੱਥੇ ਪ੍ਰਸ਼ਾਦ ਵਰਤਾਉਂਦੇ ਹੋਣ, ਚਾਹੇ ਲੰਗਰ ਵਰਤਾਉਂਦੇ ਹੋਣ, ਚਾਹੇ ਈਵਨ ਮੈਨੇਜਮੈਂਟ ਦੇ ਵਿੱਚ ਹੋਣ, ਉਹ ਸਾਰੇ ਹੀ ਤੁਹਾਨੂੰ ਸੀਨੀਅਰਸ ਹੀ ਮਿਲਣੇ ਆ, ਮਤਲਬ 45-50-60 ਸਾਲ ਵਾਲੇ ਜਿਹੜੇ ਇੰਡੀਆ ਦੇ ਬੋਰਨ ਐਂਡ ਰੇਜ਼ਡ। ਇੱਥੇ ਦੇ ਬੱਚੇ ਬਹੁਤ ਘੱਟ ਇਨਵੋਲਵ ਹੈਗੇ ਆ। ਹਾਂ ਅਸੀਂ ਇਹ ਵੀ ਕਹਿੰਦੇ ਹਾਂ ਵੀ ਜਿਹੜੇ ਸਾਡੇ ਸੀਨੀਅਰ ਆ ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਦੇ, ਪਰ ਉਹਨਾਂ ਕੋਲ ਇੰਨਾ ਟਾਈਮ ਵੀ ਹੈ ਨਹੀਂ, ਸਾਡੇ ਆਪਣੇ ਹੀ ਬੱਚਿਆਂ ਨੇ ਗਾਹਾਂ ਆਉਣਾ, ਉਹਨਾਂ ਕੋਲ ਟਾਈਮ ਵੀ ਹੈ ਨਹੀਂ, ਕਿਉਂਕਿ ਟਾਈਮ ਮੈਨੇਜਮੈਂਟ ਦੀ ਬਹੁਤ ਕਮੀ ਹੈਗੀ ਆ। ਰਾਈਟ, ਅੱਛਾ ਜੀ, ਫਿਰ ਆਪਾਂ ਹੁਣ ਮਾਸਕੋ ਤੋਂ ਅੱਗੇ ਤੁਰਦੇ ਹਾਂ। ਹਾਂਜੀ ਠੀਕ ਹੈ, ਹਾਂਜੀ 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 ਜਸਲੀਨ ਤੁਸੀਂ ਤੁਰ ਪਾਓ। ਹਾਂਜੀ, ਅਸੀਂ
ਰਸ਼ੀਆ ਤੋਂ ਬਾਅਦ ਯੂਰਪ ਐਂਟਰ ਕਰਨਾ ਸੀ ਲੈਟਵੀਆ ਦੇ ਥਰੂ ਅਸੀਂ ਐਂਟਰ ਕੀਤਾ ਲੈਟਵੀਆ ਅਸੀਂ ਰੁਕੇ ਲਿਥੁਏਨੀਆ ਵਿੱਚ ਰੁਕੇ ਲਿਥੁਏਨੀਆ ਵਿੱਚ ਅਸੀਂ ਵਿਲਨੀਅਸ ਵਿੱਚ ਗਏ ਜੋ ਕਿ ਸੋ ਤਿੰਨ ਕੰਟੀਨੈਂਟ ਹੋ ਗਿਆ ਜੀ ਤਕਰੀਬਨ ਹੁਣ ਕਿਉਂਕਿ ਰਸ਼ੀਆ ਵੀ ਤੁਸੀਂ ਕੱਢ ਲਿਆ ਏਸ਼ੀਆ ਹੋ ਗਿਆ ਤੇ ਹੁਣ ਯੂਰਪ ਐਂਟਰ ਕਰ ਗਏ ਹਾਂਜੀ ਯੂਰਪ ਐਂਟਰ ਕਰ ਗਏ ਤੇ ਵਿਲਨੀਅਸ ਵਿੱਚ ਵੀ ਸਾਨੂੰ ਬਹੁਤ ਵਧੀਆ ਵੈਲਕਮ ਮਿਲਿਆ ਜੋ ਉੱਥੇ ਸਿਟੀ ਦੀ ਮੇਅਰ ਸੀਗੇ ਉਹ ਸਾਨੂੰ ਆ ਕੇ ਉਹਨਾਂ ਨੇ ਵੈਲਕਮ ਇਹ ਫਿਰ ਅਰੇਂਜ ਕਿਨ ਕੀਤੇ ਸੀ ਇਹ ਜਿੱਦਾਂ ਹੁਣ ਇੱਥੇ ਤੁਸੀਂ ਪਹਿਲਾਂ ਦੱਸਿਆ ਵੀ ਇੰਡੀਅਨ ਕੌਂਸ ਜਿਹੜੇ ਹਾਈ ਕਮਿਸ਼ਨਰ ਸੀਗੇ ਇੱਕ ਕੰਟਰੀ ਦੇ ਵਿੱਚ ਉਹਨਾਂ ਨੇ ਤੁਹਾਡਾ ਜਿਹੜਾ ਡਿਨਰ ਆਯੋਜਿਤ ਕੀਤਾ ਉਹਨਾਂ ਨੂੰ ਯੂਨੀਫਾਰਮ ਅੰਬੈਸੀਆਂ ਨੇ ਕੀਤਾ ਜਾਂ ਤੁਹਾਡੇ ਪਰਸਨਲ ਰਿਲੇਸ਼ਨ ਸੀਗੇ ਨਹੀਂ ਨਹੀਂ ਅਸੀਂ ਪਹਿਲਾਂ ਹੀ ਉਹਨਾਂ ਨੂੰ ਮੇਲ ਪਾਤੀ ਸੀਗੀ ਕਿ ਵੀ ਇੱਦਾਂ ਇੱਦਾਂ ਅਸੀਂ ਸਾਡਾ ਆਉਣ ਦਾ ਪਲਾਨ ਹੈ ਕਾਫੀ ਪਹਿਲਾਂ ਹੀ ਠੀਕ ਹੈ ਤੇ ਫਿਰ ਕਈਆਂ ਨੇ ਸਾਡੇ ਲਈ ਅਰੇਂਜ ਕਰਤਾ ਸੀਗਾ ਠੀਕ ਹੈ ਹਾਂਜੀ ਹਾਂਜੀ ਉੱਥੇ ਵੀ ਅਸੀਂ ਜਾ ਕੇ ਇੰਡੀਅਨ ਅੰਬੈਸਡਰ ਨੂੰ ਮਿਲੇ ਤੇ ਵਿਲਨੀਅਸ ਤੋਂ ਚੱਲਦੇ ਹੋਏ ਫਿਰ ਅਸੀਂ ਪੋਲੈਂਡ ਪਹੁੰਚੇ ਜਿੱਥੇ ਕਿ ਗੁਰਦੁਆਰਾ ਸਾਹਿਬ ਅਸੀਂ ਦੇਖਿਆ ਉੱਥੇ ਦਰਸ਼ਨ ਕੀਤੇ ਉਹ 7-8 ਕੰਟਰੀਜ਼ ਦਾ ਇੱਕੋ ਗੁਰਦੁਆਰਾ ਹੈ ਜੋ ਕੰਟਰੀਜ਼ ਦਾ ਹਾਂਜੀ ਅੱਛਾ ਜੀ 7-8 ਕੰਟਰੀਜ਼ ਦਾ ਹਾਂਜੀ ਕਿਹੜੇ ਕਿਹੜੇ ਜੀ ਪੋਲੈਂਡ ਹਾਂਜੀ ਪੋਲੈਂਡ ਨੀਚੇ ਦੇ ਉੱਥੇ ਦੇ ਯੂਰਪ ਦੇ ਯੂਰਪ ਦੇ ਜਿਹੜੇ ਛੋਟੇ ਛੋਟੇ ਹਾਂਜੀ ਜਿਹੜੇ ਪਹਿਲਾਂ USSR ਦੇ ਪਾਰਟ ਸੀ ਰਸ਼ੀਆ ਦੇ ਪਾਰਟ ਸੀ ਹਾਂਜੀ ਉਹ ਕੰਟਰੀਆਂ ਸਾਰੀਆਂ ਉੱਥੇ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਸਿਰਫ ਪੋਲੈਂਡ ਵਿੱਚ ਹੈਗਾ ਵਾਰਸੋ ਅੱਛਾ ਜੀ ਵੈਰੀ ਨਾਈਸ ਮੇ ਵੀ ਨਵੀਂ ਚੀਜ਼ ਪਤਾ ਲੱਗੀ ਹੈਗੀ ਆ ਹਾਂਜੀ ਉਹ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਵੀ ਉੱਥੇ ਦੇ ਸਿੱਖਾਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਕਿਉਂਕਿ ਉਹ ਐਜ਼ ਕਮਿਊਨਿਟੀ ਸੈਂਟਰ ਰਜਿਸਟਰਡ ਨਹੀਂ ਹੈ ਐਜ਼ ਗੁਰਦੁਆਰਾ ਹੀ ਰਜਿਸਟਰਡ ਹੈ ਉਹ ਰਜਿਸਟਰ ਕਰਵਾਉਣ ਤੋਂ ਪਹਿਲਾਂ ਉਹਨਾਂ ਨੂੰ ਸਿੱਖ ਰਿਲੀਜਨ ਰਜਿਸਟਰ ਕਰਵਾਉਣਾ ਪਿਆ ਜੋ ਕਰਵਾਉਣ ਵਾਸਤੇ ਉਹਨਾਂ ਨੂੰ 100 ਪੋਲਿਸ਼ ਜੋ ਉੱਥੇ ਦੇ ਸਿਟੀਜ਼ਨਸ ਨੇ ਉਹਨਾਂ ਦੇ ਸਾਈਨ ਚਾਹੀਦੇ ਸੀਗੇ ਕਿ ਅਸੀਂ ਸਿੱਖ ਰਿਲੀਜਨ ਨੂੰ ਮੰਨਦੇ ਹੈਗੇ ਹਾਂ ਅੱਛਾ ਜੀ ਹਾਂਜੀ ਇਹ ਕਰਵਾਉਣ ਵਾਸਤੇ ਉਹਨਾਂ ਨੂੰ 15 ਮਹੀਨੇ ਲੱਗ ਗਏ ਤੇ ਇਹ ਕਰਵਾਉਣ ਤੋਂ ਬਾਅਦ ਉਹਨਾਂ ਨੇ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਉੱਥੇ ਕੋਈ ਹੈੱਡ ਨਹੀਂ ਹੈ 3 ਦੀ ਕਮੇਟੀ ਹੈਗੀ ਹੈ ਜਿਹਦੇ ਵਿੱਚ 2 ਸਿੰਧੀ ਨੇ ਅਸੀਂ ਸਭ ਨੂੰ ਮਿਲੇ ਅਤੇ ਉੱਥੇ ਹਰ ਸੰਡੇ 1000 ਲੋਕਾਂ ਦਾ ਇਕੱਠ ਹੁੰਦਾ ਜੋ ਉੱਥੇ ਲੰਗਰ ਛਕਦੇ ਨੇ ਜੋ ਕਿ ਅਲੱਗ ਅਲੱਗ ਕਮਿਊਨਿਟੀਜ਼ ਦੇ ਨੇ ਮਤਲਬ ਇਟਸ ਨਾਟ ਓਨਲੀ ਵੇ ਸਿੱਖ ਕਮਿਊਨਿਟੀ ਹਾਂਜੀ ਸਾਰੇ ਕਮਿਊਨਿਟੀਜ਼ ਨੇ ਉਹਨਾਂ ਨੂੰ ਜੋੜ ਕੇ ਰੱਖਿਆ ਇਹ ਸਾਨੂੰ ਸਭ ਬਹੁਤ ਵਧੀਆ ਗੱਲ ਲੱਗੀ ਪੋਲਿਸ਼ ਲੋਕ ਵੀ ਉੱਥੇ ਆ ਗਏ ਮੈਂ ਹੁਣੇ ਹੀ ਪੜਦਾ ਸੀ ਜੀ ਜਿਹੜੀ ਕੇਰਲਾ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਹੈਗਾ ਆ ਉੱਥੇ ਉਹਨਾਂ ਨੇ ਜਦੋਂ ਹੁਣ ਹੜ੍ਹ ਆਏ ਆ ਉਹਨਾਂ ਨੇ ਈਵਨ ਮੁਸਲਮ ਵੀਰਾਂ ਨੂੰ ਨਮਾਜ਼ ਵੀ ਕਿਉਂਕਿ ਉਹ ਇਹੋ ਜਿਹੇ ਸਥਾਨ 'ਤੇ ਸੀਗਾ ਵੀ ਜਿੱਥੇ ਵੀ ਕਹਿ ਲਓ ਪਾਣੀ ਨੇ ਨਹੀਂ ਉਹ ਪ੍ਰਕੋਪੀ ਜਿਹੜੀ ਆ ਉਹ ਹੋਈ ਅਤੇ ਉਹਨਾਂ ਨੇ ਨਮਾਜ਼ ਵੀ ਅੰਦਰ ਅਦਾ ਕਰਨ ਦਿੱਤਾ ਮਤਲਬ ਕਿੱਡੇ ਵੱਡੇ ਜਿਗਰੇ ਜਿਹੜੇ ਆ ਠੀਕ ਹੈ ਈਵਨ ਇੱਥੇ ਅਸੀਂ ਦੇਖਦੇ ਹਾਂ ਕਿ ਈਵਨ ਦੁਬਈ ਦੇ ਵਿੱਚ ਵੀ ਜਦੋਂ ਆ ਇਹਨਾਂ ਦੀ ਈਦ ਹੁੰਦੀ ਆ ਬਕਾਇਦਾ ਉਹ ਮੁਸਲਿਮ ਕਮਿਊਨਿਟੀ ਨੂੰ ਸੱਦ ਕੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਠੀਕ ਹੈ ਕਿਉਂਕਿ ਉੱਥੇ ਮੇਰਾ ਖਿਆਲ ਦੁਬਈ ਦੇ ਵਿੱਚ ਇੱਕੋ ਇੱਕ ਗੁਰਦੁਆਰਾ ਆ ਜਿਹੜਾ ਬਹੁਤ ਵੱਡਾ ਉੱਥੇ ਦੇ ਸ਼ੇਖ ਨੇ ਬਣਵਾ ਕੇ ਦਿੱਤਾ ਹੋਇਆ ਔਰ ਉਹ ਅੰਦਰ ਸੱਦ ਕੇ ਬਕਾਇਦਾ ਉਹਨਾਂ ਲਈ ਸਾਰਾ ਜਿਹੜਾ ਈਦ ਦਾ ਉਹ ਇਕੱਠੇ ਮਨਾਉਂਦੇ ਆ ਔਰ ਈਦ ਦਾ ਜਿਹੜਾ ਡਿਨਰ ਆ ਉਹ ਇਕੱਠੇ ਇੰਜੋਏ ਕਰਦੇ ਹੈਗਾ ਵੀ ਕਿਹੋ ਜਿਹੀ ਵਿਲੱਖਣਤਾ ਕੀ ਨਾਲ ਦੀ ਨਾਲ ਥੋੜ੍ਹਾ ਬਹੁਤਾ ਤੁਸੀਂ ਧਾਰਮਿਕ ਆਸਪੈਕਟ ਤੋਂ ਵੀ ਦੇਖਿਆ ਵੀ ਕੀ ਗੁਰੂ ਮਹਾਰਾਜ ਜਿਹੜੇ ਆ ਉਹ ਕਿੱਥੇ ਕੁ ਪਹੁੰਚੇ ਕੋਈ ਉਹੋ ਜਿਹਾ ਵੀ ਕੋਈ ਮਿਲਿਆ ਰਾਹ ਦੇ ਵਿੱਚ ਵੀ ਹਾਂ ਵੀ ਜਦੋਂ ਤੁਸੀਂ ਇੱਧਰੋਂ ਨੰਗੇ ਕੀਤੇ ਕਿਉਂਕਿ ਕਾਫੀ ਇਹਦੇ ਵਿੱਚ ਵੀ ਚੀਜ਼ਾਂ ਜੀ ਇੱਕ ਇੱਥੇ ਤੁਹਾਨੂੰ ਵੀ ਜੇ ਚਾਂਸ ਮਿਲੇ ਇੱਕ ਭਾਈ ਹਰਪਾਲ ਸਿੰਘ ਕਸੂਰ ਹੈਗੇ ਆ ਹੀ ਇਜ਼ ਆਲਸੋ ਏ ਪ੍ਰੋਫੈਸਰ ਫਰੋਮ ਇੰਡੀਆ ਰਾਈਟ ਹੀ ਵਾਜ਼ ਟੀਚਰ ਇਨ ਯੂਨੀਵਰਸਿਟੀ ਆਫ ਹਿਸਾਰ ਪੀ ਏ ਯੂ ਉਹ ਹਿਸਾਰ ਦੇ ਵਿੱਚ ਵੀ ਈਵਨ ਪੀ ਏ ਯੂ ਮੇਰਾ ਖਿਆਲ ਲੁਧਿਆਣੇ ਦੇ ਵਿੱਚ ਵੀ ਰਹੇ ਆ ਇੱਕ ਵਾਰੀ ਮੈਨੂੰ ਉਹਨਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਕਾਫੀ ਇਹਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਰਿਸਰਚ ਕੀਤੀ ਆ ਕੁਛ ਕੁ ਅੰਸ਼ ਉਹਨਾਂ ਨੇ ਇੱਥੋਂ ਤੱਕ ਵੀ ਜੋੜੇ ਆ ਵੀ ਈਵਨ ਰੋਮ ਦੇ ਵਿੱਚ ਵੀ ਜਿਹੜਾ ਆਪਣੇ ਸੋਰੀ ਦੂਏ ਦੇ ਵਿੱਚ ਆਪਣੇ ਜਿੱਥੇ ਆਪਣੇ ਇਹ ਜੀਸਸ ਦਾ ਦੂਸਰਾ ਹੁੰਦਾ ਆ ਜਨਮ ਉੱਥੇ ਵੀ ਉਹਨਾਂ ਨੇ ਅੰਸ਼ ਜੋੜੇ ਆ ਵੀ ਜਿੱਥੇ ਉਹ ਦੂਏ ਤੱਕ ਤਾਂ ਮੱਕੇ ਤੱਕ ਤਾਂ ਗਏ ਹੀ ਗਏ ਆ ਵੀ ਉਸ ਤੋਂ ਇਲਾਵਾ ਉਹਨਾਂ ਨੇ ਉਹ ਜਿੱਦਾਂ ਵਿਦ ਫੈਕਟਸ ਜਿੱਦਾਂ ਉਹਨਾਂ ਕੋਸ਼ਿਸ਼ ਹੁੰਦੀ ਆ ਉਹਨਾਂ ਦੀ ਵੀ ਉਹ ਵਿਦ ਫੈਕਟਸ ਗੱਲ ਕਰਦੇ ਆ ਵੀ ਸੋ ਇਹੋ ਜਿਹੇ ਤੁਹਾਨੂੰ ਕੁਛ ਲੱਭੇ ਵੀ ਜਿਹੜੇ ਉਹ ਗੁਰਦੁਆਰੇ ਜਾਂ ਉਹ ਸਿਰਫ ਲੋਕਲ ਜਿੱਦਾਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਬਣਾਏ ਆ ਮੋਸਟਲੀ ਇੱਦਾਂ ਹੀ ਬਣੇ ਹੋਏ ਆ ਮੋਸਟਲੀ ਗੁਰਦੁਆਰਾ ਸਾਹਿਬ ਸਾਰੇ ਸਾਨੂੰ ਇੱਦਾਂ ਹੀ ਮਿਲੇ ਬਟ ਅਸੀਂ ਔਨਲਾਈਨ ਰਿਸਰਚ ਕੀਤੀ ਸੀਗੀ ਕਿ ਵੀ ਸ਼ਾਇਦ ਸਾਨੂੰ ਕੋਈ ਇੱਦਾਂ ਦਾ ਗੁਰਦੁਆਰਾ ਜਾਂ ਕੋਈ ਛੋਟਾ ਜਿਹਾ ਸਥਾਨ ਵੀ ਮਿਲ ਜਾਏ ਮੈਂ ਇਹ ਜ਼ਰੂਰ ਪੜਿਆ ਸੀ ਔਨਲਾਈਨ ਕਿ ਉਜ਼ਬੇਕਿਸਤਾਨ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਆਏ ਹੋਏ ਨੇ ਆਪਣੀ ਉਦਾਸੀ ਵਿੱਚ ਬਟ ਮੈਂ ਉਹਦਾ ਸਥਾਨ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਜਿੰਨੇ ਦਿਨ ਮੈਂ ਉੱਥੇ ਸੀਗਾ ਤੇ ਸਾਨੂੰ ਕੋਈ ਮਿਲਿਆ ਨਹੀਂ ਸੀਗਾ ਬਟ ਇੰਟਰਨੈਟ ਵਗੈਰਾ ਫੋਨ ਤੁਹਾਡੇ ਇਹੀ ਚੱਲਦੇ ਰਹੇ ਥਰੂ ਆਊਟ ਦਾ ਟ੍ਰਿਪ ਜਾਂ ਕਿਤੇ ਵੀ ਚਾਈਨਾ ਵਗੈਰਾ 'ਚ ਬੰਦ ਹੋ ਜਾਂਦੇ ਸੀਗੇ ਸਿਮ ਇੰਡੀਆ ਵਾਲੇ ਅਸੀਂ ਕੀ ਕਰਦੇ ਸੀਗੇ ਕਿ ਜਿਹੜਾ ਇੱਕ ਤਾਂ ਮੇਰਾ ਇੰਡੀਆ ਵਾਲਾ ਫੋਨ ਸੀਗਾ ਜਿਹੜਾ ਕਿ ਮੈਂ ਪੂਰੇ ਵਰਲਡ ਦਾ ਪੈਕ ਲੈ ਕੇ ਚੱਲਿਆ ਸੀਗਾ ਠੀਕ ਹੈ ਉਹ ਚੱਲਦਾ ਸੀਗਾ ਫਿਰ ਅਸੀਂ ਹਰ ਕੰਟਰੀ ਵਿੱਚ ਬਾਰਡਰ 'ਤੇ ਹੀ ਲੋਕਲ ਸਿਮ ਲੈ ਲੈਂਦੇ ਸੀ ਇੱਕ ਅੱਛਾ ਜੋ ਕਿ ਸਾਡੇ ਨਾਲ ਹਰ ਟਾਈਮ ਰਹਿੰਦਾ ਸੀਗਾ ਫਿਰ ਨੈਕਸਟ ਬਾਰਡਰ 'ਤੇ ਨੈਕਸਟ ਸਿਮ ਲੈ ਲੈਂਦੇ ਸੀ ਫਿਰ ਇੱਦਾਂ ਕਰਕੇ ਅੱਛਾ 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 ਠੀਕ ਹੈ ਜੀ
ਜੀ ਫਿਰ ਅੱਛਾ ਯੂਰਪ ਦੇ ਵਿੱਚ ਫਿਰ ਇੱਥੇ ਕਿੰਨੇ ਕੁ ਦਿਨ ਲਗਾਏ ਫਿਰ ਯੂਰਪ ਦੇ ਵਿੱਚ ਪੋਲੈਂਡ ਤੋਂ ਅੱਗੇ ਹਾਂਜੀ ਅਸੀਂ ਹਰ ਕੰਟਰੀ ਵਿੱਚ ਦੋ ਦਿਨ ਰੁਕਦੇ ਸੀਗੇ ਪੋਲੈਂਡ ਤੋਂ ਬਾਅਦ ਚੈੱਕ ਰਿਪਬਲਿਕ ਫਿਰ ਅਸੀਂ ਉੱਥੋਂ ਇੱਕ ਲੰਬੀ ਜਰਨੀ ਸ਼ੁਰੂ ਕੀਤੀ ਜੋ ਕਿ 900 ਕਿਲੋਮੀਟਰ ਤੋਂ ਵੀ ਲੰਬੀ ਸੀਗੀ ਅਸੀਂ ਉਹਦੇ ਵਿੱਚ ਚਾਰ ਕੰਟਰੀ ਕ੍ਰੋਸ ਕੀਤੇ ਜਿੱਥੇ ਕਿ ਜਰਮਨੀ ਕ੍ਰੋਸ ਕੀਤਾ ਨੀਦਰਲੈਂਡ ਕ੍ਰੋਸ ਕੀਤਾ ਫਿਰ ਅਸੀਂ ਬ੍ਰਸਲਸ ਬੈਲਜੀਅਮ ਵਿੱਚ ਪਹੁੰਚੇ ਅੱਛਾ ਇੱਥੇ ਰੁਕੇ ਨਹੀਂ ਫਿਰ ਤੁਸੀਂ ਜਰਮਨ ਨੀਦਰਲੈਂਡ ਤੁਸੀਂ ਰੁਕੇ ਨਹੀਂ ਹਾਂ ਹਾਂਜੀ ਹਾਂਜੀ ਇੱਥੇ ਨਹੀਂ ਰੁਕੇ ਇੱਥੇ ਅਸੀਂ ਸ਼ੁਰੂ ਚੈੱਕ ਰਿਪਬਲਿਕ ਵਿੱਚ ਕੀਤਾ ਜਿੱਥੇ ਅਸੀਂ ਬ੍ਰੇਕਫਾਸਟ ਕੀਤਾ ਫਿਰ ਅਸੀਂ ਜਰਮਨੀ ਵਿੱਚ ਆਪਣਾ ਲੰਚ ਕੀਤਾ ਨੀਦਰਲੈਂਡ ਵਿੱਚ ਈਵਨਿੰਗ ਸਨੈਕਸ ਨਹੀਂ ਤਾਂ ਤੁਹਾਨੂੰ ਇੱਥੇ ਗੁਰਦੁਆਰਾ ਸਾਹਿਬ ਕਾਫੀ ਮਿਲ ਜਾਣੇ ਸੀ ਕਿਉਂਕਿ ਜਰਮਨ ਦੇ ਵਿੱਚ ਆਪਣੀ ਪਾਪੂਲੇਸ਼ਨ ਕਾਫੀ ਹੈਗੀ ਆ ਨੀਦਰਲੈਂਡ ਹਾਲੈਂਡ ਦੇ ਵਿੱਚ ਤਾਂ ਹੈਗੇ ਹੀ ਹੈਗੇ ਆ ਠੀਕ ਹੈ ਈਵਨ ਇਟਲੀ ਵਗੈਰਾ ਤੋਂ ਤੁਸੀਂ ਫਿਰ ਸਾਈਡ ਤੋਂ ਲੰਘੇ ਆਏ ਹਾਂਜੀ ਹਾਂ ਠੀਕ ਹੈ ਫਿਰ ਅਸੀਂ ਬ੍ਰਸਲਸ ਵਿੱਚ ਰੁਕੇ ਦੋ ਦਿਨ ਅੱਛਾ ਬ੍ਰਸਲਸ ਆ ਕੇ ਹਾਂ ਅੱਛਾ ਉੱਥੇ ਫਿਰ ਦੋ ਦਿਨ ਰੁਕੇ ਉੱਥੇ ਫਿਰ ਲੋਕਲ ਐਕਸਪਲੋਰ ਕਰ ਲਈ ਰੁਕੇ ਜਾਂ ਉਹ ਵੀ ਲੋਕਲ ਐਕਸਪਲੋਰ ਕਰਨ ਲਈ ਰੁਕੇ ਠੀਕ ਹੈ ਫਿਰ ਬ੍ਰਸਲਸ ਤੋਂ ਅੱਗੇ ਫਿਰ ਅਸੀਂ ਫਰਾਂਸ ਤੋਂ ਹੁੰਦੇ ਹੋਏ ਇੱਕ ਫੈਰੀ ਚੱਲਦੀ ਹੈ ਕਿਉਂਕਿ ਯੂਕੇ ਤੇ ਫਰਾਂਸ ਦੇ ਵਿੱਚ ਇੰਗਲਿਸ਼ ਚੈਨਲ ਆਉਂਦਾ ਹੈ ਹਾਂਜੀ ਉੱਥੇ ਡੇਢ ਘੰਟੇ ਦੀ ਫੈਰੀ ਹੈ ਉਹ ਅਸੀਂ ਲਿੱਤੀ ਕੈਲੇ ਟੂ ਡੋਵਰ ਉੱਥੇ ਆਪਣੀ ਕਾਰ ਵੀ ਲੈ ਕੇ ਜਾ ਸਕਦੇ ਹਾਂ ਤੇ ਫਿਰ ਅਸੀਂ ਡਰਾਈਵ ਕਰਦੇ ਹੋਏ ਲੰਡਨ ਪਹੁੰਚੇ 73 ਡੇਜ਼ ਲੱਗ ਗਏ ਸਾਨੂੰ ਕਾਲ ਕਰ ਲਈ ਬਟ ਕੁਛ ਰਿਮੋਟ ਰੀਜਨ ਵਿੱਚ ਸਿਗਨਲ ਵਗੈਰਾ ਨਾ ਹੋਣ ਕਰਕੇ ਨਹੀਂ ਕਰਦੇ ਸੀ ਬਟ ਆਲਮੋਸਟ ਅਸੀਂ ਰਿਪੋਰਟਡ ਰੱਖਦੇ ਸੀ ਅਪਡੇਟਡ ਰੱਖਦੇ ਸੀ ਉਹਨਾਂ ਨੂੰ ਠੀਕ ਹੈ ਜੀ ਮੈਂ ਪਤਾ ਹੀ ਨਹੀਂ ਲੱਗਾ ਜੀ ਟਾਈਮ ਦੇ ਵਿੱਚ ਸਾਡੀ ਟੈਕਨੀਕਲ ਟੀਮ ਦਾ ਇਸ਼ਾਰਾ ਸੀਗਾ ਵੀ ਅਸੀਂ ਇੱਕ ਬ੍ਰੇਕ ਜਿਹੜੀ ਆ ਉਹ ਜ਼ਰੂਰ ਲੈਣੀ ਹੈਗੀ ਆ ਔਰ ਮੈਂ ਜਦੋਂ ਹੁਣ ਘੜੀ ਦੇ ਉੱਤੇ ਦੇਖਿਆ ਤਾਂ ਤਕਰੀਬਨ ਜਿਹੜੇ ਆ 8:20 ਤੋਂ ਵੀ ਉੱਪਰ ਹੋ ਗਿਆ ਟਾਈਮ ਸੋ ਪ੍ਰੋਗਰਾਮ ਦੀ ਜੀ ਅੱਧੀ ਕੁ ਜਰਨੀ ਹੋਈ ਆ ਅੱਧੀ ਕੁ ਜਰਨੀ ਇਹਨਾਂ ਦੇ ਨਾਲ ਹੋਰ ਅਜੇ ਸਾਂਝੀ ਜ਼ਰੂਰ ਕਰਾਂਗੇ ਸਾਰੀਆਂ ਫਿਰ ਇਹਨਾਂ ਦੇ ਕੋਲੋਂ ਕੁਛ ਨਾ ਕੁਛ ਕੰਕਲੂਜਨਸ ਵੀ ਪੁੱਛਾਂਗੇ ਵੀ ਕੀ ਇਹ ਕਿਹੋ ਜਿਹੀ ਜਿਹੜਾ ਲੋਕਾਂ ਦਾ ਜਿੱਦਾਂ ਇਹਨਾਂ ਨੇ ਦੱਸਿਆ ਹੈ ਵੀ ਮਲਾਪੜੇ ਹੈਗੇ ਆ ਪਰ ਇਹ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਰਫ ਜਾਂ ਟਫ ਟਾਈਮ ਵੀ ਆਇਆ ਕਿ ਨੇਚਰ ਨੇ ਕੋਈ ਮੀਂਹ ਹਨੇਰੀ ਨੇ ਕੋਈ ਵਿੱਚ ਕੁਛ ਰੋਲ ਅਦਾ ਕੀਤਾ ਸੋ ਸਾਰੀ ਟ੍ਰਿਪ ਦੀ ਜਾਣਕਾਰੀ ਜ਼ਰੂਰ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਰਹਿਣਾ ਚੈਨਲ ਵਾਈ ਵਾਪਸ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ